सत श्री अकाल, प्राइम एशिया टीवी देख रहे सारे ही दर्शकों का स्वागत है प्रोग्राम प्राइम फोकस दे विच। मैं थोड़े नाल मनप्रीत। साढ़े खास मेहमान जिहड़े कि साढ़े प्राइम एशिया टीवी के खास मैंबर ने, सब तो सीनियर मैंबर ने, गुरप्रीत संधवालिया साहब, इस प्रोग्राम नू मेरे नाल होर अगे वधाउणगे, सवालों के जवाब देणगे। सो स्वागत करते हैं गुरप्रीत संधवालिया जी का। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਜਦੋਂ ਤੁਸੀਂ ਮੈਨੂੰ ਇਸ ਪਾਸੇ ਬਿਠਾ ਲੈਣਾ, ਮੈਨੂੰ ਐਂ ਲੱਗਦਾ ਵੀ ਅੱਜ ਕੋਲਿਆਂ ਦੇ ਵਿੱਚ ਤੂੰ ਬਹਿ ਗਿਆ ਤੇ ਅੱਜ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਕਰਨਗੇ ਤੇਰਾ ਜੀ। ਪਰ ਚਲੋ ਵਧੀਆ ਲੱਗਦਾ ਵੈਸੇ ਵੀ, ਕਦੀ ਕਦੀ ਜਿਹੜੀ ਆ ਕਹਿ ਲਓ ਕਿ ਇਸ ਪਾਸੇ ਹੋ ਕੇ ਵੀ ਦੇਖਣਾ ਚਾਹੀਦਾ ਦੁਨੀਆ ਨੂੰ, ਜ਼ਰੂਰੀ ਨਹੀਂ ਉਸ ਪਾਸੇ ਬੈਠ ਕੇ ਦੁਨੀਆ ਨੂੰ ਦੇਖੋ। ਮੈਨੂੰ ਲੱਗਦਾ ਹਰ ਵਾਰੀ ਤੁਸੀਂ ਇੱਥੇ ਬਹਿੰਦੇ ਹੋ, ਇੱਕ ਵਾਰੀ ਜ਼ਰੂਰ ਤੁਹਾਨੂੰ ਇੱਧਰ ਵੀ ਬਹਿਣਾ ਚਾਹੀਦਾ। ਆਪਾਂ ਪਹਿਲੇ ਵੀ ਫੋਕਸ ਦੇ ਵਿੱਚ ਇੱਥੇ ਬੈਠੇ ਸੀ, ਗੱਲਬਾਤ ਕੀਤੀ ਸੀ, ਸੋ ਬਹੁਤ ਵਧੀਆ ਉਹ ਪ੍ਰੋਗਰਾਮ ਗਿਆ ਸੀ। ਸੋ ਅੱਜ ਵੀ ਅਸੀਂ ਗੱਲ ਕਰਾਂਗੇ ਕੁਛ ਡੇਰਾਵਾਦ ਦੇ ਉੱਤੇ, ਪੰਜਾਬ ਦੇ ਵਿੱਚ ਦੇਖਿਆ ਜਾਵੇ ਜਾਂ ਵੱਖ ਵੱਖ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ, ਦੇਸ਼ ਦੇ ਵਿੱਚ ਵੱਖ ਵੱਖ ਹਿੱਸਿਆਂ ਦੇ ਵਿੱਚ ਲੋਕ ਡੇਰਿਆਂ ਵੱਲ ਗੁਰਪ੍ਰੀਤ ਜੀ ਭੱਜੇ ਜਾ ਰਹੇ ਨੇ, ਆਖਿਰਕਾਰ ਇਸ ਪਿੱਛੇ ਕਾਰਨ ਕੀ ਹੋ ਸਕਦਾ? ਨਜ਼ਾਰੇ, ਮੌਜਾਂ, ਮਤਲਬ ਡੇਰਿਆਂ ਦੇ ਵਿੱਚ ਨਜ਼ਾਰੇ। ਹਾਂ, ਨਜ਼ਾਰੇ, ਮੌਜਾਂ, ਚਾਹੇ ਉਹ ਸਾਧ ਹੋਣ ਅਤੇ ਚਾਹੇ ਉਹਨਾਂ ਦੇ ਪੈਰੋਕਾਰ ਹੋਣ ਅਤੇ ਚਾਹੇ ਜਿਹੜੇ ਜਾਣ ਵਾਲੇ ਹੋਣ, ਨਜ਼ਾਰੇ ਹੀ ਹੈ ਬੇਸਿਕਲੀ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਡੇਰਾਵਾਦ ਹੈ ਨਾ ਜੀ, ਜਿਹੜਾ ਸ਼ਬਦ ਹੈ, ਆਪਾਂ ਨਾ ਅਜੇ ਤੱਕ ਇਹਨੂੰ ਸ਼ਾਇਦ ਇਹੀ ਸਮਝਦੇ ਜਾ ਰਹੇ ਹਾਂ ਵੀ ਇਹ ਕੋਈ ਧਰਮ ਨਾਲ ਜੁੜੀ ਹੋਈ ਚੀਜ਼ ਹੈ, ਜਦਕਿ ਮੈਨੂੰ ਇਹ ਲੱਗਦਾ ਕਿ ਧਰਮ ਨਾਲ ਜੁੜੀ ਹੋਈ ਚੀਜ਼ ਨਹੀਂ। ਇਹਨੂੰ ਹੁਣ ਐਕਸੈਪਟ ਕਰ ਲੈਣਾ ਚਾਹੀਦਾ ਕਿ ਇੱਕ ਬਹੁਤ ਵਧੀਆ ਕਾਰੋਬਾਰ ਹੈ, ਜਿਹੜਾ ਕਿ ਇੱਕ ਕਾਰਪੋਰੇਟ ਘਰਾਣਾ ਜਿਵੇਂ ਕੋਈ ਚਲਾਉਂਦਾ ਹੁੰਦਾ ਕਾਰੋਬਾਰ, ਉਸ ਤਰ੍ਹਾਂ ਚੱਲਦਾ। ਕਿਉਂਕਿ ਤੁਸੀਂ ਕਿਸੇ ਵੀ ਵੱਡੇ ਡੇਰੇ ਦਾ ਹਿਸਾਬ ਤਾਂ ਲਾ ਲਓ, ਉਸ ਡੇਰੇ ਦੇ ਵਿੱਚ ਇੱਕ ਉੱਪਰ ਬਾਬਾ ਹੁੰਦਾ, ਫਿਰ ਉਹਦੇ ਥੱਲੇ ਪੰਜ ਚਾਰ ਸਬਾਰਡੀਨੇਟ ਹੁੰਦੇ ਨੇ, ਫਿਰ ਸਲਾਹਕਾਰ ਕਮੇਟੀਆਂ ਹੁੰਦੀਆਂ ਨੇ, ਫਿਰ ਉਹਨਾਂ ਦੇ ਅੱਗੇ ਅਲੱਗ ਅਲੱਗ ਵਿੰਗ ਨੂੰ ਚਲਾਉਣ ਲਈ ਬੰਦੇ ਰੱਖੇ ਹੁੰਦੇ ਆ, ਫਿਰ ਉਹਨਾਂ ਦਾ ਇੱਕ ਇੱਕ ਥਾਂ ਉਹਨਾਂ ਨੇ ਬਣਾ ਲਿਆ ਹੁੰਦਾ ਵੀ ਆਹ ਸਾਡਾ ਹੈੱਡ ਆਫਿਸ ਹੈ, ਫਿਰ ਆਹ ਸਾਡਾ ਸਬ ਆਫਿਸ ਹੈ, ਫਿਰ ਆਹ ਆਫਿਸ ਹੈ, ਅਤੇ ਫਿਰ ਉਹਦੇ ਛੋਟੇ ਛੋਟੇ ਬ੍ਰਾਂਚਿਸ ਜਿਹੜੀਆਂ ਹੁੰਦੀਆਂ ਨੇ ਉਹ ਪਿੰਡਾਂ ਥਾਵਾਂ 'ਤੇ ਵੀ ਖੁੱਲ੍ਹ ਜਾਂਦੀਆਂ। ਉਹਨਾਂ ਬ੍ਰਾਂਚਿਸ ਨੂੰ ਚਲਾਉਣ ਦੇ ਲਈ ਫਿਰ ਉਸ ਬੰਦੇ ਦਾ ਨਾਂ ਤੁਸੀਂ ਕੋਈ ਵੀ ਰੱਖ ਲਓ, ਅੰਗਰੇਜ਼ੀ 'ਚ ਸ਼ਬਦ ਵੈਸੇ ਕਾਰੋਬਾਰ ਨਹੀਂ ਚਲਾਉਣ ਨੂੰ ਮੈਨੇਜਰ ਰੱਖਿਆ ਹੁੰਦਾ ਜਾਂ ਲੋਅਰ ਲੈਵਲ ਦੇ ਉੱਪਰ ਕੋਈ ਏਜੰਟ ਹੁੰਦਾ, ਅਤੇ ਉਹਨੂੰ ਤੁਸੀਂ ਕੋਈ ਵੀ ਸ਼ਬਦ ਰੱਖ ਸਕਦੇ ਹੋ ਵੀ ਉਹ ਉਸ ਡੇਰੇ ਦਾ ਸੰਚਾਲਕ ਹੈ ਜਾਂ ਉਸ ਡੇਰੇ ਦੇ ਗਾਂ ਅਗਲੇ ਪਾਸੇ ਜਿਹੜਾ ਕੋਈ ਪੈਰੋਕਾਰ ਹੈ ਜਾਂ ਕੋਈ ਉਹਨਾਂ ਨੂੰ ਮੰਨਣ ਵਾਲਾ। ਵੈਸੇ ਦੇਖਿਆ ਜਾਵੇ ਗੁਰਪ੍ਰੀਤ ਜੀ, ਕੁਛ ਡੇਰਿਆਂ ਦੇ ਵਿੱਚ ਦੇਖਿਆ ਗਿਆ ਬਾਬਾ ਜਿਹੜਾ ਹੁੰਦਾ ਉਹ ਨਿਰਾ ਹੀ ਅਨਪੜ੍ਹ ਹੁੰਦਾ। ਆਹੀ ਤਾਂ ਚੀਜ਼ ਹੈ, ਸਭ ਤੋਂ ਵਧੀਆ ਪਿਆਰੀ ਚੀਜ਼ ਪਤਾ ਕੀ ਇਸ ਕਾਰੋਬਾਰ ਦੀ? ਮੈਂ ਨਾ ਤੁਹਾਨੂੰ ਧਰਮੀ ਗੱਲ ਸੋਚਦਾ ਹਾਂ ਨਾ ਵੀ ਜੇ ਮੈਂ ਆਹ ਕੰਮ ਨਾ ਨਾ ਕਰਾਂ ਅਤੇ ਮੈਨੂੰ ਇਹ ਬੜਾ ਲੁਕਰੇਟਿਵ ਜਿਹਾ ਲੱਗਦਾ ਕਾਰੋਬਾਰ। ਮੈਨੂੰ ਲੱਗਦਾ ਯਾਰ ਆਹ ਤਾਂ ਨਜ਼ਾਰੇ ਆ, ਨਾ ਤਾਂ ਤੁਹਾਨੂੰ ਕਿਸੇ ਨੇ ਕੋਈ ਡਿਗਰੀ ਪੁੱਛਣੀ ਹੈ, ਤੁਸੀਂ ਕਿਸੇ ਦਾ ਚਲੇ ਜਾਣਾ, ਤੁਸੀਂ ਕਿੰਨਾ ਪੜ੍ਹੇ ਹੋ, ਤੁਹਾਡੀ ਕੀ ਐਜੂਕੇਸ਼ਨ ਹੈ, ਤੁਹਾਡੇ ਕੋਲ ਕਿਹੜਾ ਟੈਲੈਂਟ ਹੈ, ਤੁਸੀਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ, ਐਸੇ ਐਸੇ ਸਵਾਲ ਪੁੱਛਦੇ। ਕਈ ਵਾਰ ਚੰਗਾ ਭਲਾ ਪੀ ਐਚ ਡੀ ਕੀਤਾ ਬੰਦਾ ਯਾਰ ਐਂ ਠੱਡਾ ਜਿਹਾ ਹੋ ਕੇ ਬੈਠਾ ਹੁੰਦਾ ਯਾਰ, ਭਾਅ ਜੀ ਨੌਕਰੀ ਦੇਣੀ ਦਿਓ, ਜਲੀਲ ਤਾਂ ਨਾ ਕਰੋ ਘੱਟੋ ਘੱਟ। ਅਤੇ ਇੱਧਰ ਕੀ ਹੈ ਵੀ ਬਾਬਾ ਸਿਰਫ ਉਹਦੀ ਇੱਕ ਵੇਸ਼ਭੂਸ਼ਾ ਜੀ ਡਰਾਉਣੀ ਜੀ ਬਣਾ ਲੈਣੀ ਹੈ ਤੁਸੀਂ, ਐਂਡ ਉਹਦੇ ਤੱਕ ਪਹੁੰਚਣ ਨਹੀਂ ਦੇਣਾ। ਜਿੰਨਾ ਕੁ ਮੈਂ ਸਟੱਡੀ ਕੀਤਾ ਇਹਨਾਂ ਬਾਬੇ ਨੂੰ, ਮੈਂ ਨਾ ਕੁਛ ਪੁਆਇੰਟ ਤੁਹਾਡੇ ਸਾਹਮਣੇ ਰੱਖਦਾ, ਤੁਸੀਂ ਨੋਟ ਕਰਿਓ, ਲਗਭਗ ਸਾਰਿਆਂ 'ਚ ਸੇਮ ਹੋਣਗੇ। ਪਹਿਲੀ ਗੱਲ ਤਾਂ ਇਹ ਕਿ ਜਿਸ ਬੰਦੇ ਨੂੰ ਬਾਬਾ ਕਹਿਣਾ ਜਾਂ ਸਾਧ ਕਹਿਣਾ ਜਾਂ ਅੱਜ ਕੱਲ੍ਹ ਤਾਂ ਚਲੋ ਬੀਬੀਆਂ ਵੀ ਬਣ ਗਈਆਂ ਉਸ ਪਾਸੇ, ਇੱਕ ਬੀਬੀਆਂ ਬਾਰੇ ਬਾਅਦ ਚੋਂ ਗੱਲ ਕਰਾਂਗੇ, ਪਹਿਲੇ ਆਪਾਂ ਬਾਬਿਆਂ ਦੀ ਗੱਲ, ਚਲੋ ਬਾਬਿਆਂ ਦੀ ਗੱਲ ਕਰ ਲਓ। ਹੁਣ ਜਿਹੜਾ ਬਾਬਾ ਨਾ, ਉਹਦੇ ਤੱਕ ਪਹੁੰਚ ਹਰੇਕ ਦੀ ਨਹੀਂ ਹੋਣੀ, ਇਹ ਇਸ ਕਾਰੋਬਾਰ ਦਾ ਪਹਿਲਾ ਅਸੂਲ ਹੈ। ਆਪਾਂ ਡਾਇਰੈਕਟ ਨਹੀਂ ਪਹੁੰਚ ਸਕਦੇ, ਹਾਂ ਪਹਿਲੀ ਉਹਦੇ ਤੱਕ ਪਹੁੰਚ ਤੁਹਾਡੀ ਨਹੀਂ ਹੋਣੀ, ਇਹ ਪਹਿਲਾ ਅਸੂਲ ਹੈ। ਇਹ ਸਾਈਕੋਲੋਜੀਕਲੀ ਵੀ ਰੱਖਿਆ ਜਾਂਦਾ, ਕਿਉਂਕਿ ਜਿਸ ਚੀਜ਼ ਤੱਕ ਆਪਣੀ ਪਹੁੰਚ ਨਾ ਹੋਵੇ, ਇੱਕ ਇੱਕ ਡਰ ਜਿਹਾ ਵੀ ਬਣਿਆ ਰਹਿੰਦਾ ਅਤੇ ਇੱਕ ਚਾਹਨਾ ਵੀ ਬਣੀ ਰਹਿੰਦੀ ਹੈ ਵੀ ਯਾਰ ਬਾਬਾ ਜੀ ਮਤਲਬ ਕਿਤੇ ਕਾਸ਼ ਇੱਕ ਵਾਰ ਦਰਸ਼ਨ ਹੋ ਜਾਣ, ਉਹ ਕੋਈ ਆਸ਼ੀਰਵਾਦ ਦਾ ਹੱਥ ਰੱਖ ਲੈਣ ਅਤੇ ਮੇਰੀਆਂ ਪਾਉਂ ਬਾਰਾਂ, ਹੈ ਨਾ। ਇੱਕ ਤਾਂ ਪਹਿਲਾ ਤਰੀਕਾ ਤਾਂ ਇਹਦਾ ਇਹ ਹੈ, ਪਰ ਇਹਦੇ ਵਿੱਚ ਸਾਧਾਂ ਨੂੰ ਬੜੇ ਬੈਨੀਫਿਟ ਨੇ। ਸਾਧਾਂ ਨੂੰ ਬੈਨੀਫਿਟ ਇਹ ਹੈ ਕਿ ਵੀ ਇੱਕ ਦੇਖੋ, ਜਦੋਂ ਤੁਹਾਡੀ ਪਹੁੰਚ ਨਹੀਂ ਹੈਗਾ, ਤੁਹਾਡੇ ਦਿਮਾਗ 'ਚ ਕੋਈ ਕੋਤਾ ਸਵਾਲ ਆਇਆ, ਨਾ ਤੁਹਾਨੂੰ ਸਾਧ ਨੇ ਮਿਲਣਾ, ਨਾ ਤੁਸੀਂ ਸਵਾਲ ਕਰ ਸਕਦੇ ਹਾਂ, ਇਹਦਾ ਮਤਲਬ ਸਾਧ ਨੂੰ ਉਹੋ ਜਿਹੇ ਸਵਾਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ। ਦੂਜੀ ਚੀਜ਼ ਇਹ ਕਿ ਜਿਹੜਾ ਇਸ ਕਾਰੋਬਾਰ ਨੂੰ ਚਲਾਉਣਾ ਨਾ, ਉਹਦੇ ਲਈ ਇਹ ਬੰਦੇ ਪਹਿਲਾਂ ਪਲਾਨ ਕੀਤੇ ਜਾਂਦੇ। ਬੋਸ ਮੈਂ ਨਾਂ ਨਹੀਂ ਲੈਂਦਾ, ਪਰ ਮੈਂ ਇਸ ਇਹੋ ਜਿਹੇ ਨਾ ਕੰਮਾਂਕਾਰਾਂ ਵਾਲੇ ਬੰਦੇ ਨੂੰ ਮਿਲਿਆ। ਕੰਮ ਕੀ ਹੈ ਕਿ ਵੀ ਮੰਨ ਲਓ ਤੁਸੀਂ ਹੈ, ਤੁਸੀਂ ਇੱਕ ਜੋਬ ਕਰਦੇ ਹੋ, ਤੁਹਾਨੂੰ ਅੱਜ ਇੱਕ ਟੀ ਵੀ ਚੈਨਲ ਦੇ ਵਿੱਚ ਜੋਬ ਮਿਲਦੀ ਹੈ, ਤੁਹਾਨੂੰ ਉਹਦੇ ਵਿੱਚ ਇੱਕ ਹੈਂਡਸਮ ਕਹਿ ਲਓ ਕਿ ਵੀ ਅਮਾਊਂਟ ਪੇ ਕੀਤੀ ਜਾਂਦੀ ਹੈ, ਤੁਹਾਡੇ 'ਚ ਦੇਖਿਆ ਜਾਂਦਾ ਕਿ ਯਾਰ ਬੀਬੀ 'ਚ ਟੈਲੈਂਟ ਅੱਛਾ, ਅਤੇ ਨਾ ਜੇ ਇਹ ਸਾਡੀ ਫੋਲੋਅਰ ਬਣ ਜਾਵੇ ਤਾਂ ਅੱਗੇ ਕਿੰਨੀਆਂ ਨੂੰ ਲੈ ਕੇ ਆਊਗੀ, ਕਿਉਂਕਿ ਇਹਦੇ ਵੱਲ ਦੇਖ ਕੇ ਕਈਆਂ ਨੇ ਆ ਜਾਣਾ। ਤੁਹਾਨੂੰ ਇੱਕ ਹੈਂਡਸਮ ਅਮਾਊਂਟ ਮੰਥਲੀ ਪੇ ਕਰਨ ਦੇ ਲਈ ਮਨਾ ਲਿਆ ਜਾਂਦਾ, ਐਂਡ ਇਹ ਵਾਪਰਦਾ ਜੇ, ਮੈਂ ਤੁਹਾਨੂੰ ਤਾਂ ਦੱਸ ਰਿਹਾ, ਇਹ ਸੱਚਾਈ ਹੈ। ਤੁਸੀਂ ਉਹਨਾਂ ਦੀ ਨੌਕਰੀ ਕਰਨ ਲੱਗ ਜਾਂਦੇ ਹੋ, ਕਹਿਣ ਨੂੰ ਤੁਹਾਡਾ ਕੰਮ ਹੁੰਦਾ ਕਿ ਤੁਸੀਂ ਸਿਰਫ ਇਹ ਸ਼ੋਅ ਕਰਨਾ ਕਿ ਮੇਰੀ ਬਾਬਿਆਂ ਤੋਂ ਬਿਨਾਂ ਗਤੀ ਨਹੀਂ ਹੈਗੀ, ਇਹੀ ਬਾਬੇ ਸਾਰਾ ਕੁਛ ਕਰਦੇ ਆ, ਇਹਨਾਂ ਨੇ ਮੈਨੂੰ ਇੱਥੇ, ਇਹਨਾਂ ਨੇ ਪਹੁੰਚਾਉਣਾ। ਐਂਡ ਇਹਦੇ ਲਈ ਉਹ ਕੀ ਕਰਦੇ ਨੇ, ਜਿਹੜੇ ਵੱਡੇ ਵੱਡੇ ਤੁਹਾਨੂੰ ਅਫਸਰ ਮਿਲ ਜਾਣ ਜਾਂ ਪੋਲੀਟੀਸ਼ੀਅਨ ਮਿਲ ਜਾਣ ਜਾਂ ਕੋਈ ਫਿਲਮੀ ਅਦਾਕਾਰ ਮਿਲ ਜਾਣ, ਕੋਈ ਟੀ ਵੀ ਕਲਾਕਾਰ ਮਿਲ ਜਾਣ, ਕਿਉਂਕਿ ਉਹਨਾਂ ਵੱਲ ਦੇਖ ਕੇ ਬਾਕੀਆਂ ਨੇ ਆਉਣਾ ਹੁੰਦਾ, ਉਹਨਾਂ ਦਾ ਤਾਂ ਕਾਰੋਬਾਰ ਹੈ। ਅਗਲੇ ਨੂੰ ਲੱਗਿਆ ਵੀ ਯਾਰ ਬਾਬਾ ਪੈਸੇ ਦਿੰਦਾ, ਕਰਨਾ ਕੀ,
ਵੀ ਤੇਰਾ ਦਿਮਾਗ ਖਰਾਬ ਆ ਵੀ ਉਹ ਕੋਈ ਸਾਧਨ ਚੋਂ ਸਾਧ ਆ ਜਿਹਦੇ ਡੇਰੇ 'ਤੇ ਜਾਣਾ ਅਤੇ ਤੁਸੀਂ ਮੈਨੂੰ ਅੱਗੋਂ ਕੀ ਕਹਿਣਾ ਆਪਕੋ ਪਤਾ ਹੈ ਵੋ ਫਲਾਨਾ ਫਲਾਨਾ ਜੋ ਬੰਦਾ ਹੈ ਫਿਲਮੋਂ ਵਾਲਾ ਇੱਦਾਂ ਹੀ ਹੁੰਦਾ ਹੈ ਨਾ ਵੋ ਵੀ ਤਾਂ ਜਾਤਾ ਹੈ ਇੱਦਾਂ ਹੀ ਜਾਂ ਕਿਸੇ ਨੂੰ ਤੁਹਾਨੂੰ ਐਂ ਕਹਿਣਾ ਵੀ ਉਹ ਫਲਾਨੇ ਆਪਣੇ ਅਫਸਰ ਸਾਹਿਬ ਐਡਾ ਵੱਡਾ ਅਫਸਰ ਕਿੱਥੇ ਜਾਂ ਜੇ ਉਹ ਮੰਨ ਲਓ ਉਸੇ ਮਹਿਕਮੇ 'ਚ ਕੰਮ ਕਰਦਾ ਨਾ ਅੱਛਾ ਤੁਹਾਡਾ ਜਿਹੜਾ ਬੌਸ ਆ ਉਹ ਤਾਂ ਜਾਂਦਾ ਉੱਥੇ ਅਤੇ ਤੁਹਾਨੂੰ ਬਾਬਾ ਐਂ ਲੱਗਦਾ ਪ੍ਰੋਬਲਮ ਆ ਨਾ ਹੁਣ ਇਹ ਸਾਰੇ ਕੁਛ ਨੂੰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਿਆ ਉਹਨਾਂ ਨੂੰ ਪਤਾ ਵੀ ਇਹ ਕਾਰੋਬਾਰ ਕੀ ਹੈ ਕਿੱਦਾਂ ਚਲਾਉਣਾ ਅਤੇ ਕਿੱਦਾਂ ਇਹਦੇ 'ਚ ਏਜੰਟ ਰੱਖਣੇ ਨੇ ਉਹ ਜਿਹੜੇ ਏਜੰਟ ਨੇ ਉਹ ਫਿਰ ਧੜਾ ਧੜ ਬੰਦੇ ਉੱਥੇ ਲੈ ਜਾਂਦੇ ਆ ਅਤੇ ਅਲਟੀਮੇਟਲੀ ਕਾਰੋਬਾਰ ਜਿਹੜਾ ਉਹ ਵਾਧਾ ਫੁੱਲਦਾ ਰਹਿੰਦਾ ਇਹਦੇ ਵਿੱਚ ਇੱਕ ਲੋੜ ਆਪਣੀ ਵੀ ਹੈਗੀ ਹੈ ਹੁਣ ਤੁਸੀਂ ਅੱਜ ਦੀ ਡੇਟ 'ਚ ਨਾ ਕਿਸੇ ਨੂੰ ਬੁਲਾ ਕੇ ਦੇਖ ਲਓ ਚੰਗਾ ਭਲਾ ਖੁਸ਼ ਬੰਦਾ ਪਤਾ ਕੀ ਲੱਭਦਾ ਰਹਿੰਦਾ ਪਤਾ ਨਹੀਂ ਯਾਰ ਮਤਲਬ ਖੁਸ਼ੀ ਜੀ ਨਹੀਂ ਹੈਗੀ ਮੈਂ ਕੀ ਕਰਾਂ ਕਾਰੋਬਾਰ 'ਚ ਕੋਈ ਗੱਲ ਹੈ ਨਹੀਂ ਇਹ ਤਾਂ ਮੁਸ਼ਕਲਾਂ ਨੇ ਹਰੇਕ ਨੂੰ ਆਉਂਦੀਆਂ ਨੇ ਪਰ ਆਪਾਂ ਨੂੰ ਲੱਗਦਾ ਵੀ ਬਾਬਾ ਇਹਦਾ ਸ਼ਾਇਦ ਹੱਲ ਕਰ ਦੂਗਾ ਫਿਰ ਹੌਲੀ ਹੌਲੀ ਬੰਦਾ ਉਸ ਪਾਸੇ ਤੁਰ ਪੈਂਦਾ ਅਤੇ ਜਦੋਂ ਉਸ ਪਾਸੇ ਤੁਰ ਪੈਂਦਾ ਫਿਰ ਉਹ ਟਰੈਪ 'ਚ ਐਸਾ ਫਸਦਾ ਵੀ ਫਿਰ ਉੱਥੋਂ ਨਿਕਲਣਾ ਔਖਾ ਮੋਸਟਲੀ ਕੀ ਹੁੰਦਾ ਕਿ ਇਹਨਾਂ ਡੇਰਿਆਂ ਦੇ ਵਿੱਚ 80% ਜਿਹੜੇ ਬੰਦੇ ਨੇ ਨਾ ਉਹ ਐਕਚੁਅਲ ਸ਼ਰਧਾਲੂ ਹੁੰਦੇ ਆ ਵਿਚਾਰੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬਾਬਾ ਕੀ ਆ ਕੀ ਨਹੀਂ ਆ ਜਦੋਂ ਆਪਾਂ ਹੁਣ ਵੀ ਕਹੀਏ ਜਿਹੜੇ 2-4 ਸਾਧ ਅੰਦਰ ਵੀ ਗਏ ਨੇ ਨਾ ਉਹਨਾਂ ਨੂੰ ਮੰਨਣ ਵਾਲੇ ਅੱਜ ਵੀ ਹੈਗੇ ਆ ਉਹਨਾਂ ਨੂੰ ਉਦੋਂ ਤੱਕ ਵੀ ਨਹੀਂ ਸੀ ਪਤਾ ਲੱਗਿਆ ਕਿ ਬਾਬਾ ਕਰਦਾ ਗਿਆ ਲੋਕੀ ਰੋਂਦੇ ਪਏ ਸੀ ਕੱਲ ਆਸਾ ਰਾਮ ਬਾਪੂ ਜੀ ਨੂੰ ਜਦੋਂ ਸਜ਼ਾ ਜੀ ਕਹਿਤਾ ਵੈਸੇ ਜੀ ਨਹੀਂ ਕਹਿਣਾ ਚਾਹੀਦਾ ਆਸਾ ਰਾਮ ਵੱਡਿਆਂ ਦਾ ਨਾਮ ਮੰਨਦਾ ਮੂੰਹ ਚੋਂ ਜੀ ਨਿਕਲ ਜਾਂਦਾ ਇਹ ਸਾਡੇ ਸੰਸਕਾਰ ਨੇ ਸੋ ਆਪਾਂ ਬੋਲ ਰਹੇ ਹਾਂ ਜਦੋਂ ਉਹਨਾਂ ਨੂੰ ਸਜ਼ਾ ਮਿਲੀ ਹੈ ਤੇ ਲੋਕੀ ਰੋ ਰਹੇ ਸੀ ਹਵਨ ਕੀਤੇ ਜਾ ਰਹੇ ਸੀ ਬਾਪੂ ਜੀ ਨੂੰ ਸਜ਼ਾ ਨਾ ਮਿਲੇ ਜੀ ਬਾਪੂ ਜੀ ਬਚ ਜਾ ਜੀ ਬਾਪੂ ਜੀ ਨੇ ਕੀਤਾ ਕੀ ਹੈ ਬਾਪੂ ਆਪ ਵੀ ਤਾਂ ਮੰਤਰ ਪੜ੍ਹਦਾ ਸੀ ਉਦੋਂ ਉੱਥੇ ਅੰਦਰ ਮਤਲਬ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਪੂ ਨੇ ਕੀਤਾ ਕੀ ਹੈ ਨਹੀਂ ਪਤਾ ਹੀ ਕਰਨਾ ਹੁਣ ਇਹ ਦੇਖੋ ਇਹ ਪਤਾ ਨਹੀਂ ਲੱਗਣ ਦਿੱਤਾ ਗਿਆ ਮੈਂ ਕੱਲ੍ਹ ਜਦੋਂ ਉਹਦੇ ਬਾਰੇ ਪੜ੍ਹ ਰਿਹਾ ਸੀ ਨਾ ਤਾਂ ਇੱਕ ਨਹੀਂ ਉਹ ਤਾਂ ਹੁਣ ਲਾਈਨ ਲੱਗੀ ਪਈ ਹੈ ਲੋਕਾਂ ਦੀ ਦੱਸਣ ਵਾਲਿਆਂ ਦੀ ਵੀ ਉਹ ਕੀ ਈਵਨ ਇੱਕ ਉਹਦੀ ਕਹਿ ਲਓ ਕਿ ਵੀ ਆਪਣੀ ਪੈਰੋਕਾਰ ਹੈ ਉਹਨੇ ਉਹ ਪੂਰੀ ਡਿਟੇਲ ਦੇ ਵਿੱਚ ਦੱਸਿਆ ਡਿਟੇਲ 'ਚ ਉਹਨੇ ਇਹ ਦੱਸਿਆ ਕਿ ਵੀ ਇਹ ਕਿਵੇਂ ਮੈਨੂੰ ਕਹਿੰਦਾ ਸੀ ਕਿ ਵੀ ਤੂੰ ਵੀ ਸ਼ਰਨ ਦੇ ਵਿੱਚ ਆ ਜਾ ਪਰ ਉਹ ਸ਼ਰਨ 'ਚ ਆਈ ਨਹੀਂ ਐਂਡ ਉਹਨੇ ਇੱਕ ਥਾਂ 'ਤੇ ਕੋਟ ਕੀਤਾ ਉਹਨੇ ਕਿਹਾ ਕਿ ਓਪਨਲੀ ਕਈ ਵਾਰ ਉਹਨੇ ਆਪਣੇ ਸਮਾਗਮਾਂ 'ਚ ਕਹਿਤਾ ਕਿ ਜਿਹੜਾ ਇਹਨੂੰ ਸਮਝਾ ਦੇਗਾ ਨਾ ਉਹਨੂੰ ਮੈਂ 1,00,000 ਰੁਪਈਆ ਦਊਂਗਾ ਹੁਣ ਸਮਝਾ ਦੇਂਗੇ ਇਹਦੇ ਵਿੱਚ ਤੁਸੀਂ ਆਪ ਸਮਝ ਲਓ ਵੀ ਉਹ ਕਿਹੜੀ ਗੱਲ ਦਾ ਮਤਲਬ ਹੋਊਗਾ ਉਹ ਜਿਹੜੀ ਉਹਦੀ ਪੈਰੋਕਾਰ ਹੈ ਨਾ ਉਹ ਕਹਿੰਦੀ ਹੈ ਕਿ ਵੀ 1,00,000 ਰੁਪਈਆ ਵੀ ਇਹ ਦੇਣ ਨੂੰ ਤਿਆਰ ਸੀ ਵੀ ਹਾਂ ਤੂੰ ਮੰਨ ਲਵਾ ਪਰ ਉਹਨੂੰ ਇਹ ਕਹਿੰਦਾ ਕੀ ਸੀ ਕਹਿੰਦਾ ਇਹ ਸੀ ਕਿ ਵੀ ਜਿਹੜੀਆਂ ਵੀ ਕੁੜੀਆਂ ਉਹਦੇ ਉੱਥੇ ਆਉਂਦੀਆਂ ਸੀ ਸਤਸੰਗ ਦੇ ਵਿੱਚ ਸੁਣਨ ਜਿਹਦੇ 'ਤੇ ਉਹਦੀ ਅੱਖ ਆ ਜਾਂਦੀ ਸੀ ਉਹਦੇ ਵੱਲ ਜਾਂ ਤਾਂ ਕੋਈ ਨਾ ਕੋਈ ਫਲ ਸੁੱਟ ਦਿੰਦਾ ਸੀ ਜਾਂ ਕੋਈ ਕੈਂਡੀ ਸੁੱਟ ਦਿੰਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਇਹ ਅਗਲਾ ਸ਼ਿਕਾਰ ਹੈ ਅੱਛਾ ਇਹ ਸਾਈਨ ਰੱਖਿਆ ਜਾਂਦਾ ਇਹ ਸਾਈਨ ਰੱਖਿਆ ਜਾਂਦਾ ਸੀ ਅਤੇ ਉਹ ਸਾਈਨ ਦੇ ਵਿੱਚ ਕੀ ਹੁੰਦਾ ਸੀ ਕਿ ਫਿਰ ਜਿਹੜੇ ਉਹਦੇ ਏਜੰਟਸ ਨੇ ਹੌਲੀ ਹੌਲੀ ਉਹਦੇ ਕੋਲ ਪਹੁੰਚ ਜਾਂਦੇ ਸੀ ਫਿਰ ਉਹ ਕੁੜੀ ਕਿਹਦੇ ਨਾਲ ਆਈ ਆ ਉਹਦੇ ਮਾਂ ਪਿਓ ਕੀ ਕਰਦੇ ਨੇ ਫਿਰ ਉਸ ਏਰੀਏ ਦਾ ਜਿਹੜਾ ਉਹਨਾਂ ਦਾ ਏਜੰਟ ਹੈ ਉਹਨੂੰ ਉੱਥੋਂ ਤੱਕ ਜਾਣਾ ਉਹਨੂੰ ਮਨਾਉਣਾ ਉਹਨੂੰ ਇਹ ਗੱਲਾਂ ਦੱਸਣੀਆਂ ਕਿ ਦੇਖੋ ਜੀ ਤੁਹਾਡੀ ਬੱਚੀ ਦੇ ਉੱਪਰ ਬਾਬਾ ਜੀ ਦੀ ਕਿਰਪਾ ਹੋਈ ਆ ਹੈ ਨਾ ਅਤੇ ਉਹ ਉਹਨਾਂ ਨੂੰ ਕੁਟੀਆ 'ਚ ਬੁਲਾ ਰਹੇ ਆ ਐਂਡ ਮੋਸਟਲੀ ਜਿਹੜੇ ਪੇਰੈਂਟਸ ਸੀ ਉਹ ਰਾਜ਼ੀ ਹੋ ਜਾਂਦੇ ਨਹੀਂ ਤੇ ਪਰਿਵਾਰ ਵਾਲਿਆਂ ਨੂੰ ਬਾਅਦ 'ਚੋਂ ਪਤਾ ਨਹੀਂ ਚੱਲਦਾ ਸੀ ਕਿ ਉਹਨਾਂ ਦੇ ਬੱਚਿਆਂ ਦੇ ਨਾਲ ਹੋਇਆ ਕੀ ਹੈ ਦੋ ਤਿੰਨ ਕਾਰਨ ਸੀ ਨਾ ਦੇਖੋ ਇੱਕ ਤਾਂ ਇਸ ਕੇਸ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਅਲਟੀਮੇਟਲੀ ਸਾਧ ਫਸ ਗਿਆ ਜ਼ਿਆਦਾਤਰ ਕੀ ਹੁੰਦਾ ਕਿ ਮੋਸਟਲੀ ਫੈਮਲੀਜ਼ ਦੋ ਤਰ੍ਹਾਂ ਦਾ ਕਰਕੇ ਨਹੀਂ ਬੋਲਦੀਆਂ ਪਹਿਲਾ ਕਾਰਨ ਤਾਂ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਇਹ ਗੱਲ ਕਹੀ ਤਾਂ ਸਾਡੀ ਬੱਚੀ ਦੀ ਲਾਈਫ ਖਰਾਬ ਹੋ ਜਾਣੀ ਹੈ ਵੀ ਚੱਲ ਕੋਈ ਗੱਲ ਨਹੀਂ ਧੀਏ ਤੂੰ ਇਹਨੂੰ ਮਿੱਟੀ ਪਾ ਇਹ ਜ਼ਿਆਦਾਤਰ ਹੁੰਦਾ ਉਹ ਇਸ ਕਰਕੇ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅੱਜ ਇੱਥੇ ਅਸੀਂ ਜਾਂਦੇ ਸੀ ਕੱਲ੍ਹ ਨੂੰ ਇਹਨੂੰ ਇਹਦਾ ਵਿਆਹ ਨਹੀਂ ਹੋਣਾ ਜੇ ਇਹ ਗੱਲ ਬਾਹਰ ਨਿਕਲ ਆਈ ਤਾਂ ਫਿਰ ਕਈ ਕੁਛ ਸੋਚਿਆ ਜਾਂਦਾ ਪੇਰੈਂਟ ਸੋਚਦੀ ਹੈ ਅਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਵੀ ਜੇ ਅਸੀਂ ਰੌਲਾ ਪਾਵਾਂਗੇ ਤਾਂ ਅਗਲੇ ਤਾਂ ਤੁਹਾਨੂੰ ਪਤਾ ਹੀ ਹੈ ਜੇ ਬਾਬਾ ਅੰਦਰ ਸੀਗਾ ਤਾਂ ਉਦੋਂ ਪਿੱਛੇ ਜਿਹੜੇ ਗਵਾਹੀ ਦੇਣ ਵਾਲੇ ਕਿੰਨਿਆਂ ਨੂੰ ਉਹਨੇ ਧਮਕੀਆਂ ਵੀ ਦਿੱਤੀਆਂ ਕਈ ਮਰੇ ਵੀ ਅਤੇ ਫਿਰ ਜੇ ਕੋਈ ਆਵਾਜ਼ ਚੁੱਕਦਾ ਵੀ ਅਗਲਿਆਂ ਦੇ ਕੋਲ ਡੰਡਾ ਹੈਗਾ ਕਿਉਂਕਿ ਨਾ ਜਦੋਂ ਮੈਨੂੰ ਸਟਾਰਟਿੰਗ ਜਦੋਂ ਮੈਂ ਗੱਲ ਕੀਤੀ ਵੀ ਕਾਰੋਬਾਰ ਬੜਾ ਵਧੀਆ ਹੁਣ ਕਾਰੋਬਾਰ ਦੇ ਵਿੱਚ ਲਿੰਕ ਤੁਹਾਡੇ ਜਿਹੜੇ ਪੁਲਿਸ ਵਾਲਿਆਂ ਨਾਲ ਵੀ ਹੈਗੇ ਆ ਅਫਸਰਾਂ ਨਾਲ ਵੀ ਹੈਗੇ ਆ ਵਕੀਲਾਂ ਨਾਲ ਵੀ ਹੈਗੇ ਆ ਤੁਹਾਡੇ ਪੋਲੀਟੀਸ਼ੀਅਨਸ ਨਾਲ ਵੀ ਹੈਗੇ ਫੋਨ 'ਤੇ ਤੁਹਾਡੇ ਸਾਰੇ ਕੰਮ ਹੋਣੇ ਆ ਵੀ ਜੇ ਕੋਈ ਏਰੀਏ 'ਚ ਕੋਈ ਹੈਗਾ ਤਾਂ ਉੱਥੇ ਵੀ ਉਹ ਠੰਡਰ ਸਾਹਿਬ ਜਾ ਕੇ ਉਹਨੂੰ ਦੋ ਦਬਕੇ ਮਾਰ ਆਉਣਗੇ ਅਗਲਾ ਬੰਦਾ ਚੁੱਪ ਹੈ ਸੋ ਇਸ ਕਰਕੇ ਧੰਦਾ ਬਹੁਤ ਵਧੀਆ ਇਹਦੇ ਵਧਣ ਫੁੱਲਣ ਦਾ ਕਾਰਨ ਇੱਕ ਇਹ ਵੀ ਹੈ ਕਿ ਵੀ ਪੋਲੀਟੀਸ਼ੀਅਨਸ ਨੂੰ ਇਹਦੀ ਕੀ ਲੋੜ ਆ ਬਹੁਤ ਸਪੋਰਟ ਮਿਲਦੀ ਹੈ ਹਾਂ ਪੋਲੀਟੀਸ਼ੀਅਨ ਦੇਖੋ ਮੈਂ ਤਾਂ ਕਈ ਵਾਰ ਸੋਚਦਾ ਪਿੰਡ 'ਚ ਕਿਸੇ ਦੀਆਂ 15-20 ਵੋਟਾਂ ਆਉਣ ਨਾ ਜੀ ਅਗਲਾ ਬੰਦਾ 3600 ਬਾਰਗੇਨਿੰਗਸ ਕਰਦਾ ਸਾਡੀਆਂ 20 ਵੋਟਾਂ ਕਿੰਨੇ ਪੈਸੇ ਦਿਓਗੇ ਇੰਨੇ ਹੀ ਲੈਣੇ ਆ ਹੈ ਨਾ ਹੁਣ ਜਿਹੜਾ 15-20 ਵੋਟਾਂ ਵਾਲਾ ਜੇ ਉਹ ਇੱਕ ਰਾਜਨੇਤਾ ਦੇ ਜਾਂ ਉਹਦੇ ਬੰਦਿਆਂ ਦੇ ਅੱਗੇ ਇੱਦਾਂ ਦੀ ਬਾਰਗੇਨਿੰਗ ਕਰ ਸਕਦਾ ਅਤੇ ਜਿਹੜੇ ਬੰਦੇ ਕੋਲ ਬੰਦਿਆਂ ਦਾ ਘੱਟ ਹੈ ਕੋਈ ਨਹੀਂ ਵੋਟਾਂ ਹੀ ਵੋਟਾਂ ਨੇ ਸਿਰਫ ਇੱਕ ਵਾਰ ਸਟੇਜ 'ਤੇ ਆ ਕੇ ਬਾਬਾ ਜੀ ਨੇ ਆਸ਼ੀਰਵਾਦ ਦੇਣਾ ਵੀ ਫਲਾਨਿਆਂ ਨੂੰ ਇਸ ਵਾਰ ਨਿਹਾਲ ਕਰ ਦਿਓ ਅਤੇ ਉਹ ਤਾਂ ਫਿਰ ਪੋਲੀਟੀਸ਼ੀਅਨ ਤਾਂ ਮੱਥਾ ਟੇਕਣਗੇ ਬਾਬਾ ਜੀ ਵੀ ਮਤਲਬ ਸਟੇਜ 'ਤੇ ਆ ਕੇ ਅੱਖਾਂ ਦੇ ਨਾਲ ਤਾੜ ਲੈਂਦੇ ਨੇ
ਵੀ ਭੁਗਤਣਾ ਤੁਸੀਂ ਇਸ ਪਾਸੇ। ਕਈ ਓਪਨਲੀ ਕਹਿ ਦਿੰਦੇ ਨੇ, ਕਈ ਉਹ ਅਖਬਾਰਾਂ 'ਚ ਮੀਡੀਆ 'ਚ ਨਹੀਂ ਆਉਂਦਾ, ਉਹ ਆਪਣੇ ਤੌਰ ਦੇ ਉੱਪਰ ਸਪੋਰਟ ਦੇ ਦਿੰਦੇ ਨੇ ਵੀ ਐਤਕੀ ਸਾਡੇ ਵਾਲੇ ਤੁਹਾਨੂੰ ਵੋਟਾਂ ਪਾ ਦਿੰਦੇ। ਸੋ ਜਦੋਂ ਡੀਲਿੰਗ ਹੋਣ ਲੱਗ ਗਈ ਤਾਂ ਬਟ ਨੈਚੁਰਲ ਹੈ ਕਿ ਜੇ ਇੱਕ ਵਾਰ ਤੁਹਾਡੀ ਸਰਕਾਰ ਬਣਾਈ ਹੈ ਤਾਂ ਫਿਰ ਤੁਹਾਡੀ ਸਰਕਾਰ ਦੇ ਹੁੰਦਿਆਂ ਅਸੀਂ ਚਾਹੇ ਸਰਕਾਰੀ ਜ਼ਮੀਨ ਦੱਬੀਏ, ਚਾਹੇ ਲੋਕਾਂ ਨੂੰ ਮਾਰੀਏ, ਚਾਹੇ ਅਸੀਂ ਕਿਸੇ ਨਾਲ ਕੋਈ ਨਜਾਇਜ਼ ਕਰੀਏ ਜਾਂ ਧੱਕਾ ਕਰੀਏ, ਅਤੇ ਫਿਰ ਸਰਕਾਰ ਆਪਣੀ ਆ ਅਤੇ ਪ੍ਰਸ਼ਾਸਨ ਆਪਣਾ, ਪੁਲਿਸ ਆਪਣੀ ਆ, ਅਤੇ ਫਿਰ ਕਹਿਣਾ ਕਿਸੇ ਨੇ ਕੀ। ਸੋ ਇਸ ਕਰਕੇ ਧੰਦਾ ਬਹੁਤ ਵਧੀਆ, ਇਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਗੁਰਬਚ ਜੀ, ਇੱਕ ਗੱਲ ਕੀਤੀ ਜਾਵੇ ਵਹਿਮਾਂ ਭਰਮਾਂ ਦੀ, ਆਪਾਂ ਵਹਿਮਾਂ ਭਰਮਾਂ ਦੇ ਵੱਲ ਵਧੀ ਜਾ ਰਹੇ ਹਾਂ। ਇੱਕ ਪਾਸੇ ਅਸੀਂ ਪੰਡਿਤ ਕੋਲ ਜਾਂਦੇ ਹਾਂ ਜੀ, ਬਾਬਾ ਜੀ ਦੇਖੀਏ, ਮੇਰਾ ਹਾਥ ਦੇਖੇ, ਇਸਮੇਂ ਸ਼ਨੀ ਹੈ ਕਿ ਕਿਆ ਹੈ, ਉਹ ਬਾਬਾ ਦੱਸਦਾ ਫਲਾਣੀਆਂ ਫਲਾਣੀਆਂ ਚੀਜ਼ਾਂ। ਦੂਜੇ ਪਾਸੇ ਅਸੀਂ ਗੁਰਦੁਆਰੇ ਮੰਦਰ ਜਾਂਦੇ ਹਾਂ ਜਾਂ ਕਿਸੇ ਵੀ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਮਤਲਬ ਉਸ ਚੀਜ਼ ਨੂੰ ਦਿਖਾਵਾ ਕਹਿ ਲਈਏ ਕਿ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਡਿਤ ਜੀ ਸਹੀ ਨੇ, ਦੂਜੇ ਪਾਸੇ ਅਸੀਂ ਬਾਬਾ ਜੀ ਕੋਲ ਵੀ ਮੰਗਦੇ, ਧਾਰਮਿਕਤਾ ਕਿਤੇ ਨਾ ਕਿਤੇ ਦਿਖਾਵਾ ਰਹਿ ਗਈ ਹੈ। ਬਣ ਗਈ, ਪਤਾ ਕਿਉਂ? ਆਪਾਂ ਨਾ ਜੇ ਤਾਂ ਸਹੀ ਰਸਤੇ 'ਤੇ ਚੱਲਣ ਦੀ ਗੱਲ ਕਰੀਏ, ਤੁਸੀਂ ਧਰਮ ਕੋਈ ਚੱਕ ਲਓ, ਧਰਮ ਚਾਹੇ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ ਜਾਂ ਹੋਰ ਦੁਨੀਆ ਦਾ ਕੋਈ ਵੀ ਧਰਮ ਹੈ, ਉਹ ਆਪਾਂ ਨੂੰ ਹਮੇਸ਼ਾ ਚੰਗੀਆਂ ਗੱਲਾਂ ਸਿਖਾਉਂਦਾ। ਈਵਨ ਤੁਸੀਂ ਡੇਰਿਆਂ 'ਤੇ ਚਲੇ ਜਾਓ, ਡੇਰੇ ਵਾਲਾ ਵੀ ਜਿਹੜਾ ਬਾਹਰਲਾ ਫਰਲਾ ਪਰਚਾ ਜਿਹੜਾ ਕਹਿ ਲਓ ਕਿ ਛਾਪਿਆ ਹੁੰਦਾ, ਉਹਦੇ 'ਤੇ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਲਿਖੀਆਂ ਹੁੰਦੀਆਂ। ਇੱਦਾਂ ਲਿਖਿਆ ਹੁੰਦਾ ਵੀ ਜਿਵੇਂ ਬਸ ਇਹ ਜਿਹੜੇ ਬਾਬਾ ਜੀ ਨੇ, ਇਹਨਾਂ ਦੇ 'ਤੇ ਡਾਇਰੈਕਟ ਉੱਥੇ ਕਮਰਾ ਹੈ ਸਵਰਗ ਦੇ ਵਿੱਚ, ਅਤੇ ਜਿਹੜਾ ਇਹਨਾਂ ਦਾ ਫੋਲੋਅਰ ਹੋਇਆ ਸਿੱਧਾ ਠਾ ਉਸ ਕਮਰੇ 'ਚ ਇਹਨਾਂ ਦੀ ਐਂਟਰੀ ਕਰਾ ਦੇਣੀ ਹੈ। ਮੋਸਟਲੀ ਇੱਦਾਂ ਹੁੰਦਾ। ਪਰ ਹੁਣ ਚੱਕਰ ਇਹ ਹੈ ਕਿ ਵੀ ਆਪਾਂ ਵੀ ਆਪਣੀ ਜਿਹੜੀ ਜ਼ਿੰਦਗੀ ਹੈ ਨਾ, ਉਹਨੂੰ ਓਨਾ ਕਹਿ ਲਓ ਕਿ ਡਿਸਿਪਲਿਨ ਦੇ ਵਿੱਚ ਨਹੀਂ ਰੱਖ ਪਾਉਂਦੇ। ਹੁਣ ਜੇ ਮੈਂ ਆ, ਮੈਂ ਕਾਰੋਬਾਰ ਕਰਦਾ, ਮੈਨੂੰ ਲੱਗਦਾ ਕਿ ਵੀ ਇੱਥੇ ਵੀ ਥੋੜ੍ਹੀ ਜਿਹੀ ਕੁੰਡੀ ਲਾਈ ਜਾ ਸਕਦੀ, ਮੈਂ ਕਰਦਾ ਜੀ, ਹੈ ਨਾ। ਹੁਣ ਕੁੰਡੀ ਮੈਂ ਲਾ ਲਈ ਅਤੇ ਮਨ ਦੇ ਵਿੱਚ ਤਾਂ ਹੈਗਾ ਮੈਂ ਕੁੰਡੀ ਲਾਈ, ਪਰ ਦੂਸਰੇ ਪਾਸੇ ਜਦੋਂ ਮੈਂ ਕਦੋਂ ਕਥਾ ਸੁਣ ਲਈ, ਮੈਂ ਕਿਸੇ ਦੇ ਕੋਈ ਵਿਚਾਰ ਸੁਣ ਲਏ, ਭਗਤਾ ਕਿਉਂ ਆਇਆ ਸੀ ਇੱਥੇ, ਇਹ ਦੁਨੀਆ ਦੇ ਉੱਪਰ ਸਭ ਕੁਛ ਇੱਥੇ ਹੀ ਰਹਿ ਜਾਣਾ, ਕੁਛ ਪਾ ਲਾ ਤੂੰ ਵੀ, ਹਨੇਰੇ ਵਾਲਾ ਕਮਰਾ ਹੁੰਦਾ, ਲਾਈਟਾਂ ਜਾਗ ਰਹੀਆਂ ਹੁੰਦੀਆਂ ਨੇ, ਬੰਦਾ ਜਿਹੜਾ ਸੋਚਦਾ ਅਸੀਂ ਸਵਰਗ 'ਚ ਆ ਗਏ, ਹੈ ਨਾ। ਉਹ ਜਿਹੜੀ ਫੀਲਿੰਗ ਜਦੋਂ ਆਉਂਦੀ ਹੈ, ਫਿਰ ਬੰਦਾ ਸੋਚਦਾ ਯਾਰ ਉਹ ਰੱਬ ਤਾਂ ਵੇਂਦਾ, ਹੁਣ ਮੈਂ ਕਰਾਂ ਕੀ। ਹੁਣ ਜਦੋਂ ਰੱਬ ਵੇਂਦਾ ਤਾਂ ਜੇ ਤਾਂ ਮੰਨ ਲਓ ਕਿਸੇ ਮੰਦਿਰ ਗੁਰਦੁਆਰੇ ਮਸਜਿਦ ਚਲਾ ਗਿਆ ਜਿੱਥੇ ਉਹਨੂੰ ਕਿਸੇ ਨੇ ਬੋਲ ਕੇ ਨਹੀਂ ਕਹਿਣਾ ਵੀ ਤੂੰ ਆਇਆ ਸੀ, ਤੇਰਾ ਫਲਾਨਾ ਪਾਪ ਹੈ, ਜਿਹਨੂੰ ਉਹ ਬੋਲ ਕੇ ਪਾਪ ਦੱਸ ਸਕੇ, ਅਤੇ ਅਗਲਾ ਬੰਦਾ ਕਹਿ ਦੇ ਕੋਈ ਗੱਲ ਨਹੀਂ ਜੀ ਹੋ ਗਿਆ ਕੇਸ ਸੈੱਟ, ਉੱਥੇ ਨਹੀਂ ਮਿਲਦਾ, ਉਹਨੂੰ ਮਿਲਦਾ ਇਸ ਪਾਸੇ ਕਿਉਂਕਿ ਉੱਥੇ ਇੱਕ ਏਜੰਟ ਬੈਠਾ। ਅਤੇ ਏਜੰਟਾਂ ਦਾ ਵੈਸੇ ਹੀ ਆਪਣੇ ਲੋਕਾਂ ਦਾ ਬੜਾ ਪਿਆਰ, ਤੁਸੀਂ ਭਾਵੇਂ ਲਾਇਸੈਂਸ ਬਣਾਉਣਾ ਹੋਵੇ 500 ਰੁਪਏ ਦਾ ਬੰਦਾ ਕਹਿੰਦਾ ਏਜੰਟ ਨੂੰ ਦਿਓ ਜੀ, ਸਿੱਧੀ ਰਾਹ ਨਹੀਂ ਜਾਣਾ। ਹੁਣ ਇਹ ਵੀ ਇੱਕ ਤਰ੍ਹਾਂ ਰੱਬ ਦੇ ਏਜੰਟ ਹੈ, ਅਤੇ ਜਦੋਂ ਬੰਦਾ ਉੱਥੇ ਜਾਂਦਾ ਤਾਂ ਏਜੰਟ ਸਾਹਿਬ ਕਹਿੰਦੇ ਆ ਵੀ ਅੱਛਾ ਕੋਈ ਗੱਲ ਨਹੀਂ, ਇੰਨਾ ਕੰਮ ਸੀ, ਤੁਸੀਂ ਆਹ ਦਾਨ ਦਕਸ਼ਣਾ ਇੱਥੇ ਦੇ ਦਿਓ ਅਤੇ ਆਹ ਤੁਹਾਡਾ ਮਸਲਾ ਹੱਲ ਹੋ ਜਾਣਾ। ਬੰਦੇ ਨੂੰ ਸੰਤੁਸ਼ਟੀ ਹੁੰਦੀ ਹੈ ਵੀ ਲੈ ਮੇਰਾ ਕੰਮ ਬਣ, ਹਾਂ ਮੈਂ ਉੱਧਰੋਂ ਉਹ ਕਹਾਣੀ ਪਾਈ ਸੀ, ਉੱਥੇ ਮੈਂ ਚੋਰੀ ਕੀਤੀ ਸੀ, ਉਸ ਚੋਰੀ ਦਾ ਕੁਝ ਹਿੱਸਾ ਇਸ ਚੋਰ ਨੂੰ ਦੇ ਦਿੱਤਾ ਗਿਆ, ਅਤੇ ਅਲਟੀਮੇਟਲੀ ਜਿਹੜਾ ਉਹ ਮੇਰੀ ਸੈਟਲਮੈਂਟ ਉਹ ਸਵਰਗਾਂ 'ਚ ਜਿਹੜਾ ਕਮਰਾ ਇਹਨਾਂ ਨੇ ਬੁੱਕ ਕਰਾਇਆ, ਉੱਥੇ ਮੇਰੇ ਪਾਪ ਜਿਹੜੇ ਉਹ ਕੱਟਦੇ ਨੇ। ਮਤਲਬ ਐਂ ਲੱਗਦਾ ਹੁੰਦਾ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਵੀ ਉਹ ਚਿੱਤਰਗੁਪਤ ਹੈ ਜੀ, ਉੱਥੇ ਸਾਰਾ ਹਿਸਾਬ ਕਿਤਾਬ ਕਰਦੇ ਮੋਢਿਆਂ 'ਤੇ ਬੈਠਦੇ। ਮੈਨੂੰ ਐਂ ਲੱਗਦਾ ਵੀ ਜਿਵੇਂ ਡਾਇਰੈਕਟ ਇਹ ਵੀ ਫੋਨ ਕਰ ਦਿੰਦੇ ਚਿੱਤਰਗੁਪਤ ਜੀ ਉੱਧਰੋਂ ਪੈਸੇ ਆ ਗਏ ਸੀ ਉਹ ਕੱਟ ਦਿਓ, ਅੱਛਾ ਫਿਰ ਇਹ ਪਾਪ ਕੱਟ ਦੇ, ਇਹਨਾਂ ਨੇ ਨਹੀਂ ਕੀਤਾ ਇੱਦਾਂ ਦਾ ਕੁਛ ਵੀ ਜੀ। ਮਤਲਬ ਆਹ ਕੁਛ ਤਾਂ ਆਪਾਂ ਕਰ ਰਹੇ ਹਾਂ, ਇਹ ਇੱਕ ਕਾਰਨ ਹੈ ਜਿਹਦਾ ਕਰਕੇ ਇਹ ਸਾਰਾ ਕੁਛ ਵਾਪਰ ਰਿਹਾ। ਹੁਣ ਜਦੋਂ ਮੈਂ ਅੰਦਰੋਂ ਖੋਟਾਂ ਅਤੇ ਮੈਂ ਡੈਫੀਨੇਟਲੀ ਖੋਟੇ ਬੰਦੇ ਕੋਲ ਜਾਊਂਗਾ। ਦੂਜੀ ਚੀਜ਼ ਤੁਹਾਨੂੰ ਦੱਸਦਾ ਉਹ ਇਹ ਹੈ ਕਿ ਵੀ ਆਪਾਂ ਨਾ ਧਰਮ ਨੂੰ ਜਦੋਂ ਆਪਾਂ ਨੂੰ ਦੱਸਿਆ ਜਾਂਦਾ, ਸਿਖਾਇਆ ਜਾਂਦਾ, ਬੜਾ ਔਖਾ ਜਿਹਾ ਕਰਕੇ ਪੇਸ਼ ਕੀਤਾ ਜਾਂਦਾ। ਤੁਸੀਂ ਚਾਹੇ ਬਾਬਿਆਂ ਦੀ ਕਥਾ ਹੀ ਸੁਣ ਲਓ ਜੀ, ਤੁਸੀਂ ਇੰਨੇ ਵਜੇ ਉੱਠਣਾ ਹੈ, ਆਹ ਪਾਠ ਕਰਨਾ ਹੈ, ਆਹ ਗੁਰਦੁਆਰੇ ਜਾਣਾ ਹੈ, ਝੂਠ ਵੀ ਨਹੀਂ ਬੋਲਣਾ, ਨਿੰਦਿਆ ਚੁਗਲੀ ਵੀ ਨਹੀਂ ਕਰਨੀ, ਮੋਹ ਮਾਇਆ ਤੋਂ ਦੂਰ ਰਹਿਣਾ ਆ, ਤੁਸੀਂ ਆਹ ਖਾਣਾ ਆ ਨਹੀਂ ਖਾਣਾ। ਦੂਜੇ ਪਾਸੇ ਦੇਖੋ ਜਦੋਂ ਬਾਬਾ ਜੀ ਉਪਦੇਸ਼ ਦਿੰਦੇ ਹੋਣਗੇ, ਇੱਕ ਚੇਲਾ ਜਾ ਉੱਠ ਕੇ ਆਏਗਾ, ਕਹੇਗਾ ਬਾਬਾ ਜੀ ਕੰਨ ਦੇ ਵਿੱਚ ਹਰ ਇੱਕ ਚੀਜ਼ ਸਮਝਾਏਗਾ, ਤੇ ਉਹ ਕੀ ਚੀਜ਼? ਉਹ ਕਈ ਵਾਰ ਇੱਦਾਂ ਹੁੰਦਾ ਵੀ ਬਾਬਾ ਜੀ ਗੱਲ ਆ ਵੀ ਭੇਟਾ ਨਹੀਂ ਜੀ ਅਜੇ ਇਹਨਾਂ ਨੇ ਦਿੱਤੀ, ਤੇ ਟਾਈਮ ਵੀ ਹੋ ਗਿਆ, ਅਗਾਂਹ ਅਗਲੀ ਪਾਰਟੀ ਦੇ ਫੋਨ ਆਉਂਦੇ, ਥੋੜਾ ਜਿਹਾ ਸਮੇਟੋ ਕੰਮ ਹੋਣ। ਤੇ ਜਾਂ ਵੀ ਕਈ ਯਾਰ ਇੱਦਾਂ ਹੁੰਦਾ ਵੀ ਜੇ ਬਾਬਾ ਕਦੇ ਕੀਰਤਨ ਕਰਨ ਡਿਆ ਤੇ ਉਧਰੋਂ ਵਿਚੋਲਾ ਆਣ ਕੇ ਦੱਸਦਾ ਵੀ ਉਹ ਨਾ ਗੱਡੀ ਪੈਂਚਰ ਹੋ ਗਈ ਉਹਨਾਂ ਦੀ, ਤੇ ਫਿਰ ਬੰਦਾ ਇੱਕ ਪਿੱਛੋਂ ਦੀ ਜਾ ਕੇ ਕੀਰਤਨ ਵਾਲੇ ਦੇ, ਬਾਬਾ ਜੀ ਦੋ ਕੁ ਸ਼ਬਦ ਹੋਰ ਲਾ ਲਿਓ, ਅਜੀ ਪ੍ਰਾਹੁਣੀ ਰਸਤੇ 'ਚ ਬਾਬਾ ਦਵਾ ਦਿੰਦਾ ਕਿੱਲੀ। ਸੋ ਇਹ ਤਾਂ ਲੋਕਲ ਗੱਲਾਂ ਨੇ, ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਜਿਹੜਾ ਧਰਮ ਆ ਨਾ, ਧਰਮ ਨੂੰ ਉਸ ਤਰ੍ਹਾਂ ਮਹਿਸੂਸ ਹੀ ਨਹੀਂ ਕਰਦੇ। ਰੱਬ ਦਾ ਡੰਡਾ ਹਰੇਕ ਦੇ ਸਿਰ ਦੇ ਉੱਪਰ ਹੈਗਾ, ਪਰ ਰੱਬ ਦਾ ਡੰਡਾ ਖਾਸ ਕਰਕੇ ਇਹੋ ਜਿਹੇ ਢੋਂਗੀਆਂ ਨੇ, ਜਦੋਂ ਆਪਾਂ ਨੂੰ ਦਿਖਾ ਦੇਣਾ ਵੀ ਯਾਰ ਉਹ ਬੰਦਾ ਰੱਬ ਦਾ ਨਾਂ ਲੈ ਕੇ ਕੀ ਕੁਛ ਕਰੀ ਜਾਂਦਾ, ਜੇ ਉਹਦੀ ਕਿਸੇ ਨੇ ਲੱਤ ਨਹੀਂ ਭੰਨੀ ਤਾਂ ਮੇਰਾ ਕੀ ਹੁੰਦਾ ਜੀ। ਸੋ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਕਿ ਅਸੀਂ ਨਾ ਨਾਸਤਕ ਬਣ ਜਾਣਾ ਇੱਕ ਦਿਨ, ਇਹ ਅਲਟੀਮੇਟਲੀ ਇਹ ਦੁਨੀਆ ਨਾਸਤਿਕਤਾ ਵਾਲੇ ਪਾਸੇ ਵੱਧ ਰਹੀ ਹਨ, ਖਾਸ ਕਰਕੇ ਜਿੰਨਾ ਧਰਮ ਅਤੇ ਧਰਮ ਦਾ ਕਾਰੋਬਾਰ ਇਸ ਮੁਲਕ ਇੰਡੀਆ 'ਚ ਹੋ ਰਿਹਾ ਨਾ, ਅਲਟੀਮੇਟਲੀ ਇਹ ਮੁਲਕ ਨਾਸਤਿਕਾਂ ਦਾ ਮੁਲਕ ਬਣੇਗਾ, ਐਂਡ ਜਿਸ ਦਿਨ ਬਣਿਆ ਸ਼ਾਇਦ ਇਹਦੀ ਤਰੱਕੀ ਉਸ ਦਿਨ ਹੋਵੇ ਜੀ। ਗੁਰਪ੍ਰੀਤ ਜੀ ਇੱਕ ਗੱਲ ਨੋਟ ਕੀਤੀ ਹੈ, ਮੈਂ ਅਕਸਰ ਦੇਖਿਆ ਬਾਬਿਆਂ ਦੀ ਗੱਲ ਚੱਲੀ ਹੈ ਅਤੇ ਸਾਧਵੀਆਂ ਦੀ ਵੀ ਗੱਲ
ਤੇ ਬੀਬੀ ਨੂੰ ਥੋੜ੍ਹੀ ਜਿਹੀ ਕਹਿ ਲਓ ਕਿ ਵੀ ਸੈਲਫ ਪ੍ਰੋਟੈਕਸ਼ਨ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਹੁਣ ਠੀਕ ਹੈ ਉਹਨੇ ਆਪਣੇ ਉੱਪਰੋਂ ਤਾਂ ਵੇਸ਼ਭੂਸ਼ਾ ਕਈਆਂ ਨੇ ਤਾਂ ਥੋੜ੍ਹੀ ਜਿਹੀ ਸਾਦੀ ਬਣਾਈ ਹੁੰਦੀ ਹੈ, ਪਰ ਇੱਕ ਦੋ ਤਾਂ ਆਪਾਂ ਐਸੀਆਂ ਵੇਖੀਆਂ ਨੇ ਉਹ ਤਾਂ ਇੱਦਾਂ ਤਿਆਰ ਹੁੰਦੀਆਂ ਵੀ ਹੀਰੋਇਨਾਂ ਵੀ ਸ਼ਰਮਾ ਜਾਣ, ਆਪਾਂ ਉਹ ਐਸੀ ਵਾਲੀ ਦੀ ਬਾਅਦ ਚ ਗੱਲ ਕਰ ਰਹੇ ਆ, ਪਹਿਲੇ ਆਪਾਂ ਬਾਬੇ ਦੀ ਗੱਲ ਕਰਦੇ ਹਾਂ ਨਾ। ਹੁਣ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਕ ਤਾਂ ਨਾਲ ਥੋੜ੍ਹੀ ਜਿਹੀ ਕਹਿ ਲਓ ਕਿ ਬੋਡੀਗਾਰਡ, ਮਤਲਬ ਬੇਸਿਕਲੀ ਹੁੰਦੇ ਬੋਡੀਗਾਰਡ ਹੀ ਨੇ, ਹਾਂ ਉਹਨਾਂ ਦਾ ਜਿਹੜਾ ਕਹਿ ਲਓ ਕਿ ਹੁਲੀਆ ਹੁੰਦਾ ਜਾਂ ਕੋਸਟਿਊਮ ਹੁੰਦੇ ਨੇ ਉਹ ਥੋੜ੍ਹੇ ਜਿਹੇ ਲੁਭਾਵਣੇ ਜਿਹੇ ਪਾਏ ਹੁੰਦੇ, ਜਿਹੜੇ ਕਿ ਥੋੜ੍ਹੇ ਜਿਹੇ ਲੱਗਣ ਕਿ ਧਰਮ ਦੇ ਨੇੜੇ ਨੇ, ਇਸ ਕਰਕੇ ਉਹਨਾਂ ਦੇ ਨਾਲ ਬੰਦੇ ਹੁੰਦੇ ਆ। ਦੂਜੀ ਕਾਰਨ ਇਹ ਵੀ ਹੈਗਾ ਕਿ ਵੀ ਜਦੋਂ ਉਸ ਔਰਤ ਦੇ ਨਾਲ ਮਤਲਬ ਬੰਦਿਆਂ ਨੂੰ ਦੇਖਿਆ ਜਾਂਦਾ ਨਾ, ਤਾਂ ਜਿਹੜੀਆਂ ਬਾਕੀ ਬੀਬੀਆਂ ਦੇ ਨਾਲ ਬੰਦੇ ਆਏ ਹੁੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਯਾਰ ਇਹ ਮਾਤਾ ਦੇ ਵਿੱਚ ਜਾਂ ਇਸ ਬੀਬੀ ਦੇ ਵਿੱਚ ਇਸ ਦੇਵੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਰਧਾ ਬੰਦਿਆਂ ਦੀ, ਦੇਖੋ ਇਹਦੇ ਕਿੰਨੇ ਬੰਦੇ ਫੋਲੋਅਰਸ ਨੇ, ਮੇਰੀ ਗੱਲ ਸਮਝੇ? ਸੋ ਉਹ ਇੱਕ ਕਾਰਨ ਹੈ। ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ ਬੰਦਿਆਂ ਦੀ, ਬੰਦਿਆਂ ਵਾਲੇ ਪਾਸੇ ਬੀਬੀਆਂ ਨੂੰ ਰੱਖਣ ਦਾ ਕਾਰਨ ਇੱਕ ਤਾਂ ਤੁਹਾਨੂੰ ਦੱਸ ਦਿੱਤਾ ਕਿ ਜਿੰਨੇ ਵੀ ਸਾਧਨ ਇਹਨਾਂ ਦਾ ਕੰਮ ਹੁੰਦਾ ਕਿ ਫਲਾਨੇ ਵਾਲ ਨਿਸ਼ਾਨਾ ਮਾਰਨਾ, ਹੁਣ ਬੰਦਾ ਤਾਂ ਨਹੀਂ ਨਾ ਕਿਸੇ ਕੁੜੀ ਨੂੰ ਜਾ ਕੇ ਬਾਬਾ ਜੀ ਆਹ ਗੱਲ ਕਹਿ ਰਹੇ ਉੱਥੇ ਪੈ ਨਹੀਂ ਜੁੱਤੀ, ਹਾਂਜੀ, ਇਸ ਕਰਕੇ ਉਹ ਵਾਲਾ ਕੰਮ ਹੈ ਉਹਦਾ ਕਰਕੇ ਉਹ ਦੂਸਰਾ ਕੰਮ ਜਿਹੜਾ ਉਹ ਰੱਖਿਆ ਗਿਆ ਹੁੰਦਾ। ਇੱਕ ਚੀਜ਼ ਮੈਨੂੰ ਪਤਾ ਕੀ ਲੱਗਦੀ, ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਧੰਦਾ ਨਾ, ਜਿਹੜਾ ਧੰਦਾ ਹੈ ਇਹਦੇ ਘਟਣ ਦੇ ਚਾਂਸ ਇੱਕ ਤਰ੍ਹਾਂ ਹੋ ਸਕਦੇ। ਹੁਣ ਤੁਸੀਂ ਪੁੱਛੋ ਕਿਹੜਾ ਘਟਣ ਦੇ ਚਾਂਸ ਇੱਕ ਤਰ੍ਹਾਂ ਹੋ ਸਕਦੇ ਕਿ ਜੇ ਅਸੀਂ ਕਿਤੇ ਨਾ ਕਿਤੇ ਸੱਚੇ ਹੋ ਜਾਈਏ। ਗੁਰਪ੍ਰੀਤ ਜੀ ਤੁਸੀਂ ਘਟਣ ਦੀ ਗੱਲ ਕੀਤੀ ਹੈ, ਇੱਥੇ ਮੈਂ ਤੁਹਾਡੇ ਕੋਲ ਸਵਾਲ ਕਰਦੀ ਹਾਂ, ਦੇਖਿਆ ਜਾਵੇ ਅਕਸਰ ਦੇਖਿਆ ਜਾਵੇ ਬੰਦੇ ਘੱਟ ਇਹਨਾਂ ਬਾਬਿਆਂ ਅਤੇ ਬੀਬੀਆਂ ਦੇ ਪਿੱਛੇ, ਲੇਡੀਜ਼ ਬਹੁਤ ਜ਼ਿਆਦਾ ਜਾਣ ਲੱਗ ਪਈਆਂ ਨੇ, ਉਹ ਕਿਉਂ? ਦੇਖੋ ਉਹਦੇ ਨਾ ਦੋ ਤਿੰਨ ਕਾਰਨ ਨੇ, ਇੱਕ ਤਾਂ ਸਾਈਕੋਲੋਜੀਕਲ ਕਾਰਨ, ਸਾਈਕੋਲੋਜੀਕਲ ਕਾਰਨ ਤੁਸੀਂ ਕਹਿਣਾ ਕਿ ਕੀ, ਜਿੱਦਾਂ ਪਿੱਛੇ ਜੇ ਤੁਸੀਂ ਇਹ ਦੇਖਿਆ ਹੋਵੇ ਤਾਂ ਇਸੇ ਪ੍ਰੋਗਰਾਮ ਫੋਕਸ ਦੇ ਵਿੱਚ ਹੀ ਆਪਣੇ ਪਟਿਆਲੇ ਤੋਂ ਜੀ ਮੈਡਮ ਆਏ ਸੀ ਡਾਕਟਰ ਸਾਹਿਬ, ਉਹਨਾਂ ਨੇ ਦੱਸਿਆ ਸੀ ਕਿ ਵੀ ਅਸਲ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਲੇਡੀਜ਼ ਨੂੰ ਕੁਝ ਇਹੋ ਜਿਹੀਆਂ ਪ੍ਰੋਬਲਮਸ ਨੇ ਜਿਨ੍ਹਾਂ ਪ੍ਰੋਬਲਮਸ ਦੇ ਬਾਰੇ 'ਚ ਉਹ ਆਪਣੇ ਘਰ 'ਚ, ਆਪਣੇ ਆਂਢ ਗੁਆਂਢ 'ਚ ਅਤੇ ਆਪਣੀ ਫੈਮਿਲੀ ਦੇ ਵਿੱਚ ਗੱਲ ਨਹੀਂ ਕਰ ਸਕਦੀਆਂ। ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਬੇਸਿਕਲੀ ਧਾਰਮਿਕਤਾ ਦੇ ਪੇੜੇ ਦੇ ਵਿੱਚ ਲਪੇਟ ਕੇ ਜਦੋਂ ਇਹ ਸਾਰੇ ਕੁਛ ਨੂੰ ਕਿਸੇ ਬਾਹਰ ਜਾ ਕੇ ਦੂਰ ਦਰਾਜ਼ ਡੇਰੇ ਦੇ ਵਿੱਚ ਉੱਥੇ ਸਹੇਲੀਆਂ ਦੇ ਨਾਲ ਜਾਂ ਉੱਥੋਂ ਦੇ ਪੈਰੋਕਾਰਾਂ ਦੇ ਨਾਲ ਜਾਂ ਈਵਨ ਉੱਥੋਂ ਦੇ ਜਿਹੜੇ ਬਾਬੇ ਦੇ ਨਾਲ ਹੀ ਕਿਉਂ ਨਾ ਜਦੋਂ ਇਹ ਗੱਲ ਕੀਤੀ ਜਾਂਦੀ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਦਾ ਹੱਲ ਨਜ਼ਰ ਆਉਂਦਾ। ਜਦੋਂ ਆਪਾਂ ਸੈਕਸੁਅਲ ਹਰਾਸਮੈਂਟ ਦੀ ਗੱਲ ਕਰਦੇ ਹਾਂ ਉਹ ਵੀ ਕਿਤੇ ਨਾ ਕਿਤੇ ਇਹਦੇ 'ਚੋਂ ਨਿਕਲਦੀ ਹੈ। ਹੁਣ ਜਦੋਂ ਉਹਨਾਂ ਨੇ ਐਗਜ਼ਾਮਪਲ ਜਿਹੜੀ ਕੋਟ ਕੀਤੀ ਸੀ, ਜੇ ਮੈਂ ਇੱਥੇ ਦੁਬਾਰਾ ਕੋਟ ਕਰਾਂ ਤਾਂ ਉਹ ਇਹ ਸੀ ਕਿ ਇੱਕ ਲੇਡੀ ਹੈ, ਉਸ ਲੇਡੀ ਦੇ ਦੋ ਚਾਰ ਨਿਆਣੇ ਨੇ, ਉਹ ਘਰੇ ਗਰੀਬੀ ਹੈ, ਉਹ ਹਸਬੈਂਡ ਹੈ ਉਹ ਸ਼ਰਾਬ ਪੀ ਕੇ ਆਉਂਦਾ ਜਾਂ ਉਹ ਨਸ਼ੇ ਕਰਦਾ ਜਾਂ ਉਹ ਕਮਾਈ ਨਹੀਂ ਕਰਦਾ, ਹੈ ਨਾ। ਹੁਣ ਜਿਹਨੇ ਸ਼ਰਾਬ ਪੀ ਕੇ ਆਉਣਾ ਡੈਫੀਨੇਟਲੀ ਰਾਤ ਨੂੰ ਉਹਨੇ ਜਿਸ ਤਰੀਕੇ ਨਾਲ ਘਰੇ ਵੜਨਾ ਅਤੇ ਜਿਸ ਤਰੀਕੇ ਨਾਲ ਉਹਨੇ ਦਹਿਸ਼ਤ ਦਾ ਮਾਹੌਲ ਬਣਾ ਦੇਣਾ ਜਾਂ ਉਹਨੂੰ ਕੁੱਟਣਾ ਮਾਰਨਾ, ਕੀ ਤੁਸੀਂ ਇੱਕ ਬੀਂਗ ਅ ਲੇਡੀ ਇਹ ਮਹਿਸੂਸ ਕਰ ਸਕਦੇ ਹੋਵੋਗੇ ਕਿ ਉਸ ਲੇਡੀ ਦਾ ਕਿੰਨਾ ਕੁ ਮੋਹ ਪਿਆਰ ਉਹਦੇ ਨਾਲ ਹੋਊਗਾ? ਉਹ ਤਾਂ ਸਗੋਂ ਆਜ਼ਾਦੀ ਚਾਹੁੰਦੀ ਹੈ ਕਿ ਮੈਂ ਇਸ ਨਰਕ 'ਚੋਂ ਨਿਕਲ ਜਾਵਾਂ, ਉਹਨੂੰ ਇੱਕ ਰਸਤਾ ਮਿਲ ਜਾਂਦਾ, ਉਹਨੂੰ ਇੱਕ ਰਸਤਾ ਮਿਲ ਜਾਂਦਾ। ਕਿਉਂਕਿ ਹੁਣ ਗੱਲ ਇਹ ਹੈ ਕਿ ਵੀ ਉਹ ਜੇ ਵੈਸੇ ਕਹੇ ਵੀ ਹਾਂ ਵੀ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਜੀ, ਮੈਂ ਤਾਂ ਫਲਾਨੇ ਥਾਂ 'ਤੇ ਜਾਊਂਗੀ ਜਾਂ ਮੈਨੂੰ ਫਲਾਨੇ ਥਾਂ 'ਤੇ ਸੈਟਿਸਫੈਕਸ਼ਨ ਹੈ। ਹੁਣ ਤੁਸੀਂ ਇਹ ਦੇਖੋ ਕਿ ਜੇ ਮੰਨ ਲਓ ਉਹ ਸੇਵਾ ਦੇ ਨਾਂ ਦੇ ਉੱਪਰ ਜਾਂ ਕਿਸੇ ਹੋਰ ਨਾਂ ਦੇ ਉੱਪਰ ਹਫ਼ਤਾ 10 ਦਿਨ ਬਾਹਰ ਜਾਇਆ ਜੀ, ਇੱਕ ਤਾਂ ਉਹ ਸਪੀਡ ਤੋਂ ਬਚ ਗਈ ਜਿਹੜੀ ਕਿ ਉਹਨੂੰ ਰੋਜ਼ ਕੁੱਟ ਪੈਂਦੀ ਸੀ, ਦੂਸਰੀ ਗੱਲ ਇਹ ਕਿ ਜਦੋਂ ਉਹ ਬਾਹਰ ਚਲੇ ਜਾਂਦੀ ਹੈ ਤਾਂ ਉਹਨੂੰ ਕੋਈ ਚਾਰ ਲੋਕ ਹੋਰ ਮਿਲਦੇ ਨੇ, ਕੋਈ ਹੋਰ ਗੱਲ ਹੁੰਦੀ ਹੈ, ਜਿਹੜਾ ਹਰ ਵੇਲੇ ਇਹੀ ਸੋਚੀ ਜਾਣਾ ਵੀ ਮੇਰਾ ਕੀ ਹੋਊਗਾ, ਮੇਰੇ ਬੱਚਿਆਂ ਦਾ ਕੀ ਹੋਊਗਾ, ਮੇਰਾ ਘਰ ਵਾਲਾ ਨਹੀਂ ਸੁਧਰਦਾ। ਜਦੋਂ ਉਹਨੂੰ ਪੰਜ ਚਾਰ ਇਹੋ ਜਿਹੀਆਂ ਹੋਰ ਮਿਲਦੀਆਂ ਨੇ ਵੀ ਹਾਂ ਭੈਣ ਸਾਡੇ ਨਾਲ ਵੀ ਇੱਦਾਂ ਹੋਇਆ ਸੀ, ਇੱਕ ਤਾਂ ਉਹ ਥੋੜ੍ਹਾ ਜਿਹਾ ਸੋਸ਼ਲਾਈਜ਼ ਹੋ ਜਾਂਦਾ ਕੰਮ, ਕਿਉਂਕਿ ਹੋਰ ਕੋਈ ਤਰੀਕਾ ਤਾਂ ਹੈ ਨਹੀਂਗਾ। ਅਤੇ ਇੱਕ ਕਾਰਨ ਇਹ ਵੀ ਹੈਗਾ ਕਿ ਵੀ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਕਹਿ ਲਓ ਕਿ ਵੀ ਜਿਹੜਾ ਸ਼ੁਰੂ ਤੋਂ ਹੀ ਜਿਹਨੂੰ ਆਪਾਂ ਕਹਿ ਲਓ ਮਡੀਰ ਟਾਈਪ ਬੰਦੇ ਹੁੰਦੇ ਹੀ ਨੇ ਉਹਦੇ ਵਿੱਚ, ਉਹ ਵਰਗਲਾ ਲੈਂਦੇ ਨੇ ਜਾਂ ਕਹਿ ਲਓ ਕਿ ਵੀ ਇਹ ਤਾਂ ਹਰੇਕ ਸੁਸਾਇਟੀ 'ਚ ਵਾਪਰਦਾ ਹੀ ਹੈ, ਖਾਸ ਕਰਕੇ ਆਪਣੇ ਇੰਡੀਆ 'ਚ, ਆਪਣੇ ਇੰਡੀਅਨ ਸੁਸਾਇਟੀ ਨਾ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ ਐਥਿਕਸ ਵਾਲਾ ਰੀਤੀ ਰਿਵਾਜ ਵਾਲਾ ਐਂਡ ਇਹੋ ਜਿਹੀ ਗੱਲ ਕਰਨ ਨੂੰ ਵੀ ਸੱਚਾਈ ਬਹੁਤ ਗੰਦੀ, ਹਾਂ ਗੰਦੀ ਹੈ। ਸੋ ਹੁਣ ਗੱਲ ਇਹ ਹੈ ਵੀ ਉੱਥੇ ਜਾ ਕੇ ਤੁਹਾਨੂੰ ਜਿਹੜਾ ਉਹ ਆਪਣਾ ਅੰਦਰਲਾ ਜਿਹੜਾ ਜਾਨਵਰ ਹੈ ਉਹ ਜਿਤਾਉਣ ਦਾ ਜਾਂ ਜਗਾਉਣ ਦਾ ਮੌਕਾ ਮਿਲਦਾ, ਤਾਂ ਫਿਰ ਉੱਥੇ ਕੋਈ ਦੇਖ ਵੀ ਨਹੀਂ ਰਿਹਾ। ਜਿਵੇਂ ਧਾਰਮਿਕਤਾ ਦੇ ਪੇੜੇ ਦੇ ਅੰਦਰ ਜਿਹੜਾ ਇੱਕ ਜ਼ਹਿਰ ਹੈ ਤੁਸੀਂ ਉਹ ਖਾ ਲੈਂਦੇ ਹੋ, ਤੁਸੀਂ ਉਹਨੂੰ ਚੁੱਪ ਕਰਕੇ ਸਹੀ ਜਾਂਦੇ ਹੋ। ਸੋ ਉਹ ਵੀ ਇੱਕ ਕਾਰਨ ਹੈਗਾ, ਇਹਨੂੰ ਆਪਾਂ ਮੰਨਦੇ ਨਹੀਂ ਆਪਣੀ ਸੁਸਾਇਟੀ। ਮੈਂ ਨਾ ਕਈ ਵਾਰ ਇਸ ਗੱਲ ਬਾਰੇ ਸੋਚਦਾ ਹੁੰਦਾ, ਸੈਕਸੁਅਲ ਹਰਾਸਮੈਂਟ ਜੀ ਇੱਥੇ ਹੋ ਗਈ ਉੱਥੇ ਹੋ ਗਈ, ਐਂਡ ਤੁਸੀਂ ਕਹਿਣਾ ਕਿੱਦਾਂ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਾਰਨ ਹੈਗਾ। ਹਰ ਦੂਜੇ ਚੌਥੇ ਦਿਨ ਆਪਾਂ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਕੈਸੀਆਂ ਕੈਸੀਆਂ ਘਨਾਉਣੀਆਂ ਹਰਕਤਾਂ ਹੁੰਦੀਆਂ ਦੇਖ, ਕਠੂਆ ਕਾਂਡ ਦੀ ਗੱਲ ਕਰੋ, ਹੋਰ ਬਹੁਤ ਸਾਰੇ ਥਾਵਾਂ ਦੇ ਉੱਪਰ ਵਾਪਰਦੀਆਂ ਨੇ। ਹੁਣ ਆਹ ਜਿਹੜਾ ਸਾਧ ਦੀ ਆਪਾਂ ਗੱਲ ਕਰੀਏ ਵੀ 16 ਸਾਲ ਦੀ ਕੁੜੀ ਸੀਗੀ ਜੀ, ਹੁਣ ਇਹਦੇ ਪਿੱਛੇ ਕਾਰਨ ਕੀ ਹੈ?
ਹੁਣ ਉਹ ਬਾਬਾ ਬਣ ਕੇ ਤਾਂ ਆਖੇ ਕਿ ਵੀ ਹਾਂਜੀ ਮੈਂ ਆਹ ਦੋ ਚਾਰ ਬੀਬੀਆਂ ਰੱਖੀਆਂ ਨੇ, ਅਤੇ ਜੇ ਉਹ ਓਪਨਲੀ ਇਸ ਪਾਸੇ ਆ ਜਾਵੇ ਤਾਂ ਲੋਕਾਂ ਨੇ ਯਕੀਨ ਨਹੀਂ ਕਰਨਾ, ਉਹਦਾ ਕਾਰੋਬਾਰ ਠੱਪ ਹੋ ਜਾਣਾ, ਉਹਨੂੰ ਉਹ ਕੰਮ ਗੁਪਤ ਕਰਨਾ ਹੀ ਪੈਣਾ। ਹੁਣ ਜਿਹੜਾ ਕੰਮ ਜੇ ਇਸ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਲੀਗਲਾਈਜ਼ ਕਰ ਦਿੱਤਾ ਜਾਵੇ ਸਾਇੰਟੀਫਿਕ ਤੌਰ ਦੇ ਉੱਪਰ ਦੇਖਦਿਆਂ ਹੋਇਆ, ਜੋ ਸਰੀਰਕ ਲੋੜਾਂ ਨੂੰ ਦੇਖਦਿਆਂ, ਮੈਨੂੰ ਲੱਗਦਾ ਕਿ ਜੇ ਉਹਨੂੰ ਲੀਗਲਾਈਜ਼ ਕਰ ਦਿੱਤਾ ਜਾਵੇ ਕਿਤੇ ਨਾ ਕਿਤੇ, ਤਾਂ ਸ਼ਾਇਦ ਬਹੁਤ ਸਾਰਾ ਜਿਹੜਾ ਅਪਰਾਧ ਹੈ, ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਨੇ ਉਹ ਰੁਕ ਜਾਣਗੀਆਂ। ਪਰ ਲੋਕ ਕਦੋਂ ਕਹਿਣਗੇ ਕਿ ਸਾਡਾ ਦੇਸ਼ ਮਹਾਨ? ਅਜੇ ਕਿਹੜਾ ਹੁੰਦਾ ਨੀ, ਕਿਹੜੇ ਸ਼ਹਿਰ ਚ ਨੀ ਸਾਰਾ ਕੁਛ ਹੁੰਦਾ, ਹਰ ਦੂਜੇ ਚੌਥੇ ਦਿਨ ਤੁਸੀਂ ਫੜ ਕੇ ਬੈਠੇ ਹੁੰਦਾ, ਹਰ ਜਗ੍ਹਾ ਹੈ, ਹਰ ਜਗ੍ਹਾ ਹੈ, ਹਰ ਛੱਤ ਦੇ ਥੱਲੇ ਹੁੰਦਾ, ਪਰ ਫਰਕ ਇੰਨਾ ਕਿ ਪਤਾ ਨਹੀਂ ਲੱਗ ਦਿੱਤਾ ਜਾਂਦਾ, ਪਤਾ ਦੀ ਗੱਲ ਨਹੀਂ। ਮੈਨੂੰ ਇੱਕ ਗੱਲ ਇਹਦਾ ਕਾਰਨ ਇੱਕ ਹੋਰ ਵੀ ਲੱਗਦਾ ਕਿ ਇਹਨੂੰ ਲੀਗਲਾਈਜ਼ ਕਿਉਂ ਨਹੀਂ ਕਰਦੇ। ਲੀਗਲਾਈਜ਼ ਇਸ ਕਰਕੇ ਨਹੀਂ ਕੀਤਾ ਜਾਂਦਾ ਕਿਉਂਕਿ ਜਦੋਂ ਇਹਨੂੰ ਤੁਸੀਂ ਨਜਾਇਜ਼ ਰੱਖੋਗੇ ਤਾਂ ਡੈਫੀਨੇਟਲੀ ਇਹ ਚੀਜ਼ ਹੋਣੀ ਤਾਂ ਹੈ, ਫਿਰ ਉਹ ਜਿਹੜਾ ਪੈਸਾ ਹੈ ਤੁਹਾਡੇ ਕੋਲੋਂ ਹੋਟਲਾਂ ਵਾਲਿਆਂ ਕੋਲੋਂ ਵੀ ਆਉਣਾ, ਤੁਹਾਡੇ ਕੋਲੋਂ ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਕਹਿ ਲਓ ਕਿ ਹਿੱਸਾ ਪੱਤੀ ਉੱਪਰ ਪਹੁੰਚਾਉਣਾ ਕਿ ਹਾਂਜੀ ਛਾਪਾ ਨਾ ਮਾਰਿਓ। ਹੁਣ ਜਿਹੜੀ ਉੱਪਰਲੀ ਕਮਾਈ ਹੋਣ ਲੱਗ ਗਈ ਤਨਖਾਹ ਤੋਂ, ਚਾਹੇ ਉਹ ਪੁਲਿਸ ਨੂੰ ਹੋ ਗਈ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਨੇ ਹੋ ਗਈ, ਚਾਹੇ ਰਾਜਨੀਤੀਵਾਨਾਂ ਤੱਕ ਵੀ ਜਾਣ ਲੱਗ ਗਈ, ਜੇ ਉਹ ਲੀਗਲ ਕਰ ਦੇਣਗੇ ਉਹ ਤਾਂ ਸਰਕਾਰੀ ਖਜ਼ਾਨੇ ਚਲਾ ਗਿਆ ਸਾਰਾ ਕੁਛ, ਤੇ ਪਲੱਸ ਉਹ ਲੋਕ ਜਿਹੜੇ ਕਿ ਉਹਨਾਂ ਦਾ ਖੌਫ ਖਾਂਦੇ ਸੀ ਵੀ ਫਲਾਨਾ ਉਹਨਾਂ ਦਾ ਕੀ ਕਾਰੋਬਾਰ ਠੱਪ। ਸੋ ਇਸ ਕਰਕੇ ਉਹਨੂੰ ਲੱਗਦਾ ਕਿ ਵੀ ਇਸ ਚੀਜ਼ ਨੂੰ ਲੀਗਲਾਈਜ਼ ਕਰਨ ਨਾਲੋਂ ਚੰਗਾ ਕਿ ਜਿਹੜਾ ਮੋਟੀ ਕਮਾਈ ਤੁਹਾਡੇ ਕੋਲ ਇਸ ਗੰਦੇ ਧੰਦੇ ਤੋਂ ਵੈਸੇ ਆ ਰਹੀ ਹੈ ਉਹਨੂੰ ਆਉਣ ਦਿਓ। ਹਾਂ, ਉਹਦਾ ਕਰਕੇ ਜਿੰਨਾ ਮਰਜ਼ੀ ਕ੍ਰਾਈਮ ਸੁਸਾਇਟੀ 'ਚ ਵਧੀ ਜਾਵੇ, ਉਹਦੇ ਨਾਲ ਉਹਨੂੰ ਕੋਈ ਲੈਣਾ ਨਹੀਂ ਹੈਗਾ ਜੀ। ਮਤਲਬ ਇਹ ਵੀ ਇੱਕ ਕਾਰਨ, ਹੁਣ ਦੇਖੋ ਆਪਾਂ ਗੱਲ ਕਰ ਰਹੇ ਹਾਂ, ਕਿਤੇ ਨਾ ਕਿਤੇ ਮੈਨੂੰ ਇਹ ਹੈਜੀਟੇਸ਼ਨ ਜੀ ਹੋ ਰਹੀ ਹੈ ਕਿ ਯਾਰ ਮੈਂ ਮਨਪ੍ਰੀਤ ਨਾਲ ਗੱਲ ਕਰ ਰਿਹਾ, ਟੀ ਵੀ 'ਤੇ ਲੋਕ ਦੇਖ ਰਹੇ ਨੇ, ਇਹਨਾਂ ਕਹਿਣਾ ਇਹ ਕਿੱਧਰ ਦਾ ਸਿਆਣਾ ਉੱਠਿਆ। ਪਰ ਜੇ ਤੁਸੀਂ ਹੈਜੀਟੇਟ ਹੀ ਕਰਦੇ ਰਹੋਗੇ, ਤੁਸੀਂ ਗੱਲ ਕਰੋਗੇ ਹੀ ਨਹੀਂ, ਤਾਂ ਇਹ ਗੱਲ ਸ਼ੁਰੂ ਕਿੱਥੋਂ ਹੋਊਗੀ, ਗੱਲ ਚੱਲੂਗੀ ਕਦੋਂ? ਆਪਾਂ ਬੱਚਿਆਂ ਨੂੰ ਕਿੱਦਾਂ ਸਮਝਾਵਾਂਗੇ, ਕਿੱਦਾਂ ਨੌਲੇਜ ਉਹਨਾਂ ਦੀ ਵਧੇਗੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਤੋਂ ਕਿੱਦਾਂ ਬਾਹਰ ਨਿਕਲਣਾ? ਮਤਲਬ ਮੈਂ ਹੈਰਾਨ ਹਾਂ, ਤੁਸੀਂ ਸਕੂਲ ਦੇ ਵਿੱਚ ਤੁਸੀਂ ਦੇਖੋ 7ਵੀਂ 8ਵੀਂ ਦੇ ਵਿੱਚ ਇਹੋ ਜਿਹੇ ਚੈਪਟਰ ਲਾਏ ਜਾਂਦੇ ਜੀ, ਹਾਂ ਰੀਪ੍ਰੋਡਕਟਿਵ ਸਿਸਟਮ ਹੈ, ਇਹ ਹੈ ਵੋ ਹੈ, ਟੀਚਰ ਉਹ ਚੈਪਟਰ ਛਡਾ ਦਿੰਦੇ ਆ, ਬੱਚੇ ਪੜ੍ਹ ਲਿਓ। ਅੱਜ ਵੀ ਹੁੰਦਾ ਅੱਜ ਵੀ ਹੁੰਦਾ, ਬੱਚੇ ਇਹ ਬਾਅਦ 'ਚੋਂ ਪੜ੍ਹ ਲੈਣਾ, ਬਾਅਦ 'ਚ ਪੜ੍ਹ ਲੈਣਾ, ਇਹ ਸਾਡੇ ਟਾਈਮ 'ਤੇ ਵੀ ਹੋਇਆ, ਇਹ ਹੁੰਦਾ ਹੁਣ ਵੀ ਹੁੰਦਾ। ਮਤਲਬ ਤੁਸੀਂ ਇੱਕ ਮੁਲਕ ਹੈ ਜਿਸ ਮੁਲਕ ਦੇ ਵਿੱਚ ਐਜੂਕੇਸ਼ਨ ਦਾ ਪਹਿਲਾ ਹੀ ਬੇੜਾ ਗਰਕ ਹੈ, ਐਂਡ ਉਹਦੇ ਵਿੱਚ ਸੈਕਸ ਐਜੂਕੇਸ਼ਨ ਜਮਾਂ ਹੀ ਖਤਮ ਕਰ ਦਿੱਤੀ ਤੁਸੀਂ, ਐਂਡ ਉਸ ਤੋਂ ਬਾਅਦ ਤੁਸੀਂ ਭਾਲਦੇ ਹੋ ਕਿ ਤੁਹਾਡੇ ਜਿਹੜੇ ਬੰਦੇ ਨੇ ਜੀ ਉਹ ਬੜੇ ਸਿਆਣੇ ਹੋ ਜਾਣ, ਉਹ ਹਰ ਪਾਸਿਓਂ ਐਜੂਕੇਟਡ ਹੋਣ, ਉਹ ਰਾਹ ਜਾਂਦੀ ਕਿਸੇ ਕੁੜੀ ਨੂੰ ਕਮੈਂਟ ਨਾ ਪਾਸ ਕਰਨ, ਉਹ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰਨ, ਉਹ ਤਾਂ ਕਰਨਗੇ ਹੀ, ਅਦਰਵਾਈਜ਼ ਉਹ ਫਰਸਟ੍ਰੇਟਡ ਜਾਨਵਰ ਤੁਰੇ ਫਿਰਦੇ ਨੇ, ਅਤੇ ਫਰਸਟ੍ਰੇਟਡ ਜਾਨਵਰ ਜੇ ਮੰਨ ਲਓ ਹਲਕਾਇਆ ਕੁੱਤਾ ਤਾਂ ਵੱਢੂਗਾ ਹੀ, ਤੁਸੀਂ ਇਹ ਥੋੜ੍ਹਾ ਸੋਚ ਸਕਦੇ ਵੀ ਹਾਂਜੀ ਹਲਕਾਇਆ ਕੁੱਤਾ ਵੀ ਇਹ ਕਿਸੇ ਨੂੰ ਕੁਛ ਕਵੇ ਨਾ, ਅਤੇ ਹਲਕਾਏ ਕੁੱਤੇ ਬਾਰੇ ਤੁਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਵੀ ਇਹਦੇ ਹਲਕਾ ਦਾ ਕਾਰਨ ਕੀ। ਅਬ ਕਿੰਨਾ ਕੁ ਬਚ ਜਾਈਏ ਦੇਖਿਆ ਜਾਵੇ ਤਾਂ, ਹਰ ਵੇਲੇ ਕਿਤੇ ਨਾ ਕਿਤੇ ਕੋਈ ਨਾ ਕੋਈ ਛੋਟੀ ਮੋਟੀ ਘਟਨਾ ਹਰ ਇੱਕ ਕੁੜੀ ਦੀ ਜ਼ਿੰਦਗੀ 'ਚ ਵਾਪਰਦੀ ਅਕਸਰ ਵਾਪਰਦੀ। ਮੈਂ ਉਹਦੇ ਤੁਹਾਨੂੰ ਕਹਿ ਰਿਹਾ ਇਹਦਾ ਕਾਰਨ ਉਹੀ ਹੈ ਕਿ ਐਜੂਕੇਸ਼ਨ ਲੈਵਲ ਦੇ ਉੱਪਰ ਵੀ ਨਾ ਤਾਂ ਇਹ ਘਰਾਂ 'ਚ ਗੱਲ ਹੋਣ ਵਾਲੀ ਹੈ, ਨਾ ਇਹ ਸਕੂਲਾਂ 'ਚ ਹੋਣੀ ਹੈ, ਨਾ ਇਹ ਕਾਲਜਾਂ 'ਚ ਹੋਣੀ ਹੈ, ਰਹਿੰਦਾ ਖੁੰਦਾ ਬੇੜਾ ਗਰਕ ਤੁਹਾਡਾ ਨੈਟਵਰਕ ਕਰੀ ਜਾਂਦਾ। ਇੰਟਰਨੈਟ ਦੀ ਗੱਲ ਕਰ ਲਓ ਆਪਾਂ, ਉਹਦੇ ਉੱਪਰ ਤੁਸੀਂ ਅੱਜ ਕੱਲ੍ਹ ਪੋਨ ਸਾਈਟਸ ਨੇ, ਪੋਨ ਵੈਬਸਾਈਟਸ ਨੇ, ਇਸ ਤੋਂ ਇਲਾਵਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇਹ ਸਾਰਾ ਕੁਛ ਧੰਦਾ ਚੱਲਦਾ। ਮੈਂ ਤਾਂ ਹੈਰਾਨ ਹਾਂ ਜੀ, ਪਿੱਛੇ ਜੇ ਤੁਸੀਂ ਕਹਿਣਾ ਕਿਹੜੇ ਪਾਸੇ ਤੁਰ ਪਿਆ, ਇੱਕ ਦਿਨ ਵਟਸਐਪ ਦੇ ਉੱਪਰ ਨਹੀਂ ਮੈਨੂੰ ਕੁਝ ਤਸਵੀਰਾਂ ਭੇਜੀਆਂ, ਐਂਡ ਉਹਨਾਂ ਤਸਵੀਰਾਂ ਦੇ ਥੱਲੇ ਕੰਟੈਕਟ ਨੰਬਰਸ ਲਿਖੇ ਹੋਏ ਜੀ, ਐਂਡ ਉਹ ਬੰਦੇ ਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਇਹ ਤੇਰੇ ਕੋਲ ਕਿੱਦਾਂ ਆਈਆਂ? ਕਹਿੰਦਾ ਭਾਅ ਜੀ ਮੈਂ ਵੀ ਇਸੇ ਲਈ ਤੁਹਾਨੂੰ ਭੇਜੀਆਂ ਕਿ ਤੁਸੀਂ ਪਲੀਜ਼ ਇਹਦੇ 'ਤੇ ਵੀ ਗੱਲ ਕਰਿਓ ਕਿਤੇ। ਮੈਂ ਕਿਹਾ ਯਾਰ ਗੱਲ ਆ ਵੀ ਅਸੀਂ ਹੁਣ ਇਹਦੇ 'ਤੇ ਗੱਲ ਨਹੀਂ ਕਰ ਸਕਦੇ ਕਿਉਂਕਿ ਇਹ ਧੰਦਾ ਜਿਹੜੇ ਲੋਕ ਚਲਾਉਂਦੇ ਨੇ ਉਹਨਾਂ ਲੋਕਾਂ ਦਾ ਕੰਮ ਚੱਲਦਾ, ਪਰ ਜੇ ਓਪਨਲੀ ਇਹ ਚੱਲਦਾ, ਮੰਨ ਲਓ ਵੀ ਉਹ ਕਿਸੇ ਬੰਦੇ ਦੇ ਕੋਲ ਸੀ, ਉਹਨੇ ਸਿਰਫ ਇਨਫੋਰਮੇਸ਼ਨ ਦੇਣ ਲਈ ਇੱਕ ਮੀਡੀਆ ਹਾਊਸ ਨੂੰ ਦੇਣ ਦਾ ਕਰਕੇ ਮੈਨੂੰ ਭੇਜ ਦਿੱਤੀਆਂ, ਅਤੇ ਕੀ ਉਹ ਪੁਲਿਸ ਕੋਲ ਨਹੀਂ ਜਾਂਦੀਆਂ ਹੋਣਗੀਆਂ, ਕੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਨਾ ਜਾਂਦੀਆਂ ਹੋਣ, ਪੁਲਿਸ ਵੀ ਕਿਤੇ ਨਾ ਕਿਤੇ ਮਿਲੀ, ਤਾਂ ਮੈਂ ਕਹਿ ਰਿਹਾ ਲੀਡਰਾਂ ਕੋਲ ਨਹੀਂ ਜਾਂਦੀਆਂ ਹੋਣਗੀਆਂ। ਸੋ ਇਹ ਜਿਹੜਾ ਧੰਦਾ ਹੈ ਨਾ ਕਿ ਵੀ ਚੁੱਪ ਵੱਟ ਕੇ ਪੈਸਾ ਇਕੱਠਾ ਕਰ ਲਓ, ਇਹ ਦੌੜ ਦੇ ਵਿੱਚੋਂ ਅਲਟੀਮੇਟਲੀ ਇਹ ਲੋਕ ਇੱਥੇ ਗਰਕ ਹੋਣਗੇ। ਤੁਸੀਂ ਹਰਾਸਮੈਂਟ ਦੀ ਗੱਲ ਕੀਤੀ ਸੀ ਹੁਣੇ, ਕੁੜੀਆਂ ਦੇ ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਨੇ, ਭਾਵੇਂ ਉਹ ਪਬਲਿਕ ਪਲੇਸ ਹੋਵੇ, ਕਿਤੇ ਵੀ ਕੋਈ ਜਗ੍ਹਾ ਹੋਵੇ। ਤੁਸੀਂ ਯਾਦ ਹੈ ਕਿ 2 ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਕੁੜੀ ਬੱਸ 'ਚ ਬੈਠੀ ਹੈ ਅਤੇ ਮੋਗਾ ਪਹੁੰਚੀ ਹੈ, ਅਤੇ ਰਸਤੇ ਦੇ ਵਿੱਚ ਕੁਛ ਮੁੰਡਿਆਂ ਨੇ ਉਹਨੂੰ ਫੋਲੋ ਕੀਤਾ, ਉਹ ਵਾਸ਼ਰੂਮ ਦੇ ਵਿੱਚ ਗਈ ਹੈ, ਜਲਦਬਾਜ਼ੀ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨੇ ਫਾਇਰ ਬ੍ਰਿਗੇਡ ਦਾ ਨੰਬਰ ਮਿਲਾ ਦਿੱਤਾ, ਪੁਲਿਸ ਨੂੰ ਨਹੀਂ ਮਿਲਾ ਪਾਈ। ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਆਏ ਨੇ, ਘੰਟਾ ਕੁੜੀ ਬਾਥਰੂਮ ਦੇ ਵਿੱਚ ਬੰਦ ਰਹੀ ਹੈ, ਉਸ ਤੋਂ ਬਾਅਦ 'ਚੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆ ਕੇ ਬੱਸ ਅੱਡੇ ਦੇ ਜਿਹੜੇ ਮੈਨੇਜਰ ਨੇ, ਜਿਹੜੇ ਵੀ ਉੱਥੋਂ ਦੇ ਅਧਿਕਾਰੀ ਗੱਲ ਕੀਤੀ, ਅਤੇ ਕੁੜੀ ਨੂੰ ਉੱਥੋਂ ਦੀ ਬਾਹਰ ਕਢਾਇਆ। ਮੁੰਡਿਆਂ ਨੇ ਉਹਨੂੰ ਇੰਨਾ ਫੋਲੋ ਕੀਤਾ ਕਿ ਕੁੜੀ ਡਰ ਗਈ, ਔਰ ਉਸ ਤੋਂ ਬਾਅਦ 'ਚ ਉਹਦੇ ਨਾਲ ਕੋਈ ਘਟਨਾ ਨਾ ਵਾਪਰ ਜਾਏ, ਕੁੜੀ ਨੂੰ ਬਾਥਰੂਮ ਦੇ ਵਿੱਚ ਇੱਕ ਘੰਟਾ ਖੜ੍ਹੇ ਰਹਿਣਾ ਪਿਆ। ਇਹ ਆਪਣੇ ਇਸ ਮਹਾਨ ਦੇਸ਼ ਦੀ,
ਚਾਹੇ ਉਹ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਨਾ ਹੋਣ ਕਰਕੇ, ਚਾਹੇ ਆਰਥਿਕ ਲੋੜਾਂ ਪੂਰੀਆਂ ਨਾ ਹੋਣ ਕਰਕੇ, ਚਾਹੇ ਕੋਈ ਬੰਦਾ ਪੜ੍ਹਿਆ ਲਿਖਿਆ, ਮੰਨ ਲਈ ਦੇ ਅੱਜ ਦੀ ਡੇਟ ਦੇ ਵਿੱਚ ਇੱਕ ਮੁੰਡਾ ਜਾਂ ਕੁੜੀ ਐਜੂਕੇਟਡ ਹੈ, ਉਹਦੇ ਕੋਲ ਕੰਮ ਹੈ ਨਹੀਂ, ਉਹ ਕੀ ਕਰੂਗਾ? ਫਰਸਟ੍ਰੇਟ ਹੋਊਗਾ, ਫਰਸਟ੍ਰੇਟ ਹੋ ਕੇ ਨਸ਼ਿਆਂ ਵਾਲੇ ਪਾਸੇ ਜਾਊਗਾ ਜਾਂ ਫਿਰ ਉਹ ਇਹੋ ਜਿਹੇ ਪੁੱਠ ਸਿੱਧੇ ਕੰਮਾਂ ਵਾਲੇ ਪਾਸੇ ਜਾਊਗਾ। ਐਂਡ ਇਹ ਜਿਹੜਾ ਟਰੈਪ ਹੈ ਇਹ ਤਾਂ ਅੱਜ ਕੱਲ੍ਹ ਪਿੰਡਾਂ ਥਾਵਾਂ 'ਤੇ ਪਹੁੰਚਣ ਲੱਗਿਆ। ਮੈਂ ਤੁਹਾਨੂੰ ਇੱਕ ਹੋਰ ਘਟਨਾ ਦੱਸਦਾ, ਉਹਨਾਂ ਜੀ ਕੁਛ ਕੁ ਸਮਾਂ ਪਹਿਲਾਂ ਇੱਕ ਨਾ ਗਰੁੱਪ ਆਇਆ, ਉਹਨਾਂ ਨੇ ਕੁਛ ਕੁ ਮਾਹੌਲ ਜਿਹਾ ਬਣਾਇਆ ਸੀ, ਕੁਛ ਧਾਰਮਿਕ ਫੋਟੋਆਂ ਜਿਹੀਆਂ ਲਈਆਂ ਅਤੇ ਭਾਅ ਜੀ ਅਸੀਂ ਜੀ ਫਲਾਨੇ ਥਾਂ ਦੇ ਉੱਪਰ ਇੱਕ ਧਾਰਮਿਕ ਪ੍ਰੋਗਰਾਮ ਕਰਾਉਣਾ, ਤੁਸੀਂ ਸੇਵਾ ਪਾਓ। ਮੈਂ ਕਿਹਾ ਲਓ ਜੀ ਸੇਵਾ ਲੈ ਲਓ। ਹੁਣ ਸੇਵਾ ਉਹਨਾਂ ਨੂੰ 100-50 ਰੁਪਈਆ ਮੈਂ ਦੇ ਤਾ ਜੀ, ਉਹ ਆਪਣੇ ਲੋਕ ਪਰਚੀ ਪੁਰਚੀ ਜੀ ਕੱਟਣ, ਮੈਂ ਲੋੜ ਨਹੀਂ ਯਾਰ ਪਰਚੀ, ਤੁਸੀਂ ਜਾਓ। 15-20 ਦਿਨ ਬਾਅਦ ਉਹ ਫਿਰ ਆ ਗਏ, ਉਹ ਜੀ ਬੜਾ ਕਾਮਯਾਬ ਰਿਹਾ ਸੀ ਜੀ, ਉਹ ਤੁਸੀਂ ਆਏ ਨਹੀਂ, ਚਲੋ ਕੋਈ ਗੱਲ ਨਹੀਂ, ਆ ਤੁਹਾਡਾ ਪ੍ਰਸ਼ਾਦ। ਮੈਂ ਚਲੋ ਠੀਕ, ਮੈਂ ਬੜਾ ਹੈਰਾਨ, ਮੈਂ ਕਿਹਾ ਯਾਰ ਐਡਾ ਪ੍ਰਸ਼ਾਦ ਮੈਨੂੰ ਹੀ ਦੇਣ ਆਏ ਨੇ ਇਹ। ਫਿਰ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਵਾਚਿਆ ਤਾਂ ਉਹ ਉਸ ਲੋਕੈਲਿਟੀ ਸੁਸਾਇਟੀ 'ਚ ਸਿਰਫ ਇੱਕ ਦੋ ਘਰ ਹੋਰ ਅਤੇ ਜਾਂ ਮੇਰੇ ਵਾਲਾ ਸੀ, ਜ਼ਿਆਦਾ ਘਰਾਂ 'ਚ ਨਹੀਂ ਹੋ ਗਏ। ਅੱਛਾ ਜੀ। ਫਿਰ 2-3 ਮਹੀਨੇ ਹੋਰ ਨਿਕਲੇ ਤਾਂ ਹੌਲੀ ਹੌਲੀ ਉਹਨਾਂ ਬੰਦਿਆਂ ਨੇ ਜਦੋਂ ਮੈਂ ਨੰਬਰ ਲੈ ਲਿਆ, ਫੋਨ ਨੰਬਰ ਲੈ ਲਿਆ, ਫਿਰ 1-2 ਗੇੜੇ ਹੋਰ ਮਾਰਨੇ। ਐਂਡ ਮੈਂ ਹੈਰਾਨ ਸੀ ਕਿ ਵਿਦਇਨ 6 ਮੰਥਸ, ਮਤਲਬ 6 ਮਹੀਨੇ ਪਹਿਲਾਂ ਉਹੀ ਮੁੰਡਾ ਚੰਗੀ ਭਲੀ ਜੀਨ ਜੂਨ ਪਾ ਕੇ ਆਇਆ ਸੀ, ਐਂਡ 6 ਮਹੀਨੇ ਬਾਅਦ ਜਦੋਂ ਉਹ ਦੁਬਾਰਾ ਆਇਆ ਉਸੇ ਤਰ੍ਹਾਂ ਉਹਨੇ ਮੈਨੂੰ ਯਾਦ ਕਰਾਇਆ ਜੀ, ਤੁਹਾਨੂੰ ਯਾਦ ਆ ਆਪਾਂ ਆਏ ਸੀ ਤੁਹਾਡੇ ਕੋਲ ਵੋ ਟਾਈਪ, ਤਾਂ ਉਹਨੇ ਉਹ ਆਪਣਾ ਉਹ ਭਗਵਾ ਜਿਹਾ ਚੋਲਾ ਪਾਇਆ ਹੋਇਆ, ਸਿਰ 'ਤੇ ਵੀ ਉਹ ਬੰਨਿਆ ਹੋਇਆ, ਗਲ 'ਚ ਰੁਦਰਾਕਸ਼ ਵਾਲੀ ਮਾਲਾ ਜੀ ਪਾਈ ਹੋਈ, ਕਰਮੰਡਲ ਜਿਹਾ ਫੜਿਆ ਹੋਇਆ, 2 ਬੰਦੇ ਉਹਦੇ ਨਾਲ ਹੋਰ ਚਿਮਟਿਆਂ ਜਿਹਾ ਵਾਲੇ, ਅਤੇ ਮੈਂ ਕਿਹਾ ਜੀ ਇਹ ਕਿੱਦਾਂ? ਉਹ ਜੀ ਭਾਅ ਜੀ ਕਿਰਪਾ ਹੋ ਗਈ, ਅਸੀਂ ਇੱਧਰ ਹੁਸ਼ਿਆਰਪੁਰ ਸਾਈਡ ਨੂੰ ਕਿਤੇ ਜਾਂਦੇ ਸੀ, ਉੱਥੇ ਇੱਦਾਂ ਕੋਈ ਫਲਾਣੇ ਥਾਂ ਤੋਂ ਜਗ੍ਹਾ ਪ੍ਰਗਟ ਹੋ ਗਈ ਕਿ ਪਤਾ ਨਹੀਂ ਕੀ ਹੋ ਗਿਆ। ਫਿਰ ਉਹ ਕਹਿੰਦੇ ਵੀ ਮੈਂ ਚਲੋ ਨਾਂ ਨਹੀਂ ਲੈਂਦਾ, ਅਤੇ ਉਹਨਾਂ ਨੇ ਸੇਵਾ ਲਾ ਦਿੱਤੀ, ਫਿਰ ਮੈਂ ਤਾਂ ਹੁਣ ਘਰ ਬਾਰ ਛੱਡ ਕੇ ਉੱਥੇ ਹੀ ਹੋਣ, ਅਤੇ ਬਸ ਉੱਥੇ ਨਵਾਂ ਭਵਨ ਉਸਾਰੀ ਕਰ ਰਹੇ ਹਾਂ, ਅਤੇ ਉਹਦੇ ਲਈ ਤੁਹਾਡੀ ਅਸੀਂ ਸੀਮੈਂਟ ਦੀ ਜਿਹੜੀ ਕਹਿ ਲਓ ਕਿ ਵੀ ਉਹ ਲਾਉਣੀ, ਸੇਵਾ ਲਾਉਣੀ। ਮੈਂ ਹੈਰਾਨ, ਮੈਂ ਕਿਹਾ ਇਹਦਾ ਮਤਲਬ ਆਹ ਤਾਂ ਕਾਰੋਬਾਰ ਹੀ ਬੜਾ ਵਧੀਆ। ਤੁਸੀਂ ਇਹ ਦੇਖੋ 6 ਮਹੀਨੇ ਦੇ ਵਿੱਚ ਕਿਸੇ ਵੀ ਨੌਕਰੀ ਜਾਂ ਕਾਰੋਬਾਰ ਦੇ ਵਿੱਚ ਕੋਈ ਬੰਦਾ ਸੈੱਟ ਨਹੀਂ ਹੁੰਦਾ ਜੀ। ਜੇ ਉਹ ਬੰਦੇ ਦੀ ਗੱਲਾਂ 'ਚ ਮੈਂ ਚਲੋ ਮੈਂ ਤਾਂ ਉਹਦੀ ਸਾਈਕੀ ਸਮਝ ਗਿਆ ਸੀ, ਮੈਂ ਤਾਂ ਉਹਨੂੰ ਸ਼ੁਰੂ ਤੋਂ ਉਹ ਫੋਲੋ ਕਰਦੇ, ਉਸ ਤੋਂ ਬਾਅਦ ਭਜਾਤਾ, ਫਿਰ ਉਹ ਨਿਕਲ ਵੀ ਗਿਆ। ਹੁਣ ਗੱਲ ਇਹ ਕਿ ਇੱਦਾਂ ਦੇ ਕਿੰਨੇ ਬੰਦੇ ਕਿੱਥੇ ਕਿੱਥੇ ਥਾਵਾਂ ਦੇ ਉੱਪਰ ਆਉਂਦੇ ਹੋਣਗੇ, ਅਤੇ 6 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਬੰਦਾ, ਇੱਕ ਮੰਨ ਲਓ ਜਗਰਾਤੇ ਦੀ ਪਰਚੀ ਕੱਟ ਰਿਹਾ ਮੋਟਰਸਾਈਕਲ ਦੇ ਉੱਪਰ, ਐਂਡ 6 ਮਹੀਨੇ ਬਾਅਦ ਉਹ ਭਵਨ ਨਿਰਮਾਣ ਦੀਆਂ ਗੱਲਾਂ ਕਰਨ ਲੱਗ ਪਿਆ, ਕਿੰਨਾ ਪੋਟੈਂਸ਼ੀਅਲ ਇਸ ਕਾਰੋਬਾਰ ਦੇ ਵਿੱਚ? ਮਤਲਬ ਐਂਡ ਤੁਸੀਂ ਮੰਨ ਲਓ 100, 50, 10, 20 ਕਿੰਨਾ ਘਰਾਂ ਤੋਂ ਇਕੱਠੇ ਕਰ ਲਓਗੇ? ਨਾ ਕਰਦੇ ਕਰਦੇ ਵੀ ਜੇ ਅਸੀਂ 5 ਮਿੰਟ ਕਿਸੇ ਘਰ ਦੇ ਅੱਗੇ ਰੁਕ ਗਏ, ਉਹ ਅਗਲੇ ਨੇ ਫਰਸਟ੍ਰੇਟ ਹੋ ਕੇ ਕਹਿਣਾ ਲੈ ਯਾਰ ਤੂੰ ਲੈ ਜਾ ਕੁਛ ਨਾ ਕੁਛ ਦੇ, 10, 5, 20, 30 ਕੁਛ ਤਾਂ ਆਊਗਾ। ਪਰ ਉਹਦੀ ਸਾਈਕਲ ਮੈਂ ਦੱਸਦਾ, ਉਹਦਾ ਮੈਨੂੰ ਇਹ ਲੱਗਿਆ ਸੀ ਕਿ ਉਹ ਕੁਝ ਟਾਰਗੇਟਡ ਘਰਾਂ 'ਚ ਜਾਂਦਾ, ਜਦੋਂ ਲੱਗਿਆ ਨਾ ਵੀ ਆਹ ਘਰ ਠੀਕ ਹੈ, ਮਿਲ ਸਕਦਾ ਇਹ ਥੋੜ੍ਹੇ ਜਿਹੇ ਸ਼ਰਧਾਵਾਨ ਵੀ ਨੇ, ਜਾਂ ਕਹਿ ਲਓ ਕਿ ਵੀ ਇਹ ਬੰਦਾ ਬਹੁਤਾ ਸੋਚਦਾ ਨਹੀਂ ਵੀ ਚੱਲ ਕੋਈ ਨਹੀਂ ਯਾਰ 100-50 ਦਾ ਕੀ ਫਰਕ ਪੈਂਦਾ। ਕਿਤੇ ਨਾ ਕਿਤੇ ਉਹ ਰੇਕੀ ਵੀ ਕਰ ਜਾਂਦੇ ਨੇ ਇਸ ਪੂਰੇ ਹਿਸਾਬ ਦੇ ਕਿ ਵੀ ਘਰ 'ਚ ਕੌਣ ਹੈ, ਕੀ ਚੱਲ ਰਿਹਾ, ਕਿੰਨੇ ਵਜੇ ਕੌਣ ਕੀ ਆਉਂਦਾ, ਉਹ ਜਾਇਜ਼ਾ ਵੀ ਲੈ ਜਾਂਦੇ। ਮੈਂ ਉਹੀ ਕਹਿ ਰਿਹਾ ਨਾ, ਤੁਸੀਂ ਇਹ ਆਪਾਂ ਤਾਂ ਵੱਡਿਆਂ ਸਾਧਾਂ ਦੀ ਗੱਲ ਕਰਦੇ ਹਾਂ ਜਿਹੜੇ ਕਾਰਪੋਰੇਟ ਲੈਵਲ ਦੇ ਉੱਪਰ ਆਲ ਓਵਰ ਇੰਡੀਆ ਚੱਲ ਰਿਹਾ, ਈਵਨ ਆਲ ਓਵਰ ਵਰਲਡ ਜਿਹਨਾਂ ਦਾ ਕਾਰੋਬਾਰ ਫੈਲਿਆ ਹੋਇਆ। ਤੁਸੀਂ ਨਿੱਘੇ ਨਿੱਘੇ ਧਿਆਨ ਮਾਰੋਗੇ ਨਾ, ਤੁਹਾਨੂੰ ਆਪਣੇ ਪਿੰਡਾਂ ਥਾਵਾਂ ਗਲੀਆਂ ਮੁਹੱਲਿਆਂ ਦੇ ਵਿੱਚ ਇੱਦਾਂ ਦੇ ਬਹੁਤ ਮਿਲ ਜਾਣਗੇ ਜੀ। ਐਂਡ ਹਰ ਬੰਦੇ ਨੂੰ ਇਹ ਲੱਗਦਾ ਕਿ ਜਿੰਨਾ ਕੁ ਮੇਰੇ 'ਚ ਪੋਟੈਂਸ਼ੀਅਲ ਹੈ, ਜਿੰਨੀ ਕੁ ਮੈਨੂੰ ਲੋੜ ਹੈ, ਉਹ ਉਸ ਹਿਸਾਬ ਦਾ ਕਾਰੋਬਾਰ ਚਲਾ ਲੈਂਦਾ, ਕੋਈ ਪੁੱਛਾਂ ਦੇਣ ਲੱਗ ਪਊਗਾ। ਮੈਂ ਤਾਂ ਹੈਰਾਨ ਹੁੰਦਾ ਕਈ ਵਾਰ ਬੰਦਾ 50-55 ਸਾਲ ਉਹਦੀ ਉਮਰ ਹੁੰਦੀ, ਜਿਹ 'ਚ ਉਹਨੇ 10-15 ਸਾਲ ਫੌਜ ਚਲਾਏ ਹੁੰਦੇ ਆ, ਉਦੋਂ ਬਾਅਦ ਜਿਹੜਾ ਆਣ ਕੇ ਜਦੋਂ ਵੇਖਿਆ ਹੁੰਦਾ ਵੀ ਹੋਰ ਕੋਈ ਕੰਮ ਨਹੀਂ ਚੱਲਦਾ, 2 ਵਾਰਾਂ ਫੀਡ ਦੀ ਦੁਕਾਨ ਪਾਈ, 2 ਵਾਰਾਂ ਸੀਮਿੰਟ ਦੀ ਪਾਈ, ਨਹੀਂ ਚੱਲੀ, ਅਤੇ ਅਚਾਨਕ ਤੋਂ ਸਾਲ ਕੁ ਬੰਦਾ ਗਾਇਬ ਰਹਿੰਦਾ, ਅਤੇ ਫਿਰ ਪਤਾ ਲੱਗਦਾ ਜੀ ਉਹ ਤਾਂ ਫਲਾਨੀ ਥਾਂ ਦੇ ਉੱਪਰ ਪੁੱਛਾਂ ਦੇਣ ਲੱਗ ਗਿਆ। ਹਾਂਜੀ। ਹੁਣ ਤੁਸੀਂ ਆਪਣਾ ਪੁੱਛ ਲਓ ਵੀ ਭਾਈ ਸਾਹਿਬ ਤੁਹਾਨੂੰ ਤੁਹਾਡੇ ਫਿਊਚਰ ਦਾ ਪਤਾ ਵੀ ਕੀ ਬਣਨਾ, ਕੋਈ ਵੀ ਜਵਾਬ ਦੇ ਸਕਦਾ। ਪਰ ਇਹ ਕੁਛ ਹੈ, ਆਪਾਂ ਕੁਐਸਚਨ ਨਹੀਂ ਕਰਦੇ। ਇੱਕ ਨਾ ਡਰ ਬੜਾ, ਰੱਬ ਦਾ ਡਰ ਇੱਕ ਬਹੁਤ ਵੱਡਾ ਕਾਰੋਬਾਰ ਜਿਹਨੂੰ ਬਣਾ ਕੇ ਬਹਿ ਗਏ ਲੋਕ। ਹੁਣ ਤੁਸੀਂ ਮੰਨ ਲਓ ਮੈਂ ਹਾਂ, ਅਤੇ ਮੈਂ ਵੇਸ਼ਭੂਸ਼ਾ ਜੀ ਉਹੋ ਜਿਹੀ ਬਣਾਈ ਹੋਵੇ, ਅਤੇ ਮੈਂ ਇੱਦਾਂ ਜੇ ਥੋੜ੍ਹਾ ਚੁੱਪ ਜਿਹਾ ਬੈਠਾ ਹੋਵਾਂ ਅਤੇ ਅੱਖ ਜੀ ਵੀ ਨਾ ਚੱਕਾਂ, ਤੁਹਾਡੇ 'ਤੇ ਇੱਕ ਇੰਪਰੈਸ਼ਨ ਪੈਣਾ ਵੀ ਯਾਰ ਬੰਦਾ ਨੋਰਮਲ ਨਾਲੋਂ ਵੱਖਰਾ ਹੈ, ਕੁਛ ਐਕਟਿੰਗ ਹੈ ਬੇਸਿਕਲੀ, ਇਹ ਹੋਰ ਹੀ ਕੀ ਹੈ। ਤੁਸੀਂ ਇਹਨਾਂ ਨੂੰ ਕਿਤੇ ਵੈਸੇ ਦੇਖੋ, ਆਮ ਨੋਰਮਲ ਲਾਈਫ ਤੋਂ ਬਿਨਾਂ ਵੀ ਇਹ ਕੀ ਕਰਦੇ ਨੇ ਜੀ? ਮੈਂ ਤਾਂ ਹੈਰਾਨ ਹੁੰਦਾ, ਉਹਨਾਂ ਨੇ ਵੱਡੇ ਵੱਡੇ ਚੋਲੇ ਪਾ ਕੇ ਜਿਹੜੇ ਉੱਦਾਂ ਅੱਗੋਂ ਪਿੱਛੋਂ ਫਿਰਦੇ ਨੇ, ਤੁਸੀਂ ਵੀਡੀਓਜ਼ ਨਹੀਂ ਸਾਹਮਣੇ ਆਉਂਦੇ ਹੁੰਦੇ ਵੀ ਬਾਅਦ 'ਚ ਕੱਚੇ ਬਣਾਉਣਾਂ ਦੇ ਉੱਪਰ ਬੈੱਡਾਂ ਤੋਂ ਕਿੱਦਾਂ ਫੜੇ ਜਾਂਦੇ ਆ? ਜੀ ਜੀ ਜੀ। ਤੁਸੀਂ ਫਰਸਟ੍ਰੇਸ਼ਨ ਦੀ ਗੱਲ ਕੀਤੀ ਸੀ ਕਿ ਬੰਦਾ ਫਰਸਟ੍ਰੇਟ ਹੁੰਦਾ ਅਤੇ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ। ਵੈਸੇ ਦੇਖਿਆ ਜਾਵੇ ਗੁਰਪ੍ਰੀਤ ਜੀ, ਮੈਂ ਖਬਰਾਂ ਕਰਦੀ ਹਾਂ, ਖਬਰਾਂ ਦੇ ਨਾਲ ਨਾਲ ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਅਸੀਂ ਲਗਾ ਨਹੀਂ ਸਕਦੇ, ਕ੍ਰਾਈਮ ਦੀਆਂ ਖਬਰਾਂ। ਪਿਓ ਨੇ ਕਰ ਦਿੱਤਾ, ਮਾਮੇ ਨੇ ਕਰ ਦਿੱਤਾ, ਆਪਣੇ ਹੀ ਬੱਚੇ ਨਾ ਕਰ ਦਿੱਤਾ, ਉਹ ਕੀ ਚੀਜ਼ ਹੈ ਬੇਸਿਕਲੀ? ਉਹਦੀ ਉਸ ਬੰਦੇ ਦੀ ਫਰਸਟ੍ਰੇਸ਼ਨ ਆਪਣੇ ਘਰ ਦੇ ਬੱਚਿਆਂ 'ਤੇ ਨਿਕਲਦੀ ਆ, ਆਪਣੀ ਹੀ
ਜਾਂ ਸਰਕਾਰਾਂ ਨੇ ਪ੍ਰਸ਼ਾਸਨ ਨੇ ਕਰ ਦੇਣਾ, ਕਿਸੇ ਨੇ ਨਹੀਂ ਕਰਨਾ। ਓਪਨਲੀ ਤੁਹਾਨੂੰ ਗੱਲ ਕਰਨੀ ਪੈਣੀ ਹੈ। ਅੱਜ ਦੀ ਡੇਟ ਦੇ ਵਿੱਚ ਆਪਣੇ ਨਿਆਣੇ ਇੱਥੋਂ ਆਸਟ੍ਰੇਲੀਆ, ਨਿਊਜ਼ੀਲੈਂਡ, ਕਨੇਡਾ, ਅਮਰੀਕਾ ਜਿੱਥੇ ਜਾਂਦੇ ਭੇਜਦੇ ਆ ਨਾ, ਆਪਾਂ ਭੇਜਦੇ ਹਾਂ, ਇਕੱਲੇ ਭੇਜਦੇ ਹਾਂ, ਇਕੱਲੇ ਭੇਜਦੇ ਹਾਂ, ਆਪਾਂ ਨੂੰ ਹੁੰਦਾ ਕਿ ਚਲੋ ਠੀਕ ਹੈ। ਉਹਦੇ 'ਚ ਕਿਤੇ ਨਾ ਕਿਤੇ ਇਹ ਨਹੀਂ ਕਿ ਉਹੀ ਮਾਂ ਪਿਓ, ਜਿਹੜੇ ਮਾਂ ਪਿਓ ਇੱਧਰ ਸੋਚਦੇ ਸੀ ਵੀ ਸਾਡਾ ਮੁੰਡਾ ਕਿਤੇ ਬਾਹਰ ਜਾ ਕੇ ਨਾ ਵਿਗੜ ਗਏ, ਸਾਡੀ ਕੁੜੀ ਨੂੰ ਐਂ ਨਾ ਹੋ ਜੇ, ਪਤਾ ਉਹਨਾਂ ਨੂੰ ਵੀ ਹੁੰਦਾ ਵੀ ਜੇ ਉਹ ਬਾਹਰ ਚਲੇ ਗਿਆ ਤਾਂ ਉਹਨੂੰ ਵਨ ਸਵਾਨੀ ਦੁਨੀਆ ਮਿਲਣੀ ਹੈ। ਆਪਾਂ ਇਹ ਵੀ ਦੇਖਦੇ ਹਾਂ ਕਿ ਉੱਧਰ ਇੱਕ ਲਾਈਫ ਬੜੀ ਓਪਨ ਹੈ ਜੀ, ਪਰ ਆਪਾਂ ਐਕਸੈਪਟ ਕਰ ਲੈਂਦੇ ਵੀ ਚਲੋ ਇੱਧਰ ਨਾਲੋਂ ਸੱਤ ਸਮੁੰਦਰ ਪਾਰ, ਅੱਖਾਂ ਤੋਂ ਓਹਲੇ, ਜਿਹੜੀ ਗੱਲ ਹੁੰਦੀ ਨਾ ਕੰਧ ਓਹਲੇ ਪ੍ਰਦੇਸ਼, ਅਸੀਂ ਉਹ ਐਕਸੈਪਟ ਕਰ ਲੈਂਦੇ। ਪਤਾ ਸਾਨੂੰ ਵੀ ਹੈ, ਪਤਾ ਸਾਨੂੰ ਵੀ ਹੈ, ਪਰ ਅਸੀਂ ਜਿਵੇਂ ਕਹਿੰਦਾ ਨਾ ਕਬੂਤਰ ਸਾਹਮਣੇ ਬਿੱਲੀ ਨਹੀਂ ਆ ਰਹੀ, ਬਸ ਅੱਖਾਂ ਬੰਦ ਕਰ, ਬਸ ਬਿੱਲੀ ਹੈ ਨਹੀਂ ਵਾਲੀ ਗੱਲ ਆਪਾਂ ਕਰਕੇ ਬਹਿ ਜਾਂਦੇ ਹਾਂ। ਐਂਡ ਜਿਹੜੀ ਸੇਮ ਚੀਜ਼ ਇੱਧਰ ਹੈ ਉਹ ਵੀ ਆਪਾਂ ਨੂੰ ਕਿਤੇ ਨਾ ਕਿਤੇ ਵਿਚਾਰਨੀ ਪੈਣੀ ਹੈ, ਕਿਤੇ ਨਾ ਕਿਤੇ ਉਹਦੀ ਗੱਲ ਕਰਨੀ ਪੈਣੀ, ਗੱਲ ਤੋਰਨੀ ਪੈਣੀ ਹੈ। ਹੁਣ ਜਿਹੜੀਆਂ ਫਰਸਟ੍ਰੇਸ਼ਨਸ, ਜਿੱਦਾਂ ਤੁਸੀਂ ਆਹ ਜ਼ਿਕਰ ਕੀਤਾ ਕਿ ਮੰਨ ਲਓ ਵੀ ਇਸ ਹੱਦ ਤੱਕ ਗਰਕ ਜਾਣਾ ਕਿ ਤੁਸੀਂ ਆਪਣੇ ਪਰਿਵਾਰ 'ਚ ਆਪਣੀਆਂ ਧੀਆਂ ਭੈਣਾਂ ਦੇ ਨਾਲ ਆਹ ਕੁਛ ਕਰਨ ਲੱਗ ਜਾਂਦੇ ਹੋ, ਇਹ ਤਾਂ ਉਹ ਮਾਮਲੇ ਹੋ ਗਏ ਜਿਹੜੇ ਸਾਹਮਣੇ ਆਉਂਦੇ ਨੇ। ਕੁਛ ਕੁ ਮਾਮਲੇ ਐਸੇ ਨੇ ਜਿਹੜੇ ਸਾਹਮਣੇ ਵੀ ਨਹੀਂ ਆਉਂਦੇ। ਜਦੋਂ ਤੁਹਾਨੂੰ ਇੰਸੀਡੈਂਟ ਯਾਦ ਕਰਾਉਣਾ, ਇੱਕ ਮੇਰਾ ਖਿਆਲ 10 ਸਾਲ ਦੀ ਬੱਚੀ ਸੀ ਜਿਹੜੀ ਕਿ ਪ੍ਰੈਗਨੈਂਟ ਹੋ ਗਈ, ਐਂਡ ਉਹਦੀ ਅਦਾਲਤ ਤਾਂ ਗੱਲ ਚੱਲੀ ਸੀ ਕਿ ਉਹਨੂੰ ਅਬੋਰਟ ਕਰਾਇਆ ਜਾਵੇ ਉਹਦਾ ਬੱਚਾ। ਐਂਡ ਮੈਂ ਹੈਰਾਨ ਸੀ ਉਸ ਦਿਨ ਉਹ ਲਾਈਨਾਂ ਪੜ੍ਹ ਕੇ, ਜਿੱਦਣ ਇਹ ਸੀ ਕਿ ਵੀ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਡਾਕਟਰ ਇਹ ਕਹਿੰਦੇ ਕਿ ਮੇਰੇ ਪੇਟ ਵਿੱਚ ਬੇਬੀ ਹੈ, ਫਿਰ ਉਹ ਜਦੋਂ ਬਾਹਰ ਆ ਜਾਏਗਾ ਫਿਰ ਮੈਂ ਖੇਡਿਆ ਕਰਾਂਗੀ। ਲੱਖ ਲਾਂਤ ਉਹਨਾਂ ਬੰਦਿਆਂ ਦੇ ਉੱਪਰ ਜਿਹੜੇ ਆਹ ਕੁਛ ਕਰਨ ਲਏ। ਐਂਡ ਇਸ ਮੁਲਕ ਦੇ ਵਿੱਚ ਤੁਸੀਂ ਆਹ ਖਬਰਾਂ ਨੂੰ ਖਬਰਾਂ ਦੀ ਤਰ੍ਹਾਂ ਪੜ੍ਹ ਕੇ ਖਤਮ ਕਰ ਦਿੰਦੇ, ਉਦੋਂ ਬਾਅਦ ਕੁਛ ਵੀ ਨਹੀਂ ਲੱਭਦਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਪਰ ਕਿਉਂ ਨਹੀਂ ਗੱਲ ਹੁੰਦੀ, ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਅੱਗੇ ਤੋਰਿਆ ਜਾਂਦਾ? ਜਿਹੜਾ ਬੱਚਾ ਜਿਸ ਨੂੰ ਖੁਦ ਨਹੀਂ ਪਤਾ ਕਿ ਉਹ ਖੁਦ ਬੱਚਾ, ਉਹਦੇ ਪੇਟ ਦੇ ਵਿੱਚ ਬੱਚਾ, ਉਹ ਵੀ ਉਹਦੇ ਪਿਓ ਦਾ। ਰੂਟ ਕੌਜ਼ ਜਿਹੜਾ ਹੈ ਉਹ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ। ਹੁਣ ਇਹ ਜਿਹੜਾ ਰੂਟ ਕੌਜ਼ ਹੈ, ਜੇ ਇਹਨੂੰ ਲੱਭਿਆ ਜਾਵੇ, ਜੇ ਇਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਮੇਰੇ ਖਿਆਲ ਨਾਲ ਜਿਹੜੀਆਂ ਵੱਡੀਆਂ ਬਿਮਾਰੀਆਂ ਬਣੀਆਂ ਨੇ ਨਾ, ਜਿਹੜੇ ਕਹਿ ਲਓ ਕਿ ਵੀ ਕੋਈ ਧਰਮ ਦੇ ਠੇਕੇਦਾਰ ਬਣ ਕੇ ਅਤੇ ਧਾਰਮਿਕਤਾ ਦੇ ਨਾਂ ਦੇ ਉੱਪਰ ਬਹੁਤ ਸਾਰਾ ਕੁਛ ਧੰਦਾ ਚੱਲਦਾ, ਇਹ ਸਾਰੇ ਕੁਛ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕਦੀ। ਆਪਾਂ ਦੇਖੋ ਹੁਣ ਜਿੱਦਾਂ ਆਪਾਂ ਡੇਰੇ ਦੀ ਗੱਲ ਕਰਦੇ ਹਾਂ, ਹੁਣ ਡੇਰੇ ਦੇ ਵਿੱਚ ਕਿੰਨੇ ਕਾਰੋਬਾਰ ਚਲਾਏ ਜਾ ਸਕਦੇ? ਤੁਸੀਂ ਦੇਖੋ ਵੋਟਾਂ ਦਾ ਕਾਰੋਬਾਰ ਹੈ, ਬਲਕ ਦੇ ਵਿੱਚ ਹੋ ਗਿਆ, ਡੇਰਾ ਸੱਚਾ ਸੌਦਾ ਦੇ ਵਿੱਚ, ਸਕੂਲ ਖੁੱਲੇ, ਹਾਂ, ਕਾਲਜ ਖੁੱਲੇ, ਮੈਡੀਕਲ ਸੇਵਾਵਾਂ ਖੁੱਲੀਆਂ, ਅੰਦਰ ਉਹਨਾਂ ਦੀ ਇਵਨ ਕਰੰਸੀ ਵੀ ਚੱਲੀ, ਕਰੰਸੀ ਚੱਲੀ, ਮਤਲਬ ਇਹ ਪੂਰੀ ਚੀਜ਼ ਪਿੱਛੇ ਕਿਸੇ ਦਾ ਸਭ ਤੋਂ ਵੱਡਾ ਹੱਥ ਸੀ। ਉਹੀ ਤਾਂ ਕਹਿ ਰਿਹਾ ਵੀ ਅਲਟੀਮੇਟਲੀ ਉਹਨਾਂ ਸਕੂਲ ਕਾਲਜਸ ਦੇ ਗਰਲਸ ਹੋਸਟਲ ਵਿੱਚ ਬਾਬੇ ਨੇ ਗੁਫਾ ਬਣਾ ਕੇ ਰੱਖੀ। ਕਿਉਂ? ਉਹਦਾ ਰਸਤਾ ਉਹਦੀ ਕੁਟੀਆ ਤੱਕ ਜਾਂਦਾ, ਗੁਫਾ ਤੱਕ ਜਾਂਦਾ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇ, ਜਿਹਨੇ ਉਹ ਬਣਾਈ ਹੋਊਗੀ ਉਹਨੂੰ ਨਹੀਂ ਪਤਾ ਹੋਊਗਾ। ਜਿਹੜੇ ਉਹ ਮਿਸਤਰੀ, ਤੁਸੀਂ ਅੱਜ ਕੋਠਾ ਪਾਉਣਾ ਹੋਵੇ 4 ਦਿਨ ਲੱਗ ਜਾਂਦੇ ਆ, ਆਂਢੀਆਂ ਗੁਆਂਢੀ ਪੁੱਛਣ ਲੱਗ ਪੈਂਦਾ, ਆਹ ਫਿਰ ਕੀ ਬਣਾਉਣ ਲੱਗੇ ਜੇ ਫਲਾਨਾ ਸੌਂ ਜੀ। ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵੀ ਹਾਂ ਵੀ ਬਾਬਾ ਜੀ ਕੀ ਬਣਾਉਣ ਲੱਗੇ ਜਾਂ ਉਹ ਕਿਹੜੇ ਬੰਦੇ ਨੇ। ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਵੀ ਜਿੱਦਾਂ ਉਹ ਕਹਿੰਦੇ ਨਹੀਂ ਵੀ ਪਤਾ ਨਹੀਂ ਹੁਣ ਉਹ ਸਹੀ ਹੈ ਕਿ ਨਹੀਂ, ਵੀ ਤਾਜ ਮਹਿਲ ਜਿਹਨਾਂ ਨੇ ਬਣਾਇਆ ਸੀ ਉਹਨਾਂ ਦੇ ਹੱਥ ਵਰਤੇ ਸੀ ਜੀ। ਹਾਂਜੀ, ਮੈਨੂੰ ਤਾਂ ਐਂ ਲੱਗਦਾ ਵੀ ਜਿਹੜੀ ਇਹਨਾਂ ਦੇ ਡੇਰੇ ਡੂਰੇ ਵੀ ਬਣਾਉਂਦੇ ਹੋਣੇ, ਉਹਨਾਂ ਮਿਸਤਰੀਆਂ ਮੁਸਤਰੀਆਂ ਨੂੰ ਲੇਬਰ ਨੂੰ ਵੀ ਕਿਤੇ ਨਾ ਕਿਤੇ ਗਬਨ ਕਰ ਦਿੰਦੇ ਹੋਣੇ, ਗੈਬ ਕਰ ਦਿੰਦੇ ਹੋਣੇ ਵੀ ਇਹ ਬਾਹਰ ਜਾ ਕੇ ਦੱਸਣ ਨਾ ਵੀ ਮੈਂ ਉੱਥੇ ਆਹ ਚੀਜ਼ ਇੱਦਾਂ ਦੀ ਬਣਾ ਕੇ ਆਇਆ। ਮਤਲਬ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਡੇਰੇ ਬਾਰੇ ਖੁਲਾਸੇ ਹੋਏ ਨੇ, ਕਹਿੰਦੇ ਨੇ ਕਿ ਹਨੀਪ੍ਰੀਤ ਲੈ ਕੇ ਜਾਂਦੀ ਸੀ, ਚਲੋ ਅਸੀਂ ਸੁਣਿਆ, ਸਾਨੂੰ ਵੀ ਨਹੀਂ ਇਹਨਾਂ ਗੱਲਾਂ ਦੇ ਬਾਰੇ ਪਤਾ, ਹਨੀਪ੍ਰੀਤ ਲੈ ਕੇ ਜਾ ਰਹੀ ਸੀ, ਬਾਅਦ 'ਚ ਜਦੋਂ ਹਨੀਪ੍ਰੀਤ ਫੜੀ ਗਈ, ਨਹੀਂ ਜੀ ਮੇਰੇ ਤੋਂ ਪਿਤਾ ਜੀ ਥੇ, ਮੇਰੇ ਥੇ, ਮਤਲਬ ਉਹ ਇੰਨੇ ਖੁਲਾਸੇ ਸਾਹਮਣੇ ਆ ਚੁੱਕੇ। ਆਖਿਰਕਾਰ ਇੱਕ ਧੀ ਕੀ ਆਪਣੇ ਪਿਓ ਦੇ ਨਾਲ ਇੱਦਾਂ ਦੇ ਕੰਮਾਂ 'ਚ ਅੰਜਾਮ ਦੇ ਸਕਦੀ, ਇੱਦਾਂ ਦੇ ਕੰਮਾਂ ਨੂੰ, ਕੀ ਉਹ ਧੀ ਹੋ ਸਕਦੀ ਹੈ? ਦੇਖੋ ਗੱਲ ਪਤਾ ਕੀ ਹੈ, ਜਦੋਂ ਇੱਕ ਪਰਟੀਕੁਲਰ ਰਿਸ਼ਤਾ ਜਿਹੜਾ ਉਹਨੂੰ ਸਾਹਮਣੇ ਰੱਖ ਕੇ ਅਤੇ ਤੁਹਾਡਾ ਧੰਦਾ ਚੱਲਦਾ, ਅਤੇ ਫਿਰ ਰੱਖੀ ਜਾਓ, ਕੀ ਫਰਕ ਪੈਂਦਾ? ਮੈਂ ਰਿਸ਼ਤਾ, ਹਾਂ, ਮੈਂ ਕਈ ਵਾਰ ਹੁੰਦਾ ਨਾ ਵੀ ਮੈਂ ਤੁਹਾਨੂੰ ਭੈਣ ਕਹਿ ਦੇਵਾਂ, ਪਰ ਮੈਂ ਭੈਣ ਮੰਨਾਂ ਨਾ, ਇਹ ਦੋ ਚੀਜ਼ਾਂ ਨੇ। ਕਿਸੇ ਨੂੰ ਕਹਿਣਾ ਅਤੇ ਕਿਸੇ ਨੂੰ ਮੰਨਣਾ, ਉਹ ਦੋ ਅਲੱਗ ਅਲੱਗ ਚੀਜ਼ਾਂ ਨੇ। ਅੱਜ ਦੀ ਡੇਟ ਦੇ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਹੁਣ ਤਾਂ ਘਰਦਿਆਂ ਨੂੰ ਨਹੀਂ ਕੋਈ ਮੰਨ ਕੇ ਰਾਜ਼ੀ, ਅਤੇ ਤੁਸੀਂ ਇਹ ਕਿਵੇਂ ਆਸ ਕਰ ਸਕਦੇ ਹੋ ਕਿ ਤੀਜਾ ਬੰਦਾ ਤੁਹਾਨੂੰ ਭੈਣ ਕਹਿ ਰਿਹਾ ਜਾਂ ਤੁਹਾਨੂੰ ਤੁਸੀਂ ਉਹਨੂੰ ਵੀਰ ਕਹਿ ਰਹੇ ਹੋ ਅਤੇ ਉਹ ਵਾਕਿਆ ਹੀ ਉਹਦੀ ਲਾਜ ਵੀ ਰੱਖੂਗਾ? ਸੋ ਇੱਕ ਬਹੁਤ ਵੱਡਾ ਕਾਰਨ ਆ ਜਿਹਦਾ ਕਰਕੇ ਸਾਰਾ ਕੁਛ ਵਾਪਰ ਰਿਹਾ। ਪਰ ਇਹ ਸਾਰੇ ਕੁਛ ਨੂੰ ਨਾ ਠੱਲ ਪਾਉਣੀ ਬੜੀ ਜ਼ਰੂਰੀ ਹੈ, ਕਿਤੇ ਨਾ ਕਿਤੇ ਐਜੂਕੇਸ਼ਨ ਲੈਵਲ ਦੇ ਉੱਪਰ ਮੈਨੂੰ ਲੱਗਦਾ ਕਿ ਇਹਦੀ ਇਹ ਸਾਰੇ ਕੁਛ ਦੀ ਲੋੜ ਹੈ। ਬੇਰੁਜ਼ਗਾਰੀ ਇੱਕ ਬਹੁਤ ਵੱਡਾ ਕਾਰਨ ਆ ਸਾਰੇ ਕੁਛ ਦੇ ਪਿੱਛੇ। ਆਪਾਂ ਮੰਨਦੇ ਨੇ ਡੇਰਿਆਂ ਨੂੰ ਵੀ ਬੇਰੁਜ਼ਗਾਰੀ ਦਾ ਕੀ ਕਾਰਨ ਹੁੰਦਾ? ਤੁਸੀਂ ਬੇਰੁਜ਼ਗਾਰੀ ਮੰਨ ਲਓ, ਅੱਜ ਦੀ ਡੇਟ ਦੇ ਵਿੱਚ ਕੋਈ ਵੀ ਕਿਤੇ ਕੋਈ ਧਾਰਮਿਕ ਸਮਾਗਮ ਹੋਣਾ ਨਾ, ਸੇਵਾ ਕਰਨ ਵਾਲੇ ਕਿਹੜੇ ਬੰਦੇ ਹੁੰਦੇ ਆ? ਉਹ ਹੀ ਪਿੰਡਾਂ ਥਾਵਾਂ ਵਾਲੇ ਜਾਂ ਤੁਹਾਡੇ ਗਲੀਆਂ ਮੁਹੱਲੇ ਵਾਲੇ ਮੁੰਡੇ, ਉਹਨਾਂ ਕੋਲ ਟਾਈਮ ਹੈਗਾ ਅਤੇ ਤਾਂ ਹੀ ਹੈ। ਤੁਸੀਂ ਉਹੀ ਮੁੰਡਾ ਅੱਜ ਆਸਟ੍ਰੇਲੀਆ, ਨਿਊਜ਼ੀਲੈਂਡ, ਕਨੇਡਾ ਭੇਜ ਦਿਓ, ਸ਼ਾਮ ਨੂੰ ਫੋਨ ਨਹੀਂ ਕਰਦਾ। ਭਲਾ ਕਿਉਂ? ਕਿਉਂਕਿ ਥੱਕਿਆ ਹਾਰਿਆ ਕੰਮ ਤੋਂ ਆਇਆ, ਅਗਲਾ ਕਹਿੰਦਾ ਮੈਨੂੰ ਨੀਂਦ ਆਈ ਜੀ, ਅਤੇ ਜਦੋਂ ਵਿਚਾਰਾ ਇੱਥੇ ਹੈ ਉਦੋਂ ਵਿਹਲਾ ਕਰੂਗਾ ਕੀ? ਆਂਢੀ ਗੁਆਂਢੀ ਲੈ ਕੇ ਕਰਨਾ ਕਿ ਉਹ ਫਲਾਨ
ਇਸ ਮੁਲਕ ਦੇ ਵਿੱਚ ਨਾ ਮਿਲ ਕੇ ਨਹੀਂ ਰਹਿ ਸਕਦੇ, ਉਹਦਾ ਵੀ ਇੱਕ ਵੱਡਾ ਕਾਰਨ। ਤੁਸੀਂ ਅੱਜ ਦੇਖੋ ਧਰਮਾਂ ਦੇ ਨਾਮ 'ਤੇ ਲੜਦੇ ਹਾਂ ਆਪਾਂ, ਉਹ ਵੰਡਿਆ ਅਗਲਿਆਂ ਨੇ, ਉਹ ਤਾਂ ਸਕੀਮਾਂ ਬੜੀਆਂ ਵਧੀਆ ਲਾਈ ਬੈਠੇ ਨੇ ਅਤੇ ਆਪਾਂ ਲੋਕ ਉਹਨਾਂ ਸਕੀਮਾਂ 'ਚ ਫਸੇ ਹਾਂ। ਹੁਣ ਤੁਸੀਂ ਇੱਕ ਮੰਨ ਲਓ ਪਿੰਡ ਥਾਂ ਦੀ ਗੱਲ ਕਰ ਲਓ, ਇੱਕ ਪਿੰਡ ਦੇ ਵਿੱਚ ਸਰਪੰਚੀ ਨੂੰ ਲੈ ਕੇ ਰੌਲਾ ਹੁੰਦਾ, ਆਪਾਂ ਉਹਨੂੰ ਸਿਰਫ ਇੱਕ ਪੋਲੀਟੀਕਲ ਲੜਾਈ ਮੰਨਦੇ ਹਾਂ ਜੀ। ਬਹੁਤ ਸਾਰੇ ਪਿੰਡਾਂ, ਬਹੁਤ ਸਾਰੀਆਂ ਕਲੋਨੀਆਂ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪੋਲੀਟਿਕਸ ਤੋਂ ਇਲਾਵਾ ਡੇਰਿਆਂ ਅਤੇ ਧਰਮਾਂ ਦਾ ਕਰਕੇ ਵੀ ਵਖਰੇਵਾਂ ਹੈਗਾ। ਇਹ ਫਲਾਨੇ ਡੇਰੇ ਕੋਲ ਜਾਂਦਾ, ਅਸੀਂ ਫਲਾਨੇ ਡੇਰੇ ਕੋਲ ਜਾਂਦੇ, ਇਸ ਕਰਕੇ ਇਹਨਾਂ ਨਾਲ ਮਿਲਣਾ ਵਰਤਣਾ ਨਹੀਂ। 100, 50, 10, 20 ਜੋ ਵੀ ਤੁਸੀਂ ਦਸਵੰਧ ਕੱਢਦੇ ਹੋ, ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਉਹਨਾਂ ਡੇਰਿਆਂ ਦੇ ਗੋਲਕਾਂ 'ਚ ਜਾ ਕੇ ਪਾ ਕੇ ਉਹਨੂੰ, ਤੁਹਾਨੂੰ ਨਹੀਂ ਪਤਾ ਉਸ ਪੈਸੇ ਨਾਲ ਕੀ ਹੁੰਦਾ ਜੀ। ਤੁਸੀਂ ਆਪਣਾ ਦਿਨ ਕੱਢਦੇ ਹੋ। ਅੱਛਾ, ਮੋਸਟਲੀ ਜਿਹੜੇ ਬਿਜ਼ਨਸਮੈਨ ਤੁਸੀਂ ਵੇਖੋ, ਉਹ ਇਹ ਮੰਨਦੇ ਨੇ ਕਿ ਵੀ ਜਿਹੜਾ ਇੱਕ ਬੰਦਾ ਹੈ ਉਹਦੇ ਵੱਲੋਂ ਕੀਤਾ ਗਿਆ ਕਿੰਨੇ ਘੰਟੇ ਕੰਮ ਹੈ ਉਹ ਤੁਹਾਡੀ ਐਸਟ ਹੈ ਜੀ। ਐਂਡ ਪਤਾ ਨਹੀਂ ਸੇਵਾ ਦੇ ਨਾਂ ਦੇ ਉੱਪਰ ਜਾਂ ਕਹਿ ਲਓ ਕਿ ਵੀ ਉੱਥੋਂ ਫਰੀ ਦੀ ਲੇਬਰ ਲਿਆਉਣ ਕੇ ਉਹਨਾਂ ਕੋਲੋਂ ਕਿੰਨਾ ਕੁ ਕੰਮ ਕਰਵਾ ਲਿਆ ਜਾਂਦਾ, ਅਤੇ ਉਹਨਾਂ ਵੱਡੀਆਂ ਵੱਡੀਆਂ ਬਿਲਡਿੰਗਸ ਅਤੇ ਵੱਡੇ ਵੱਡੇ ਕਹਿ ਲਓ ਕਿ ਵੀ ਜਿਹੜੇ ਉਹ ਅਦਾਰੇ ਬਣਾ ਲਏ ਜਾਂਦੇ ਨੇ। ਉਹਨਾਂ ਅਦਾਰਿਆਂ ਦਾ ਕਦੀ ਪੁੱਛਿਆ ਹੈ ਕਿ ਜਿਹੜੇ ਲੋਕ ਉੱਥੇ ਸੇਵਾ ਕਰਦੇ ਸੀ, ਜਿਹਨਾਂ ਨੇ ਉਹਨਾਂ ਨੂੰ ਬਣਾਇਆ ਸੀ, ਜਿਹਨਾਂ ਨੇ ਪੈਸਾ ਦਿੱਤਾ ਸੀ, ਉਹਨਾਂ ਨੂੰ ਕੀ ਬੈਨੀਫਿਟ ਦਿੱਤਾ ਤੁਸੀਂ? ਕਦੀ ਵੀ ਨਹੀਂ। ਜੇ ਕਿਤੇ ਉਹਨਾਂ ਦੇ ਬੱਚੇ ਨੇ ਦਾਖਲਾ ਲੈਣਾ ਹੋਵੇ ਤਾਂ ਪਤਾ ਨਹੀਂ ਕਿਹਦੀ ਕਿਹਦੀ ਪਹੁੰਚ ਪਾਉਣੀ ਪੈਂਦੀ ਹੈ। ਬਸ ਉਹੀ ਤਾਂ ਗੱਲ ਹੈ, ਮਤਲਬ ਕਹਿਣ ਤੋਂ ਇਹ ਕਿ ਵੀ ਅਸੀਂ ਲੋਕ ਕੁਐਸਚਨ ਕਰਨ ਨੂੰ ਹਟ ਗਏ ਇਸ ਚੀਜ਼ ਦਾ, ਉਹ ਬੈਨੀਫਿਟ ਲੈਣ ਲੱਗੇ। ਹੁਣ ਦੇਖੋ ਪੈਸਾ ਹੈ, ਮੰਨ ਲਓ ਤੁਸੀਂ ਦਸਵੰਧ ਕੱਢਿਆ, ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਕਿ ਜੇ ਛੋਟਾ ਜਿਹਾ ਪਿੰਡ ਲਾ ਲਓ, ਉਸ ਪਿੰਡ ਦੇ ਵਿੱਚ ਜ਼ਿਆਦਾ ਨਹੀਂ 100 ਪਰਿਵਾਰ ਵੀ ਰਹਿੰਦਾ ਹੋਵੇ ਜੀ, ਅਤੇ 100 ਪਰਿਵਾਰਾਂ ਦੇ ਤੁਸੀਂ 5-5 ਵੀ ਲਾ ਲਓ ਅਤੇ ਕਿੰਨੇ ਹੋ ਗਏ 500 ਬੰਦਾ, ਅਤੇ 500 ਬੰਦਾ ਜਿਹੜਾ ਹੈ ਉਹਦੇ ਵਿੱਚੋਂ ਜੇ ਵੰਡੀਆਂ ਪਾਉਣ ਵਾਲੇ ਪਾਸੇ ਚਲੇ ਜਾਈਏ, ਕੋਈ ਜੀ ਕਾਂਗਰਸੀ ਹੈ, ਕੋਈ ਅਕਾਲੀ ਹੈ, ਕੋਈ ਕਿਸੇ ਹੋਰ ਪਾਰਟੀ ਦਾ, ਇਹ ਸਿੱਖ ਨੇ, ਇਹ ਥੋੜ੍ਹੇ ਹਿੰਦੂ ਨੇ, ਇਹ ਜਿਹੜਾ ਫਲਾਨਾ ਡੇਰਾ ਉਹਦੇ ਪੈਰੋਕਾਰ ਨੇ, ਫਲਾਨੇ ਡੇਰੇ ਦੇ ਪੈਰੋਕਾਰ ਨੇ, ਵੰਡਿਆ ਗਿਆ ਨਾ ਪਿੰਡ ਤੇ ਪੀਜ਼ੀਆਂ ਨੂੰ ਕੱਟਿਆ ਗਿਆ, ਪਿੰਡ ਕਿੱਥੇ ਰਹਿ ਗਿਆ ਉੱਥੇ, ਹੈ ਨਾ? ਹੁਣ ਉਹ ਕੱਟੇ ਹੋਏ ਉਹ ਜਿਹੜੀਆਂ ਮਰਜ਼ੀ ਸਲਾਈਜ਼ ਚੱਕ ਕੇ ਲੈ ਜੂਗਾ, ਅਤੇ ਜੇ ਤੁਸੀਂ ਉਹਨੂੰ ਰਲ ਕੇ ਰਹਿ ਲਓ। ਹੁਣ ਪਿੰਡਾਂ ਦੇ ਵਿੱਚ ਮੈਂ ਹੈਰਾਨ ਹਾਂ, ਮੇਰੇ ਆਪਣੇ ਪਿੰਡ ਦੇ ਵਿੱਚ 10-11 ਗੁਰਦੁਆਰਾ ਸਾਹਿਬ ਨੇ, ਅਜੇ ਵੀ ਬਣਾਈ ਜਾਂਦੇ ਨੇ ਵੱਖ ਵੱਖ। ਹਾਂ, ਲੰਗਰ ਲਾਉਣ ਲੱਗਿਆਂ ਵੀ ਕਮੇਟੀਆਂ, ਮੈਂ ਨਾ ਹਨੇਰੀ ਲਿਆਉਂਦੇ ਨੇ, ਫਲਾਨੀ ਕਮੇਟੀ, ਢੀਂਗੜੀ ਕਮੇਟੀ, ਕਈ ਵਾਰ ਤਾਂ ਇੱਦਾਂ ਹੁੰਦਾ ਗਲੀ ਦੇ ਇਸ ਪਾਸੇ ਹੋਰ ਕਮੇਟੀ, ਇਸ ਪਾਸੇ ਹੋਰ ਕਮੇਟੀ, ਕਰਨਾ ਕੀ ਲੰਗਰ ਲਾਉਣਾ, ਮੈਂ ਲਾ ਦਿਓ ਤਗੜੇ ਹੋ ਗਏ। ਮਤਲਬ ਸਾਂਝੇ ਨਾ ਤਾਂ ਉਹਨਾਂ ਨੇ ਰਹਿਣ ਦਿੱਤਾ ਜੀ, ਨਾ ਅਸੀਂ ਲੋਕ ਹੀ ਚਾਹੁੰਦੇ ਹਾਂ ਕਿ ਅਸੀਂ ਸਾਂਝੇ ਰਹਿਣਾ ਜੀ। ਸੋ ਇਹ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਹੈ, ਜਦ ਤੱਕ ਅਸੀਂ ਇਹ ਪੜ੍ਹਦੇ ਜ਼ਰੂਰ ਹਾਂ ਬੜੇ ਚੋਦੇ, ਹਰੇਕ ਮੇਰਾ ਖਿਆਲ ਜੀ ਵੀ ਸਕੂਲ 'ਚ ਸ਼ਾਇਦ ਲਾਉਣੀ ਆ, ਉਹ ਨਹੀਂ ਹੁੰਦੀ ਵੀ ਉਹ ਮਰਨ ਲੱਗਾ ਸੀ ਬੁੱਢਾ ਅਤੇ ਉਹਨੇ ਆਪਣੇ ਬੱਚਿਆਂ ਨੂੰ ਮੰਗਾਇਆ ਅਤੇ ਲੱਕੜੀਆਂ ਇਕੱਠੀਆਂ ਕੀਤੀਆਂ। ਏਕਤਾ ਵਿੱਚ ਬਲ ਹੈ, ਏਕਤਾ ਵਿੱਚ ਬਲ ਹੈ, ਉਹ ਕਿਤੇ ਨਹੀਂ ਹੈ। ਹਾਂ, ਉਹ ਏਕਤਾ 'ਚ ਬਲ ਪੜ੍ਹਿਆ ਜ਼ਰੂਰ ਹੈ, ਉਹ ਬੰਦੇ ਸ਼ਾਇਦ ਪੜ੍ਹਨ ਵਾਲੇ ਹੁਣ ਤਾਂ ਗੁਜ਼ਰ ਵੀ ਗਏ ਹੋਣਗੇ, ਪਰ ਨਾ ਏਕਤਾ 'ਚ ਬਲ ਆਪਾਂ ਸਮਝਿਆ ਅਤੇ ਨਾ ਉਹਨੂੰ ਅਪਣਾਇਆ। ਇਹ ਇੱਕ ਬਹੁਤ ਵੱਡਾ ਕਾਰਨ ਆ ਜਿਹਦਾ ਕਰਕੇ ਸਾਰਾ ਕੁਝ ਵਾਪਰਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਇਹਨਾਂ ਲੋਕਾਂ ਨੂੰ ਵੰਡ ਕੇ ਰੱਖੋ, ਇਹਨਾਂ ਦਾ ਜਿਹੜਾ ਪੈਸਾ ਹੈ ਦਸਵੰਧ ਦੇ ਨਾਂ ਦੇ ਉੱਪਰ ਜਾਂ ਦਾਨ ਦਕਸ਼ਣਾ ਦੇ ਨਾਂ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੇ ਕੋਲ ਲੈ ਕੇ ਆਓ, ਅਤੇ ਫਿਰ ਉਹਨਾਂ ਦਾਨ ਦਕਸ਼ਣਾ ਦਸਵੰਧ ਦੇ ਵਿੱਚੋਂ ਤੁਸੀਂ ਆਪ ਮੌਜਾਂ ਕਰਨੀਆਂ ਨੇ। ਬਾਬਿਆਂ ਕੋਲ ਮਾਡਲ ਅਜੇ ਕੰਪਨੀ ਕੱਢਦੀ ਹੈ ਅਤੇ ਸਾਧਾਂ ਕੋਲ ਪਹਿਲਾਂ ਆ ਜਾਂਦਾ, ਆਮ ਬੰਦਾ ਬਾਅਦ 'ਚ ਮਿਲਦਾ ਯਾਰ ਆਹ ਕਿਹੜੀ ਗੱਡੀ ਆ, ਉਹ ਆ ਅਤੇ ਬਾਬਿਆਂ ਨੇ ਜੀ ਹੁਣੇ ਲਈ ਲੱਗਦੀ ਹੈ। ਬਾਬਾ ਐਂ ਛੱਤ ਦੇ ਵਿੱਚ ਨਿਕਲ ਕੇ ਹੈਲੋ ਹੈਲੋ ਕਰਦਾ ਹੋਇਆ ਨਿਕਲ ਜਾਂਦਾ। ਇੱਕ ਵੱਡੀ ਗੱਲ ਤੋਂ ਦੱਸਦਾ, ਇਹਦੇ 'ਚ ਨਾ ਅੱਜ ਤੱਕ ਕਦੀ ਕਿਸੇ ਸੁਣਿਆ ਵੀ ਫਲਾਨੇ ਬਾਬੇ ਨੇ ਆਪ ਲਈ ਗੱਡੀ? ਨਹੀਂ, ਵਿਦੇਸ਼ਾਂ 'ਚੋਂ ਆਈ ਸੰਗਤ ਸ਼ਰਧਾਲੂ ਨੇ ਬਾਬਾ ਜੀ ਨੂੰ ਭੇਂਟ ਕੀਤੀ। ਉਹ ਭਾਵੇਂ ਜਿਹੜੀ ਇਕੱਠੀ ਕੀਤੀ ਕਣਕ ਵੇਚ ਕੇ ਗੱਡੀ ਲਈ ਹੋਵੇ, ਏਜੰਸੀ ਵਾਲਿਆਂ ਜਾ ਕੇ ਪੁੱਛ ਲਿਓ, ਪਰ ਕਹਿਣਾ ਇਹ ਹੈ ਪਤਾ ਕਿਉਂ? ਕਿਉਂਕਿ ਪ੍ਰਟੈਂਡ ਕੀਤਾ ਜਾਂਦਾ ਵੀ ਜੇ ਅਸੀਂ ਇੱਦਾਂ ਕਹਾਂਗੇ ਅਗਲਾ ਕਹਿਣਾ ਯਾਰ ਫਲਾਨਾ ਬੰਦਾ 25 ਲੱਖ ਦੀ ਗੱਡੀ ਕਰ ਗਿਆ, ਦਾਨ ਦੇ ਤੁਸੀਂ ਕੀ ਗੱਲ 2500 ਰੁਪਈਆ ਨਹੀਂ ਦੇ ਸਕਦੇ? ਸੋ ਇਹ ਇੱਕ ਵੱਡਾ ਕਾਰਨ ਆ ਜਿਹਦਾ ਕਰਕੇ ਅਗਲਿਆਂ ਨੇ ਉਸ ਕਹਿ ਲਓ ਕਿ ਵੀ ਧੰਦੇ ਨੂੰ ਚਲਾਇਆ ਹੀ ਇੱਦਾਂ ਵੀ ਆਮ ਬੰਦੇ ਦੇ ਦਿਮਾਗ 'ਚ ਪੈਣ ਹੀ ਨਹੀਂ ਦੇਣਾ ਜੀ ਵੀ ਇਹ ਵਾਪਰਦਾ ਕੀ ਹੈ, ਤੂੰ ਕਿੱਧਰ ਨੂੰ ਜਾ ਰਿਹਾ ਭਲਿਆ ਲੋਕਾਂ, ਅਤੇ ਤੇਰਾ ਅਸੀਂ ਕੀ ਸਵਾਰਾਂਗੇ ਜੀ। ਗੁਰਪ੍ਰੀਤ ਜੀ, ਯਾਦ ਹੋਏਗਾ ਤੁਹਾਨੂੰ, ਮੈਨੂੰ ਐਂ ਲੱਗ ਜਾਂਦਾ ਮੈਨੂੰ ਤੁਸੀਂ ਇੰਨੀਆਂ ਗੱਲਾਂ ਕਰਾ ਲਈਆਂ ਮੇਰੇ ਕੋਲੋਂ। ਨਹੀਂ, ਪਰ ਅੱਜ ਵੈਸੇ ਸਹੀ ਗੱਲ ਦੱਸਾਂ, ਫੋਕਸ ਦਾ ਮਤਲਬ ਪਤਾ ਲੱਗ ਰਿਹਾ ਕਿ ਅਸੀਂ ਸਿੱਧਾ ਫੋਕਸ ਕਰ ਰਹੇ ਹਾਂ ਬਾਬਿਆਂ ਦੇ ਉੱਤੇ। ਨਹੀਂ, ਹੋਣਾ ਚਾਹੀਦਾ, ਬਾਬਿਆਂ ਦੇ ਨਾਲ ਨਾਲ ਸੁਸਾਇਟੀ 'ਚ ਆਪਾਂ ਵੀ ਤਾਂ ਰਹਿੰਦੇ ਹਾਂ, ਸੁਸਾਇਟੀ ਦੇ ਵਿੱਚ ਦੇਖੋ ਕਿੰਨਾ ਕੁਛ ਹੈ। ਉਹ ਸਾਡੀ ਕਲੋਨੀ ਦੇ ਵਿੱਚ ਹੀ ਬੜੀਆਂ ਸਾਰੀਆਂ ਗੱਲਾਂ ਹੋ ਜਾਂਦੀਆਂ। ਕਲੋਨੀ ਦੀ ਗੱਲ ਤੋਂ ਯਾਦ ਹੈ, ਮੈਂ ਸਵਾਲ ਪੁੱਛਣਾ ਸੀ, ਸਮਾਗਮ ਦੀ ਗੱਲ ਕਰ ਰਹੇ ਸੀ, ਇਹ ਮੇਰੇ ਘਰ ਦੇ ਨਾਲ ਹੀ ਜੁੜਿਆ ਹੋਇਆ ਮੁੱਦਾ, ਪਰ ਮੈਂ ਦੱਸਣਾ ਨਹੀਂ ਚਾਹਾਂਗੀ ਕਿ ਕਿਹੜੇ ਖਾਸ ਮੈਂਬਰ ਇਹਦੇ ਵਿੱਚ ਇਨਵੋਲਵ ਸੀ ਜੀ। ਆਪਾਂ ਅਕਸਰ ਦੇਖਦੇ ਹਾਂ ਐਡਵਰਟੀਜ਼ਮੈਂਟ ਟੀਵੀ 'ਤੇ ਚੱਲਦੀਆਂ ਹੁੰਦੀਆਂ, ਬਾਬਾ ਜੀ ਆਸ਼ੀਰਵਾਦ ਦੇ ਰਹੇ, ਇਹ ਹੈ ਫਲਾਣਾ, ਇਹ ਸਮਾਗਮ ਹੁੰਦੇ ਨੇ ਉਹਨਾਂ ਦੇ ਖਾਸ ਤੌਰ 'ਤੇ, ਇਸ ਤਰੀਕੋ ਇਸ ਜਗ੍ਹਾ 'ਤੇ ਫਲਾਣਾ ਸਮਾਗਮ ਹੋ ਰਿਹਾ, ਮਤਲਬ ਇੱਦਾਂ ਉਹ ਐਡਵਰਟੀਜ਼ਮੈਂਟ ਬੜੇ ਵਧੀਆ ਤਰੀਕੇ ਨਾਲ ਦਿੱਤੀ ਹੁੰਦੀ। ਭਗਤ ਜੀ ਟੀਵੀ ਦੇ ਅੱਗੇ ਬੈਠੇ ਨੇ, ਹਾਂ ਬਾਬਾ ਜੀ ਆ ਰਹੇ ਨੇ, ਮੈਂ ਜਾਣਾ, ਟਿਕਟ ਬੁੱਕ ਕਰਾਉਣੀ ਜੀ। ਟਿਕਟ ਦਾ ਰੱਖਿਆ ਜਾਂਦਾ ਪ੍ਰਾਈਜ਼, ਪਹਿਲੇ ਅੱਗੇ ਅਗਲੀ ਰੋਅ 'ਚ ਬਹਿਣਾ ਤਾਂ ਤੁਹਾਨੂੰ 5000 ਦੇਣਾ ਪਊਗਾ, ਜੇ ਬਾਬਾ ਜੀ ਦੇ ਪਿੱਛੋਂ ਦਰਸ਼ਨ ਕਰਨੇ ਨੇ ਮਤਲਬ ਪਿਛਲੀ ਸੀਟ 'ਤੇ ਬਹਿਣਾ ਮਿਡਲ ਦੇ ਵਿੱਚ ਤਾਂ ਤੁਹਾਨੂੰ 3000
ਮਤਲਬ ਘਰ ਦੇ ਵਿੱਚ ਹੀ ਸੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਦੈਨ ਮੈਨੂੰ ਅੱਗੋਂ ਸੁਣਨ ਨੂੰ ਮਿਲ ਗਿਆ ਨਹੀਂ ਵੀ ਤੂੰ ਚੁੱਪ ਕਰ, ਤੈਨੂੰ ਨਹੀਂ ਪਤਾ ਤੂੰ, ਮਤਲਬ ਤੂੰ ਨਾਸਤਕ ਹੈ, ਇਦਾਂ ਨਹੀਂ ਕਹੀਦਾ ਨਾਲੇ, ਇਦਾਂ ਨਹੀਂ ਕਹੀਦਾ। ਬਾਬਾ ਜੀ ਮੈਂ ਬਾਬਾ ਜੀ ਦੀ ਫੋਟੋ ਚੁੱਕ ਕੇ ਮੰਦਿਰ 'ਚ ਬਾਹਰ ਸੁੱਟਤੀ, ਮਤਲਬ ਇੱਕ ਪਾਸੇ ਅਸੀਂ ਦੇਵੀ ਦੇਵਤੇ ਰੱਖਦੇ, ਦੂਜੇ ਪਾਸੇ ਇੱਦਾਂ ਦੇ ਲੋਕਾਂ ਨੂੰ ਅਸੀਂ ਮੰਦਿਰਾਂ ਦੇ ਵਿੱਚ ਸਜਾਉਂਦੇ ਹਾਂ, ਆਖਿਰਕਾਰ ਕਿਉਂ? ਦੇਖੋ ਕਾਰਨ ਪਤਾ ਕੀ, ਮੈਂ ਤੁਹਾਨੂੰ ਜਦੋਂ ਸ਼ੁਰੂ 'ਚ ਕਿਹਾ ਸੀ ਉਹ ਸਾਧ ਤੱਕ ਅਪਰੋਚ ਜਿਹੜੀ ਹੈ ਉਹ ਮਹਿੰਗੀ ਹੁੰਦੀ ਜਾਏਗੀ। ਤੁਸੀਂ ਇਸੇ ਹਿਸਾਬ ਨਾਲ ਦੇਖੋ ਕਿ ਜਿਹੜਾ ਬੰਦਾ ਵਿਚਾਰਾ ਪਿੱਛੇ ਬੈਠਾ ਉਹਨੇ 500 ਰੁਪਈਆ ਖਰਚਿਆ, ਉਹਨੂੰ ਸਾਧ ਨਜ਼ਰ ਵੀ ਨਹੀਂ ਆ ਰਿਹਾ, ਵਿਚਾਰਾ ਚੁੰਨੀਆਂ ਜਾਂ ਅੱਖਾਂ ਜਾਂ ਐਂ ਕਰਕੇ ਵੇਂਹਦਾ ਵੀ ਯਾਰ ਬਾਬਾ ਕੁਛ ਕਹਿ ਰਿਹਾ, ਸਪੀਕਰਾਂ 'ਚ ਆਵਾਜ਼ ਜਸਟ ਆ ਰਹੀ ਹੈ। ਬਾਬੇ ਨੂੰ ਤਾਂ ਕੁਛ ਨਹੀਂ ਦਿਸਦਾ ਕਿਉਂਕਿ ਅਸੀਂ ਸਟੇਜ 'ਤੇ ਪ੍ਰੋਗਰਾਮ ਕਰਦੇ ਰਹੇ ਹਾਂ ਨਾ, ਸਾਨੂੰ ਇੰਨਾ ਪਤਾ ਸਾਹਮਣੇ ਆਡੀਅੰਸ ਬੈਠੀ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਬੰਦਾ ਕਿੱਥੇ ਬੈਠਾ ਅਤੇ ਬਾਬਾ ਜੀ ਨੂੰ ਕਿੱਦਾਂ ਪਤਾ ਲੱਗੇਗਾ ਵੀ ਕਿਹੜੇ ਫਲਾਣਾ ਬੰਦਾ ਸਾਨੂੰ ਮਿਲਣਾ ਹੈ। ਹਾਂ ਹੁਣ ਉਹ ਦੇਖੋ ਨਾ, ਪਿੱਛੋਂ ਲੈ ਕੇ ਅਤੇ ਜਿਵੇਂ ਜਿਵੇਂ ਤੁਸੀਂ ਬਾਬੇ ਦੇ ਨੇੜੇ ਜਾ ਰਹੇ ਹੋ ਤਿਵੇਂ ਤਿਵੇਂ ਉਹ ਚੀਜ਼ ਮਹਿੰਗੀ ਹੋ ਜੀ ਰਹੀ, ਐਂਡ ਉਹਨੂੰ ਕੰਪੈਰੀਜ਼ਨ ਕਿਹਦੇ ਨਾਲ ਕੀਤਾ ਜਾ ਰਿਹਾ? ਪੈਸੇ ਨਾਲ ਜੀ, ਕਿਉਂਕਿ ਹਰੇਕ ਬੰਦੇ ਦੀ ਸਮਝ ਆ ਜਾਂਦਾ ਵੀ ਇਹਦਾ ਮਤਲਬ ਇਹ ਚੀਜ਼ ਮਹਿੰਗੀ ਹੈ, ਇਹ ਚੀਜ਼ ਕੀਮਤੀ ਹੈ, ਇਹਦੇ ਨੇੜੇ ਮੈਂ ਜਾਣਾ ਅਤੇ ਮੈਨੂੰ ਉਨਾ ਹੀ ਪੈਸਾ ਖਰਚਣਾ ਪੈਣਾ ਜੀ। ਅਤੇ ਜਦੋਂ ਇੱਕ ਪਰਟੀਕੁਲਰ ਜਗ੍ਹਾ ਤੱਕ ਤੁਸੀਂ ਪਹੁੰਚ ਜਾਂਦੇ ਹੋ ਤੁਹਾਨੂੰ ਲੱਗਦਾ ਵੀ ਆਹ ਹਾ 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 ਇਹ ਤੋਂ ਅੱਗੇ ਤਾਂ ਮਤਲਬ ਸਵਰਗ ਹੀ ਹੈ। ਹੁਣ ਬੰਦੇ ਦੇ ਮਨ 'ਚ ਜਿਹੜਾ ਬੰਦਾ 100 ਰੁਪਈਏ ਦੀ ਜਾਂ 500 ਦੀ ਟਿਕਟ ਖਰਚ ਕੇ 5,000-10,000 ਤੱਕ ਦੀ ਟਿਕਟ 'ਤੇ ਆ ਗਿਆ, ਜਦੋਂ ਉਹਨੂੰ ਕਿਤੇ ਇਹ ਮੌਕਾ ਦਿੱਤਾ ਜਾਵੇ, ਮਤਲਬ ਅਗਲੇ ਬੰਦੇ ਦੀ ਚਾਹਨਾ ਨੂੰ ਦੇਖ ਕੇ ਅਤੇ ਉੱਧਰੋਂ ਏਜੰਟ ਨੂੰ ਇਸ਼ਾਰਾ ਕਰ ਦੇਵੇ ਬਾਬਾ ਵੀ ਇਹਦਾ ਜ਼ਰਾ ਪਤਾ ਕਰੋ, ਅਤੇ ਉਹ ਆਖੇ ਵੀ ਬਾਬਾ ਜੀ ਦੀ ਬਹੁਤ ਕਿਰਪਾ, ਅੱਜ ਸਮਾਗਮ 'ਚ ਬੈਠਿਆਂ ਤੁਹਾਡੇ 'ਤੇ ਨਜ਼ਰ ਗਈ ਸੀ, ਅਤੇ ਬਾਬਾ ਜੀ ਕਹਿੰਦੇ ਕਿ ਉਹ ਉਹਨਾਂ ਨੂੰ ਕਿਤੇ ਲੈ ਕੇ ਆਇਓ ਕੁਟੀਆ ਦੇ ਵਿੱਚ, ਹੈ ਨਾ। ਹੁਣ ਜਦੋਂ ਆਹ ਗੱਲ ਸੁਣ ਲਈ ਅਤੇ ਬੰਦਾ ਰਹੂਗਾ ਜਿਹੜਾ ਬੰਦਾ, ਤੁਸੀਂ ਦੇਖੋ 5-7-10,000 ਰੁਪਈਆ ਖਰਚ ਕੇ ਉੱਥੋਂ ਤੱਕ ਪਹੁੰਚ ਗਿਆ, ਅਤੇ ਜਦੋਂ ਬਾਬੇ ਨੇ ਕਿਹਾ ਵੀ ਬਾਬਾ ਜੀ ਨੇ ਬੁਲਾਇਆ ਹੈ, ਹੈ ਨਾ, ਹੁਣ ਜਦੋਂ ਬਾਬਾ ਜੀ ਨੇ ਬੁਲਾਇਆ ਹੈ ਅਤੇ ਅੰਦਰ ਜਾ ਕੇ ਜੇ ਤਾਂ ਬੰਦਾ ਕਾਰੋਬਾਰੀ ਹੈ ਉਹਨੂੰ ਕੋਈ ਕਾਰੋਬਾਰੀ ਡਿਮਾਂਡ ਪਾ ਦਿੱਤੀ ਜਾਣੀ ਹੈ, ਜੇ ਬਾਬੇ ਦੀ ਕੋਈ ਉਹ ਦੂਜੀ ਘੁੰਡੀ ਹੈ ਜਿਹੋ ਜਿਹੇ ਕਰਤੂਤਾਂ ਦਾ ਕਰਕੇ ਅੰਦਰ ਗਏ ਨੇ ਉਹ, ਅਤੇ ਫਿਰ ਉਹਨੇ ਆਪਣੀ ਉਹ ਵਾਲੀ ਡੀਲਿੰਗ ਜਿਹੜੀ ਉਹ ਸਾਹਮਣੇ ਰੱਖ ਦੇਣੀ। ਆਪਾਂ ਅਕਸਰ ਦੇਖਦੇ, ਮੈਂ ਇੱਕ ਹੋਰ ਪੜ੍ਹ ਰਿਹਾ ਸੀ ਸਰਵੇ, ਮੈਂ ਤੁਹਾਨੂੰ ਦੱਸਦਾ ਆਪਣੇ ਹੀ ਮੁਲਕ ਦੇ ਵਿੱਚ ਹੋਇਆ, ਉਹ ਸਰਵੇ ਇਹ ਕਹਿੰਦਾ ਕਿ ਬਹੁਤ ਸਾਰੇ ਜਿਹੜੇ ਬਿਜ਼ਨਸ ਕਰਨ ਵਾਲੇ ਘਰਾਣੇ ਨੇ ਉਹ ਇਹ ਡੀਲ ਵੀ ਕਰਦੇ ਨੇ ਸਾਧਾਂ ਨਾਲ। ਡੀਲ ਇੱਦਾਂ, ਮੰਨ ਲਓ ਮੈਂ ਇੱਕ ਕਾਰੋਬਾਰ ਚਲਾਉਣਾ, ਮੈਨੂੰ ਕੋਈ ਮੰਤਰੀ ਸੰਤਰੀ ਪੋਲੀਟੀਸ਼ੀਅਨ ਨਹੀਂ ਜਾਣਦਾ, ਪਰ ਮੈਨੂੰ ਇਹ ਪਤਾ ਵੀ ਜੇ ਤੁਸੀਂ ਕੋਈ ABC ਬਾਬਾ ਹੈਗੇ ਆ, ਤੁਹਾਡੀ ਪਹੁੰਚ ਹੈਗੀ ਉਸ ਬੰਦੇ ਤੱਕ, ਤਾਂ ਮੈਂ ਬਾਬੇ ਨਾਲ ਤਾਂ ਗੱਲ ਕਰ ਹੀ ਸਕਦਾ ਖੁੱਲ੍ਹ ਕੇ। ਬਾਬੇ ਨੂੰ ਕਿਸ ਚੀਜ਼ ਦਾ ਲਾਲਚ ਹੈ? ਜੇ ਬਾਬੇ ਨੂੰ ਮਾਇਆ ਦਾ ਲਾਲਚ ਹੈ, ਮੈਂ ਬਿਜ਼ਨਸਮੈਨ ਹਾਂ, ਮੇਰੇ ਕੋਲ ਪੈਸਾ ਹੈਗਾ, ਮੈਂ ਦੇ ਸਕਦਾ। ਬਾਬੇ ਨੂੰ ਕੋਈ ਹੋਰ ਪੁੱਠਾ ਸਿੱਧਾ ਲਾਲਚ ਹੈ, ਤਾਂ ਮੈਂ ਉਹ ਚੀਜ਼ ਉਹਨੂੰ ਖਰੀਦ ਕੇ ਪ੍ਰੋਵਾਈਡ ਕਰ ਸਕਦਾ ਜੀ। ਜਾਂ ਜੇ ਬਾਬੇ ਨੂੰ ਇਹ ਲਾਲਚ ਹੈ ਕਿ ਕੱਲ੍ਹ ਨੂੰ ਇਹ ਬਿਜ਼ਨਸ ਚੱਲੇਗਾ ਅਤੇ ਕੋਈ ਸ਼ੇਅਰ ਟਾਈਪ ਵਿੱਚ ਰੱਖਣਾ, ਹਿੱਸਾਪਤੀ ਰੱਖਣਾ, ਉਹ ਵੀ ਰੱਖਿਆ ਜਾ ਸਕਦਾ। ਸੋ ਉਹ ਇੱਕ ਏਜੰਟ ਬਣ ਗਿਆ। ਹੁਣ ਉਸ ਏਜੰਟ ਨੇ ਕਹਿ ਲਓ ਕਿ ਵੀ ਪਹੁੰਚ ਕਰਾ ਦਿੱਤੀ ਪੋਲੀਟੀਸ਼ੀਅਨ ਤੱਕ। ਹੁਣ ਬਾਬਾ ਪੋਲੀਟੀਸ਼ੀਅਨ ਨਾਲ ਖੁੱਲ੍ਹਾ, ਜੇ ਡੀਲ ਉਹਨੇ ਇੱਧਰ ਗੱਲ ਕਰਨੀ ਆ, ਤਾਂ ਜਿੱਦਾਂ ਏਜੰਟ ਟਾਈਪ ਤੁਸੀਂ ਇਹਨੂੰ ਫੀਲ ਕਰੋਗੇ, ਤੁਹਾਨੂੰ ਇਹ ਰੱਬ ਦੇ ਏਜੰਟ ਟਾਈਪ ਨਜ਼ਰ ਆਉਣਗੇ। ਤੁਸੀਂ ਦੇਖੋ ਵੀ ਕਾਰੋਬਾਰ ਦੀ ਡੀਲ ਉਹਨੇ ਖੁੱਲ੍ਹ ਕੇ ਬਿਜ਼ਨਸਮੈਨ ਨਾਲ ਕਰ ਲਈ, ਬਾਬਾ ਉੱਥੇ ਵੀ ਨੰਗਾ ਹੋ ਗਿਆ, ਜਦੋਂ ਉਹਨੇ ਪੋਲੀਟੀਸ਼ੀਅਨ ਨਾਲ ਕੀਤੀ ਤਾਂ ਪੋਲੀਟੀਸ਼ੀਅਨ ਬਾਬੇ ਕੋਲ ਨੰਗਾ ਹੋ ਗਿਆ, ਅਤੇ ਅਲਟੀਮੇਟਲੀ ਹੱਲ ਜਿਹੜਾ ਹੈ ਉਹ ਬਿਜ਼ਨਸਮੈਨ ਦਾ ਆਪਣਾ ਮਸਲਾ ਹੱਲ ਹੋ ਗਿਆ, ਵਿੱਚ ਬਾਬਿਆਂ ਨੂੰ ਬਾਬਿਆਂ ਦਾ ਬਣਦਾ ਸਮਝ। ਗੁਰਪ੍ਰੀਤ ਜੀ, ਸਮਾਗਮ ਦੀ ਗੱਲ ਆਪਾਂ ਕਰ ਰਹੇ ਸੀ, ਤੁਸੀਂ ਦੇਖਿਆ ਕਿ ਨਿਰਮਲ ਬਾਬੇ ਦੀ ਆਪਾਂ ਗੱਲ ਕਰ ਰਹੇ ਸੀ। ਸਮਾਗਮ ਦਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਹ ਸਮਾਗਮ ਕਿਉਂ ਕਰਾਏ ਜਾਂਦੇ, ਮੈਂ ਤੁਹਾਨੂੰ ਇਹਦੀ ਪਿਛਲੀ ਇੱਕ ਹੋਰ ਘੁੰਡੀ ਦੱਸਦਾ। ਬੇਸਿਕਲੀ ਜਿੱਦਾਂ ਆਪਾਂ ਸਿੰਗਰ ਹੁੰਦੇ ਨਾ, ਸਿੰਗਰਾਂ ਨੂੰ ਕੀ ਲੋੜ ਹੁੰਦੀ ਪ੍ਰੋਗਰਾਮਾਂ ਦੀ? ਸਿੰਗਰ ਪੈ ਜਾਣਗੇ ਪਿੱਛੇ, ਇਹਨੇ ਕੀ ਲੋੜ ਹੁੰਦੀ ਹੈ? ਕਿਉਂਕਿ ਉਹਨਾਂ ਦਾ ਉਹ ਧੰਦਾ ਹੈ, ਪਿੱਛੇ ਨਹੀਂ ਪੈਣਗੇ, ਉਹਨਾਂ ਦਾ ਉਹ ਕਾਰੋਬਾਰ ਹੈ। ਮੰਨ ਲਓ ਅੱਜ ਦੀ ਡੇਟ ਦੇ ਵਿੱਚ ਇੱਕ ਬੰਦਾ ਕਹਿੰਦਾ ਵੀ ਮੈਂ ਇੱਕ ਗਾਣਾ ਕੱਢਿਆ ਜੀ, ਮੈਂ 10-15 ਲੱਖ ਰੁਪਈਆ ਲਾਇਆ, ਹੁਣ ਇਸ ਗਾਣੇ ਤੋਂ ਮੈਨੂੰ ਯੂਟਿਊਬ ਤੋਂ ਵੀ ਪੈਸੇ ਆਉਣ, ਇਸ ਗਾਣੇ ਨੂੰ ਦੇਖ ਕੇ ਮੈਨੂੰ 5-4 ਵਿਆਹਾਂ ਦੇ ਪ੍ਰੋਗਰਾਮ ਬੁੱਕ ਹੋ ਜਾਣ, ਇਸ ਗਾਣੇ ਵੱਲ ਵੇਖ ਕੇ ਮੈਨੂੰ ਕੋਈ ਨਾ ਕੋਈ ਬਾਹਰ ਬੰਦਾ ਸੱਦ ਲਵੇ ਅਤੇ ਉੱਧਰ ਮੈਂ ਕੋਈ ਵਿਸਾਖੀ ਜਾਂ ਹੋਰ ਦੂਜਾ ਤੀਜਾ ਟ੍ਰਿਪ ਜਿਹੜਾ ਉਹ ਲਾਇਆ ਵਾਂ, ਉੱਧਰੋਂ ਵੀ ਡਾਲਰ ਇਕੱਠੇ ਹੋ ਗਏ, ਅਗਲੇ ਦਾ ਧੰਦਾ ਹੈ। ਸੇਮ ਧੰਦਾ ਜਿਹੜਾ ਇਹ ਸਾਧਾਂ ਦਾ, ਕਿਉਂਕਿ ਉਹ ਇੱਦਾਂ ਦਾ ਗਰੁੱਪ ਰੱਖਦੇ ਨੇ ਅਤੇ ਉਸ ਗਰੁੱਪ ਦੇ ਵਿੱਚ ਉਹਨਾਂ ਦਾ ਕੰਮ ਹੁੰਦਾ ਕਿ ਵੀ ਜਦੋਂ ਇੱਕ ਸਮਾਗਮ ਰੱਖਿਆ ਜਾਣਾ, ਜਾਂ ਤਾਂ ਟਿਕਟਾਂ ਪਹਿਲਾਂ ਲੈ ਲਈਆਂ ਜਾਣਗੀਆਂ, ਜਿਹੜਾ ਕਿ ਕੰਟਰੋਲਡ ਸਮਾਗਮ ਹੈ ਜੀ, ਸਮਾਗਮ ਦੇ ਨਾਂ ਦੇ ਉੱਪਰ ਪੈਸੇ ਇਕੱਠੇ ਹੋ ਗਏ, ਕਰਨਾਗੇ ਗੱਲਾਂ ਤਾਂ ਉਹੀ ਮਾਰਨੀਆਂ, ਜੱਕੜੀ ਮਾਰਨੇ, ਮੈਂ ਮਾਰੀ ਜਾਣਾ, ਰੱਬ ਇੱਦਾਂ, ਰੱਬ ਉੱਦਾਂ, ਭਗਤਾਂ ਇੱਦਾਂ ਕਰਦੇ, ਚਟਨੀ ਖਾ ਲਾ, ਗੋਲਗੱਪੇ ਖਾ ਲਾ, ਲੋਕ 5,000 ਫੂਕ ਕੇ ਵੇਲੇ, ਉੱਦਾਂ ਜਿੱਦਾਂ ਤੁਸੀਂ ਇੱਕ ਫਿਲਮ ਵੇਖ ਕੇ ਵਾਪਸ ਆ ਗਏ। ਜੇ ਉੱਥੇ ਟਿਕਟ ਵਾਲਾ ਕੰਮ ਨਹੀਂ ਹੈ ਤਾਂ ਉੱਥੇ ਕੁਛ ਨਾ ਕੁਛ ਇਹੋ ਜਿਹਾ ਰੱਖ ਦਿੱਤਾ ਜਾਊਗਾ ਜਿਹਨੂੰ ਤੁਸੀਂ ਜਾ ਕੇ ਸ਼ਰਧਾ ਨਾਲ ਮੱਥਾ ਟੇਕਣਾ, ਉਹ ਚਾਹੇ ਕੋਈ ਮੂਰਤੀ ਹੋਵੇ, ਚਾਹੇ ਕੋਈ ਧਾਰਮਿਕ ਗ੍ਰੰਥ ਹੋਵੇ, ਜਾਂ ਕਿਸੇ ਦੀ ਹੋਰ ਤਰੀਕੇ ਨਾਲ ਕੋਈ ਮਾਨਤਾ ਹੋਵੇ ਕਿ ਫਲਾਨੀ ਚੀਜ਼ ਦਾ ਚੜਾਵਾ ਤੁਸੀਂ ਅੰਦਰ ਚੜਾਉਣਾ ਜੀ, ਮਤਲਬ ਬਾਹਰੋਂ ਉਹ ਚੀਜ਼ ਤੁਸੀਂ ਮਹਿੰਗੀ ਖਰੀਦੀ, ਲੱਡੂ ਹੋ ਗਏ ਜਾਂ ਕੁਛ ਹੋਰ ਬਰਫੀ ਹੋ ਗਈ, ਉਹ ਤੁਸੀਂ ਅੰਦਰ ਜਾ ਕੇ ਚੜਾਉਣੀ ਹੈ। ਹੁਣ ਉਹ ਜਿਹੜੀ ਲੱਡੂ ਬਰਫੀ ਤੁਸੀਂ ਬਾਹਰੋਂ ਚੱਕ ਕੇ ਅਤੇ ਅੰਦਰ ਜਾ ਕੇ ਚੜਾਉਣੀ ਹੈ, ਉਹ ਵੀ ਇੱਕ ਤਰ੍ਹਾਂ ਨਾਲ ਕਾਰੋਬਾਰ, ਬਿਜ਼ਨਸ ਹੈ, ਬਿਜ਼ਨਸ
ਟੈਂਟ ਤੰਬੂ ਕਨਾਤਾਂ ਵਾਲਾ ਵੀ ਬਹੁਤੇ ਮੋਸਟਲੀ ਵਿਚਾਰੇ ਸ਼ਰਧਾਵਾਨ ਨਹੀਂ ਹੁੰਦੇ, ਜੇ ਅਗਲਾ ਬੰਦਾ ਪੈਸੇ ਮੰਗ ਵੀ ਲਓ ਕੋਈ ਨਹੀਂ ਬਾਬਿਆਂ ਕੋਲੋਂ ਕੀ ਲੈਣੇ ਆ ਜੀ, ਰਹਿਣ ਦਿਓ ਸੇਵਾ ਹੀ ਸਹੀ। ਵੈਸੇ ਦੇਖਿਆ ਜਾਵੇ ਹਾਈ ਫਾਈ ਆਡੀਟੋਰੀਅਮ ਬੁੱਕ ਕੀਤੇ ਜਾਂਦੇ ਇੱਦਾਂ ਦੇ ਸਮਾਗਮ ਲਈ ਸਪੈਸ਼ਲ ਨਿਰਮਲ ਬਾਬਾ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ। ਮੈਂ ਗੁਰਪ੍ਰੀਤ ਜੀ ਇਹ ਗੱਲ ਕਰ ਰਹੀ ਸੀ ਕਿ ਤੁਸੀਂ ਅਕਸਰ ਦੇਖਿਆ ਹੋਣਾ, ਮੈਂ ਇੱਕ ਵਾਰੀ ਪੂਰਾ ਇਹ ਪ੍ਰੋਗਰਾਮ ਆਪਣੇ ਮਾਤਾ ਜੀ ਨਾਲ ਬਹਿ ਕੇ ਦੇਖਿਆ, ਮਾਤਾ ਜੀ ਮਤਲਬ ਆਪਣੀ ਸਾਸੂ ਮਾਂ ਜੀ ਨਾਲ, ਅਤੇ ਉਹਦੇ ਵਿੱਚ ਕੀ ਦਿਖਾਉਂਦੇ ਨੇ ਕਿ ਮਾਈਕ ਜਿਹੜਾ ਪਹਿਲੇ ਇੱਕ ਇੱਕ ਇਸ ਬੰਦੇ ਕੋਲ ਆਉਂਦਾ, ਫਿਰ ਉਹ ਤੀਜਾ ਉਹ ਪਤਾ ਨਹੀਂ ਕਿੱਥੇ ਦਿਸਦਾ ਵੀ ਨਹੀਂ ਹੈ ਉਸ ਬੰਦੇ ਕੋਲ ਆਉਂਦਾ। ਮਤਲਬ ਇਹ ਬੰਦੇ ਵੀ ਚੁਣੇ ਹੁੰਦੇ ਨੇ ਕਿ ਕਿਹਦੇ ਕੋਲ ਹੁਣ ਸਵਾਲ ਲੈਣਾ ਅਤੇ ਕਿਹਦੇ ਕੋਲ ਨਹੀਂ। ਆਡੀਟੋਰੀਅਮ 3000 ਬੰਦਿਆਂ ਨਾਲ ਭਰਿਆ, 5-5 ਹਜ਼ਾਰ ਇੱਕ ਬੰਦੇ ਕੋਲ ਇਕੱਠਾ ਕੀਤਾ ਗਿਆ। ਸਵਾਲ ਕਿਸੇ ਦਾ ਪੁੱਛਿਆ ਜਾਵੇ ਨਹੀਂ, ਸਾਰਿਆਂ ਕੋਲ ਤਾਂ ਸਵਾਲ ਪੁੱਛਣੇ ਲਾਜ਼ਮੀ ਨਹੀਂ, ਮੇਰੇ ਖਿਆਲ 'ਚ ਨਹੀਂ ਪੁੱਛੇ ਵੀ ਜਾ ਸਕਦੇ। ਆਖਿਰਕਾਰ ਇਹਦੇ ਪਿੱਛੇ ਬਿਜ਼ਨਸ ਕਿੰਨਾ ਹੋਏਗਾ? ਮੈਂ ਤੁਹਾਨੂੰ ਇਹੀ ਦੱਸ ਦਿੰਦਾ ਬਿਜ਼ਨਸ ਕਿੱਦਾਂ ਹੁੰਦਾ। ਇਹ ਤਾਂ ਈਵਨ ਆ ਪਿਛਲੇ ਦਿਨ ਮੋਦੀ ਸਾਹਿਬ ਜਦੋਂ ਬਾਹਰ ਗਏ ਸੀ ਤਾਂ ਉਹਨਾਂ ਦੇ ਬਾਰੇ ਵੀ ਇੱਕ ਰਿਪੋਰਟ ਆਈ ਸੀ ਕਿ ਕਿਵੇਂ ਉਹਨਾਂ ਦੀ ਬੱਲੇ ਬੱਲੇ ਕਰਨ ਲਈ ਕੁਝ ਇੱਕ ਇੰਡੀਅਨਸ ਜਿਹੜੇ ਨੇ ਉਹ ਪਲਾਂਟ ਕੀਤੇ ਜਾਂਦੇ ਕਿ ਤੁਸੀਂ ਫਲਾਨੀ ਗੱਲ ਪੁੱਛਣੀ। ਖੈਰ ਉਹ ਤਾਂ ਬਹੁਤ ਵੱਡੇ ਲੈਵਲ ਦਾ ਸਮਾਗਮ ਹੈ, ਛੋਟੇ ਛੋਟੇ ਸਮਾਗਮਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ। ਕਿਸੇ ਸਕੂਲ ਕਾਲਜ ਦੇ ਵਿੱਚ ਕੋਈ ਫੰਕਸ਼ਨ ਹੋਣਾ ਹੋਵੇ ਨਾ ਅਤੇ ਅੱਜ ਫਲਾਨੇ ਚੀਫ ਗੈਸਟ ਨੇ ਆਉਣਾ ਅਤੇ ਟੀਚਰਾਂ ਨੇ ਨਿਆਣੇ ਪੜ੍ਹਾਏ ਹੁੰਦੇ ਆ, ਤੁਸੀਂ ਵੀ ਨੋਟ ਕੀਤਾ ਹੋਣਾ ਬੱਚੇ ਤੁਸੀਂ ਇਹ ਵਾਲਾ ਸਵਾਲ ਪੁੱਛਣਾ ਹੈ, ਬੇਟੇ ਤੁਸੀਂ ਇਹ ਵਾਲਾ ਸਵਾਲ ਪੁੱਛਣਾ, ਤੁਹਾਨੂੰ ਐਸੇ ਖੜੇ ਹੋਣਾ ਔਰ ਇਹ ਨਹੀਂ ਕਹਿਣਾ। ਔਰ ਫਿਰ ਬੰਦਿਆਂ ਨੂੰ ਤੁਸੀਂ ਵਿਰਲੇ ਕਰਕੇ ਬਿਠਾ ਦਿੰਦੇ ਹੋ ਐਂਡ ਉਹਨਾਂ ਨੂੰ ਉਹ ਪਰਟੀਕੁਲਰ ਸਵਾਲ ਮੈਂ ਦੇਖੇ ਬਹੁਤ ਸਾਰੇ ਐਸੇ ਮੈਂ ਫੰਕਸ਼ਨ ਦੇਖੇ ਹੈ ਐਂਡ ਮੈਂ ਉਹਨਾਂ ਦੀ ਤਿਆਰੀ ਕਰਵਾਉਣ ਵਾਲੇ ਬੰਦਿਆਂ ਨੂੰ ਮਿਲਿਆ ਐਂਡ ਮੈਨੂੰ ਇਹ ਵੀ ਪਤਾ ਹੁੰਦਾ ਸੀ ਵੀ ਉਹ ਕਿਹੜੇ ਕਿਹੜੇ ਬੰਦੇ ਕਿੱਥੇ ਕਿੱਥੇ ਬੈਠੇ ਆ, ਅਸੀਂ ਲੰਘ ਚੁੱਕੇ ਆ। ਉਹ ਹੀ ਕਹਿੰਦਾ ਵੀ ਕਿਹਨੂੰ ਸਵਾਲ ਪੁੱਛਣਾ, ਈਵਨ ਵੱਡੇ ਪੋਲੀਟੀਸ਼ੀਅਨਸ ਨੂੰ ਵੀ, ਹੁਣ ਵੀ ਗੱਲ ਕਰ ਰਿਹਾ ਐਂਡ ਉਹਨਾਂ ਨੂੰ ਕਲੀਅਰ ਕੱਟ ਇੰਸਟਰਕਸ਼ਨਸ ਹੁੰਦੀਆਂ ਸੀ ਕਿ ਨਾ ਤੁਸੀਂ ਅੱਧਾ ਵਰਡ ਵੱਧ ਬੋਲਣਾ ਅਤੇ ਨਾ ਅੱਧਾ ਵਰਡ ਘੱਟ ਬੋਲਣਾ ਐਂਡ ਸੇਮ। ਇਹ ਤਾਂ ਆਲਰੇਡੀ ਕਹਿ ਲਓ ਕਿ ਵੀ ਤਰੀਕੇ ਨੇ ਬਿਜ਼ਨਸ ਕਰਨ ਦੇ ਜਿਹਨਾਂ ਨੂੰ ਉਹ ਬਾਬੇ ਅਪਣਾਉਂਦੇ ਨੇ। ਮੈਂ ਸਟਾਰਟਿੰਗ 'ਚ ਗੱਲ ਕਹੀ ਸੀ ਕਿ ਡੇਰਾਵਾਦ ਆਪਾਂ ਨੂੰ ਲੱਗਦਾ ਬੇਸਿਕਲੀ ਇੱਕ ਧੰਦਾ ਹੈ ਜਿਹੜਾ ਰੱਬ ਦੇ ਨਾਂ ਦੇ ਉੱਪਰ ਕੀਤਾ ਜਾਂਦਾ ਜੀ। ਉਹਦੇ ਜਿਹੜਾ ਮੁਖੀ ਹੈ ਉਹ ਇੱਕ ਏਜੰਟ ਹੁੰਦਾ, ਕਿਸੇ ਏਜੰਟ ਦੀ ਚੜ੍ਹਾਈ ਜ਼ਿਆਦਾ ਹੁੰਦੀ ਹੈ, ਕਿਸੇ ਦੀ ਘੱਟ ਹੁੰਦੀ। ਇਹ ਉੱਦਾਂ ਹੀ ਜਿੱਦਾਂ ਆਪਾਂ ਕਹਿ ਲਈਏ ਵੀ ਕੋਈ ਜੇ ਵਿਚਾਰਾ ਛੋਟੀ ਕੋਰਟ ਦਾ ਵਕੀਲ ਹੈ ਅਤੇ ਕੋਈ ਸੁਪਰੀਮ ਕੋਰਟ ਦਾ ਵਕੀਲ ਹੈ ਅਤੇ ਕਿਹੜੇ ਵਕੀਲ ਦੀ ਕਿੰਨੀ ਫੀਸ ਹੋਊਗੀ, ਤੁਸੀਂ ਉੱਥੋਂ ਅੰਦਾਜ਼ਾ ਲਾ ਲਓ। ਮਤਲਬ ਹੁਣ ਜਿਹੜੀ ਉਹਨਾਂ ਦੀ ਜਿਹੜੇ ਸਵਾਲ ਹੁੰਦੇ ਨੇ, ਕਬ ਮੰਦਿਰ ਗਏ ਥੇ, ਕਬ ਤੁਮਨੇ ਗੋਲ ਗੱਪੇ ਖਾਏ ਥੇ, ਚਟਨੀ ਖਾ ਲਓ, ਬਾਜ਼ਾਰ ਮੇਂ ਚਲੋ, ਮਤਲਬ ਇੱਦਾਂ ਦੀਆਂ ਗੱਲਾਂ ਨੂੰ ਜੇ ਇਗਨੋਰ ਕੀਤਾ ਜਾਵੇ ਤਾਂ ਹੀ ਵਧੀਆ। ਪਰ ਇੱਥੋਂ ਨਾ ਇੱਕ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਨਾ, ਕਿਤੇ ਨਾ ਕਿਤੇ ਸਾਡੇ ਇੰਡੀਅਨਸ ਦਾ ਜਾਂ ਆਮ ਲੋਕਾਂ ਦਾ, ਮੇਰਾ ਤੁਹਾਡਾ ਸਾਡੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਸੋਚਣ ਦਾ ਪੱਧਰ ਹੈ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਅਸੀਂ ਨੀਵੇਂ ਜਾ ਚੁੱਕੇ ਹਾਂ, ਸਾਨੂੰ ਰੱਬ ਦੇ ਨਾਂ ਦੇ ਡਰਾਇਆ ਗਿਆ। ਆਪਾਂ ਫਸ ਜਾਂਦੇ ਹਾਂ, ਦੇਖਿਆ ਜਾਵੇ ਅਕਸਰ ਆਪਾਂ ਉਹਨਾਂ ਦੀਆਂ ਗੱਲਾਂ ਵੱਲ ਅਟਰੈਕਟ ਹੋ ਜਾਂਦੇ ਹਾਂ ਜੀ। ਸਾਨੂੰ ਕਿਤੇ ਨਾ ਕਿਤੇ ਲੱਗਦਾ ਉਹਨਾਂ ਦੀ ਭਗਤੀ 'ਚ ਬੜੀ ਸ਼ਕਤੀ ਆ ਚੁੱਕੀ ਹੈ। ਹੁੰਦਾ ਇਹ ਖਾਸ ਕਰਕੇ ਪਤਾ ਨਹੀਂ ਸਾਡੀਆਂ ਮਾਈਆਂ 'ਚੋਂ ਨਹੀਂ ਜਾਂਦਾ, ਮੇਰੀ ਮਾਤਾ ਮੈਂ ਨਾ ਕਿਤੇ ਕਹਿ ਦਵਾਂ ਨਾ ਇੱਦਾਂ ਦਾ ਕੋਈ, ਉਹ ਮੇਰੇ ਗਲ ਪੈ ਜਾਂਦੀ। ਤੈਨੂੰ ਮੈਂ ਕਿੰਨੀ ਨਾ ਕਿਹਾ ਇੱਦਾਂ ਨਾ ਬੋਲਿਆ ਕਰ, ਬਕਵਾਸ ਕਰਦਾ ਰਹਿਣਾ ਤਾਂ, ਐਵੇਂ ਨਹੀਂ ਕਹੀਦਾ ਇੱਦਾਂ ਦੇ ਮਹਾਂਪੁਰਸ਼ਾਂ ਬਾਰੇ। ਮੈਂ ਕਿਹਾ ਮਾਤਾ ਮਹਾਂਪੁਰਸ਼ ਦੀ ਫੋਟੋ ਅਖਬਾਰ 'ਚ ਲੱਗੀ ਤੇਰੇ ਸਾਹਮਣੇ, ਮੈਂ ਕੀ ਕਿਹਾ ਦੱਸੇ ਜੀ, ਗਲਤ ਅੱਜ ਹੀ ਲੱਗੀ ਹੈ ਜੀ, ਵੇਖ ਲਾ ਮੇਰੀ ਹੁੰਦੇ ਆ ਕਹੀ ਹੁਣ ਇੱਦਾਂ ਦੇ, ਅਤੇ ਸਾਰਿਆਂ ਨੂੰ ਥੋੜ੍ਹਾ ਕਹਿ ਦੇਣਾ। ਬਸ ਹੁਣ ਮਾਈ ਨੂੰ ਕੀ ਸਮਝਾਵਾਂਗੇ, ਚੱਕਰ ਉਹੀ ਹੋਇਆ ਮੰਗਲਵਾਰ ਬੁੱਧਵਾਰ ਵੀਰਵਾਰ ਤੇ ਮੇਰੀ ਵੀ ਕੁੰਡੀ ਅੜ ਜਾਂਦੀ ਵੀ ਵੀਰਵਾਰ ਨੂੰ ਸਿਰ ਨਹੀਂ ਧੋਣਾ, ਕੱਪੜੇ ਨਹੀਂ ਧੋਣੇ, ਔਰ ਮੇਰਾ ਕਲੇਸ਼ ਹੈ ਕਿ ਵੀ ਮੈਂ ਉਸੇ ਦਿਨ ਉਹੀ ਉਹ ਕੰਮ ਕਰਨਾ। ਸੋ ਕੱਲ੍ਹ ਪਰਸੋਂ ਇੱਦਾਂ ਦਾ ਹੀ ਕੁਛ ਹੋਇਆ ਸੀ, ਵੀਰਵਾਰ ਨੂੰ ਕਹਿੰਦੇ ਜੀ ਸਿਰ ਨਹੀਂ ਧੋਣਾ, ਉਸ ਦਿਨ ਕੋਈ ਪੂਜਾ ਸੀ ਸਪੈਸ਼ਲ, ਮਾਤਾ ਜੀ ਨੇ ਕਿਹਾ ਜੀ ਜਾ ਪੁੱਤਰ ਜਾ ਕੇ ਸਿਰ ਧੋਆ, ਮੈਂ ਉੱਥੇ ਖੜੀ ਹੋ ਗਈ ਵੀ। ਉੱਦਾਂ ਤੁਸੀਂ ਕਹਿੰਦੇ ਹੋ ਵੀਰਵਾਰ ਨੂੰ ਸਿਰ ਨਹੀਂ ਧੋਣਾ, ਅੱਜ ਵੀਰਵਾਰ ਹੈ ਤੁਸੀਂ ਕਹਿੰਦੇ, ਉਹ ਫਲਾਣੇ ਜਗ੍ਹਾ ਦੀ ਫਲਾਣੀ ਦੀ ਪੂਜਾ ਯਾਰ, ਮਤਲਬ ਆਪਣੇ ਹਿਸਾਬ ਨਾਲ ਧਰਮ ਨੂੰ ਬਣਾ ਲਿਆ ਜਾਂਦਾ। ਮਤਲਬ ਹਰ ਇੱਕ, ਮੈਂ ਤੁਹਾਨੂੰ ਸ਼ੁਰੂ 'ਚ ਇੱਕ ਗੱਲ ਇਹ ਵੀ ਕਹੀ ਸੀ ਕਿ ਅਸੀਂ ਨਾਸਤਕ ਹੋਣ ਵੱਲ ਵੱਧ ਰਹੇ ਹਾਂ, ਇਹ ਸੱਚ ਹੈ, ਕਿਉਂਕਿ ਜਿਹੜੀ ਆਪਣੇ ਤੋਂ ਇੱਕ ਪਹਿਲੀ ਪੀੜ੍ਹੀ ਹੈ ਹੌਲੀ ਹੌਲੀ ਉਹਨਾਂ ਦਾ ਵਿਸ਼ਵਾਸ ਇਹਦੇ ਵਿੱਚ ਬੱਝਾ, ਕੁਝ ਕੁ ਤਾਂ ਟੁੱਟਦਾ ਜਾ ਰਿਹਾ ਜਿਵੇਂ ਜਿਵੇਂ ਪੜ੍ਹ ਰਹੇ ਹਾਂ, ਜਿਵੇਂ ਜਿਵੇਂ ਮੀਡੀਆ 'ਚ ਇਹਦੇ 'ਤੇ ਵਿਚਾਰ ਚਰਚਾ ਚੱਲ ਰਹੀ ਹੈ, ਤਾਂ ਲੋਕ ਕੰਪੈਰੀਜ਼ਨ ਕਰਨ ਲੱਗ ਗਏ। ਹੁਣ ਤੁਸੀਂ ਇਹ ਦੇਖੋ ਕਿ ਜੇ ਉਸੇ ਮੈਂ ਕਠੂਆ ਕਾਂਡ ਦੀ ਗੱਲ ਕਰਾਂ, ਉਹਦੇ 'ਤੇ ਕਿੰਨੇ ਸੋਸ਼ਲ ਮੀਡੀਆ ਦੇ ਉੱਪਰ ਮੈਸੇਜਸ ਆਏ ਕਿ ਨਾ ਤਾਂ ਇੰਨੇ ਕਰੋੜ ਦੇਵਤੇ ਬੋਲੇ, ਨਾ ਉਹ ਮਾਤਾ ਬੋਲੀ, ਨਾ ਉਹ ਮੂਰਤੀ ਬੋਲੀ, ਜੇ ਰੱਬ ਪੱਥਰ 'ਚੋਂ ਇੱਥੋਂ ਨਿਕਲ ਸਕਦਾ ਸੀ ਤਾਂ ਉਹ ਵਾਲਾ ਪੱਥਰ ਕਿਉਂ ਨਹੀਂ ਬੋਲਿਆ। ਇਹ ਗੱਲਾਂ ਕਲੀਅਰ ਕੱਟ ਕਹੀਆਂ ਗਈਆਂ, ਸਾਫ਼ ਨੇ, ਹੈ ਨਾ। ਹੁਣ ਜਦੋਂ ਇੱਦਾਂ ਦੇ ਕੁਐਸਚਨਸ ਉੱਠਣਗੇ ਤਾਂ ਕੁਛ ਨਹੀਂ ਪਤਾ ਹੁੰਦਾ ਕਿਸ ਮਨ ਦੇ ਉੱਪਰ ਕਿਹੋ ਜਿਹਾ ਅਸਰ ਹੋ ਜਾਵੇ ਕਿ ਯਾਰ ਇਹ ਤਾਂ ਗੱਲ ਸਹੀ ਹੈ, ਤਾਂ ਬੰਦਾ ਡੈਫੀਨੇਟਲੀ ਨਾਸਤਕ ਹੋਣ ਵਾਲੇ ਪਾਸੇ ਤੁਰ ਪੈਂਦਾ। ਸੋ ਮੈਨੂੰ ਲੱਗਦਾ ਹੈ ਕਿ ਵੀ ਇਸ ਮੁਲਕ ਦਾ ਵੀ ਅਲਟੀਮੇਟਲੀ ਹੱਲ ਉੱਥੇ ਜਾ ਕੇ ਨਿਪਟਣਾ ਕਿ ਇਸ ਮੁਲਕ ਨੇ ਨਾਸਤਕ ਹੋਣਾ, ਅਤੇ ਜਿੱਦਣ ਇਹ ਮੁਲਕ ਨਾਸਤਕ ਹੋ ਗਿਆ, ਜਿੱਦਣ ਅਸੀਂ ਤੁਸੀਂ ਨਾਸਤਕ ਹੋ ਗਏ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਸਤਕ ਹੋ ਗਈਆਂ, ਉਸ ਦਿਨ ਇਸ ਮੁਲਕ ਦਾ ਜਿਹੜਾ ਰਾਜਨੀਤਿਕ ਤੰਤਰ ਹੈ ਉਹ ਵੀ ਸੁਧਰ ਜਾਣਾ, ਪ੍ਰਸ਼ਾਸਨਿਕ ਤੰਤਰ ਵੀ ਸੁਧਰ ਜਾਣਾ, ਅਤੇ ਉਸ ਦਿਨ ਅਸੀਂ ਸੱਚਮੁੱਚ ਬੰਦੇ ਬਣ ਜਾਣਾ ਜੀ। ਗੁਰਪ੍ਰੀਤ ਜੀ, ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਸਾਡਾ
ਗਾਣੇ ਤੇ ਮਾਤਾ ਜੀ ਡਾਂਸ ਕਰ ਰਹੇ ਨੇ। ਆਪਾਂ ਇਸ ਗੱਲ ਤੇ ਨਾਨਕ ਸ਼ਾਹ ਫਕੀਰ ਫਿਲਮ ਤੇ ਬੜਾ ਵਿਵਾਦ ਉੱਠਿਆ ਕਿ ਵੀ ਉਹਨਾਂ ਦੇ ਜਿਹੜੇ ਅਭਿਨੇਤਾ ਜੋ ਵੀ ਜਿਹਨਾਂ ਨੇ ਕਰੈਕਟਰ ਕੀਤਾ ਸੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਆਪਾਂ ਰੂਪ ਨਹੀਂ ਮੰਨ ਸਕਦੇ। ਦੂਜੇ ਪਾਸੇ ਅਸੀਂ ਦੇਖਿਆ ਜਾਵੇ ਬੜੀਆਂ ਜਿਹੜੇ ਜਥੇਬੰਦੀਆਂ ਨੇ, ਨਹੀਂ ਜੀ ਮਾਤਾ ਦੀ ਫੋਟੋ ਫਾੜ ਦਿੱਤੀ ਇਹ ਗਲਤ ਹੈ, ਗ੍ਰੰਥ ਫਾੜ ਦਿੱਤੇ ਉਹ ਗਲਤ ਹੈ, ਪਰ ਇੱਕ ਜਿਹੜਾ ਆਮ ਇਨਸਾਨ ਹੈ ਮਾਤਾ ਦੀ ਵੇਸ਼ਭੂਸ਼ਾ ਪਾ ਕੇ ਉਹ ਗਾਣਿਆਂ 'ਤੇ ਡਾਂਸ ਕਰ ਰਿਹਾ, ਕੀ ਉਹ ਸਹੀ ਗੱਲ ਹੈ? ਭਗਤ ਨੱਚ ਰਹੇ ਨੇ ਔਰ ਪੜ੍ਹੇ ਲਿਖੇ ਲੋਕ ਉਹਨਾਂ ਦੇ ਪਿੱਛੇ ਨੇ। ਦੇਖੋ ਮੈਨੂੰ ਇਹ ਲੱਗਦਾ ਕਿ ਜਿੱਦਾਂ ਤੁਸੀਂ ਨਾਨਕ ਸ਼ਾਹ ਫਕੀਰ ਦੀ ਗੱਲ ਕੀਤੀ, ਹੁਣ ਰਾਧੇ ਮਾਂ ਨੂੰ ਆਪਾਂ ਮੇਰਾ ਖਿਆਲ ਇਸ ਤਰ੍ਹਾਂ ਨਹੀਂ ਦੇਖ ਸਕਦੇ, ਕਿਉਂਕਿ ਜਿਹੜਾ ਬੰਦਾ ਸਿੱਖੀ ਦੇ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਲੱਗਦਾ ਕਿ ਰਾਧੇ ਮਾਂ ਸਿੱਖ ਨਹੀਂ ਹੈ ਅਤੇ ਨਾ ਹੀ ਮੇਰੇ ਧਰਮ ਦੀ ਗੱਲ ਕਰਦੀ। ਰਾਧੇ ਮਾਂ ਮੋਸਟਲੀ ਕਹਿ ਲਓ ਕਿ ਵੀ ਹਿੰਦੂ ਧਰਮ ਦੇ ਜਿਹੜੇ ਕਹਿ ਲਓ ਕਿ ਵੀ ਫੋਲੋਅਰਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਮਕਬੂਲ ਹੈ। ਹੁਣ ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਮਨਾਹੀ ਨਹੀਂ ਹੈ, ਕਿਉਂਕਿ ਆਪਾਂ ਅਕਸਰ ਰਾਮਲੀਲਾ ਦੀ ਗੱਲ ਕਰ ਲਓ ਜਾਂ ਜਗਰਾਤਿਆਂ ਦੀ ਗੱਲ ਕਰ ਲਓ, ਉੱਥੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਅਲੱਗ ਅਲੱਗ ਕਹਿ ਲਓ ਕਿ ਵੀ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦਾ ਰੂਪ ਧਾਰਨ ਕੀਤਾ ਜਾਂਦਾ। ਉਹ ਬੰਦਾ ਸੋਚਦਾ ਵੀ ਜਦੋਂ ਇਹ ਦੇਵੀ ਦੇਵਤਿਆਂ ਦਾ ਰੂਪ ਧਾਰਨ ਕਰਕੇ ਕੋਈ ਕੋਈ ਮਨਾਹੀ ਨਹੀਂ ਹੈਗੀ, ਤਾਂ ਫਿਰ ਜੇ ਬੀਬੀ ਆਪਣੇ ਆਪ ਦੇ ਵਿੱਚ ਕੋਈ ਮਾਤਾ ਬਣੀ ਫਿਰਦੀ ਹੈ ਤਾਂ ਉਹਨੂੰ ਤਾਂ ਅਸੀਂ ਕੀ ਕਹਿਣਾ? ਨਹੀਂ, ਉਹੀ ਤਾਂ ਮੈਂ ਕਹਿ ਰਿਹਾ, ਹਾਂ ਇਤਰਾਜ਼ ਬਣਦਾ ਹੈ, ਇਤਰਾਜ਼ ਬਣਦਾ ਹੈ ਉਹਦੇ ਤੌਰ ਤਰੀਕੇ 'ਤੇ, ਇਤਰਾਜ਼ ਬਣਦਾ ਭਗਤੀ ਨੂੰ ਇਹ ਡਾਂਸ ਦਾ ਰੂਪ ਦੇਣ 'ਤੇ, ਇਤਰਾਜ਼ ਬਣਦਾ ਆਸ਼ੀਰਵਾਦ ਦੇਣ ਦੇ ਤਰੀਕੇ 'ਤੇ ਗੋਦੀ ਚੁੱਕ ਕੇ। ਸੋ ਇਹ ਜਿਹੜੇ ਇਤਰਾਜ਼ ਆਮ ਲੋਕ ਜਿਹੜੇ ਕਿ ਉਹਨਾਂ ਦੇ ਸ਼ਰਧਾਵਾਨ ਨੇ, ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ। ਪਰ ਮੈਂ ਤੁਹਾਨੂੰ ਸ਼ੁਰੂ 'ਚ ਵੀ ਗੱਲ ਕਹੀ ਸੀ ਕਿ ਵੀ ਇਹ ਜਿਹੜਾ ਧੰਦਾ ਹੈ ਉਹਨਾਂ ਨੇ ਬੇਸਿਕਲੀ ਗਲੈਮਰ ਨਾਲ ਜੋੜ ਕੇ ਬਣਾ ਲਿਆ। ਹੁਣ ਗਲੈਮਰ ਨਾਲ ਜੋੜ ਕੇ ਬਣਾਇਆ ਤਾਂ ਜਿਹੜੀਆਂ ਤੁਸੀਂ ਨੋਟ ਕਰਿਓ ਰਾਧੇ ਮਾਂ ਦੇ ਨਾਲ ਜਿਹੜੇ ਬੰਦੇ ਅਤੇ ਜਿਹੜੀਆਂ ਬੀਬੀਆਂ ਫਿਰਦੀਆਂ ਨੇ ਨਾ, ਉਹਨਾਂ ਦਾ ਇੱਕ ਪਰਟੀਕੁਲਰ ਵੇਸ਼ਭੂਸ਼ਾ ਹੁੰਦਾ। ਆਮ ਨੋਰਮਲ ਡਰੈਸ ਉਹਨਾਂ ਨੇ ਨਹੀਂ ਪਾਉਣੀ, ਉਹਨਾਂ ਨੇ ਕੁਝ ਵੱਖਰੀ ਜਿਹੀ ਡਰੈਸ ਪਾਉਣੀ ਹੈ ਜਿਹੜੀਆਂ ਸਭ ਤੋਂ ਅਦਭੁਤ ਲੱਗੇ ਫਿਰ ਉਸ ਤੋਂ ਇਲਾਵਾ ਜਿਹੜੇ ਨਾਲ ਪੰਜ ਚਾਰ ਥੋੜੀਆਂ ਬੀਬੀਆਂ ਹੋਣਗੀਆਂ ਉਹਨਾਂ ਦਾ ਜਿਹੜਾ ਕਹਿ ਲਓ ਕਿ ਰਹਿਣ ਸਹਿਣ ਦਾ ਤਰੀਕਾ ਹੈ, ਤੁਹਾਡੇ VIP ਡਰੈਸ ਜਿਹੜੀ ਉਹਨੇ ਪਾਈ ਹੋਊਗੀ, ਉਹਦੇ ਵਿੱਚ ਹੱਥ ਦੇ ਵਿੱਚ ਜਿਹੜਾ ਪਰਸ ਹੋਊਗਾ ਬੜਾ ਬ੍ਰਾਂਡਡ ਹੋਊਗਾ, ਹੇਅਰ ਸਟਾਈਲ ਜਿਹੜਾ ਵੱਖਰਾ ਹੋਊਗਾ, ਹੇਅਰਸ ਨੂੰ ਬੜਾ ਕਲਰ ਕੁਲਰ ਕੀਤਾ ਹੋਊਗਾ ਜਾਂ ਰੀਬੋਂਡਿੰਗ ਕੀਤੀ ਹੋਊਗੀ, ਨੇਲ ਪੇਂਟ ਬੜਾ ਮਜ਼ੇਦਾਰ ਲਾਇਆ ਹੋਊਗਾ, ਆਈ ਮੇਕਅਪ ਬੜਾ ਵਧੀਆ ਕੀਤਾ ਹੋਊਗਾ, ਤੁਸੀਂ ਜੁੱਤੀ ਦੀ ਗੱਲ ਕਰ ਲਓ ਵੀ ਬੜੇ ਬ੍ਰਾਂਡਡ ਸ਼ੂਜ਼ ਜਾਂ ਸੈਂਡਲ ਸੁੰਡਲ ਜੇ ਪਾਏ ਹੋਣਗੇ। ਹੁਣ ਜਦੋਂ ਇਹ ਸਾਰਾ ਕੁਛ ਬੰਦਾ ਦੇਖਦਾ ਹੈ ਤਾਂ ਫਿਰ ਬਹੁਤ ਸਾਰੀਆਂ ਕਹਿ ਲਓ ਕਿ ਵੀ ਮਨ ਦੇ ਵਿੱਚ ਵਲਵਲੇ ਉੱਠਦੇ ਨੇ। ਤੁਸੀਂ ਮੈਂ ਸ਼ਾਇਦ ਉੱਦਾਂ ਨਾ ਮਹਿਸੂਸ ਕਰ ਸਕੀਏ, ਪਰ ਜੇ ਮੈਂ ਵਿਹਲਾ ਹੋਵਾਂ ਤੇ ਮੈਨੂੰ ਲੱਗੇ ਵੀ ਯਾਰ ਇਹ ਮਾਤਾ ਦੇ ਨਾਲ ਆ ਜਿਹੜੇ ਬੰਦੇ ਫਿਰਦੇ ਨੇ ਯਾਰ, ਇਹ ਤਾਂ ਕਿੰਨਾ ਵਧੀਆ ਕੰਮ ਹੈ। ਰਾਧੇ ਮਾਂ ਨੇ ਅਕਸਰ ਦੇਖਿਆ ਗਿਆ ਕਿ ਉਹ ਦੋ ਚਾਰ ਘਰਾਣੇ ਦੇ ਜਿਹੜੇ ਲੋਕ ਨੇ VIP ਔਰਤਾਂ ਨੇ, ਉਹ ਇੱਕ ਸਾਧ ਜਿਹਾ ਕੋਲ ਮਾਤਾ ਜੀ ਕੋ ਐਸੇ ਸੰਜੋਤ ਤੁਮ ਚੁੱਪ ਕਰਨਾ ਕਿੰਨੀ ਸਾਰੀ ਵੀਡੀਓ ਦੀ ਵਾਇਰਲ ਹੋਈ ਸੀ, ਸੋ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਕਿ ਅਸੀਂ ਪਾਗਲ ਹਾਂ। ਮੈਂ ਉਹੀ ਕਹਿ ਰਿਹਾ ਨਾ, ਤੁਸੀਂ ਲੋਕ ਪਾਗਲ ਨਹੀਂ ਆ, ਤੁਸੀਂ ਲੋਕ ਕੁਛ ਕਹਿੰਦੇ ਨਹੀਂ ਆ, ਇਹੀ ਇੱਕ ਕਾਰਨ ਆ। ਅਤੇ ਜਿਹੜੇ ਬੰਦੇ ਨੇ ਉਹਨਾਂ ਕੋਲ ਜਾਣਾ, ਉਹ ਉਹਨਾਂ ਕੋਲ ਸੱਤ ਵਾਲ ਭੰਨ ਕੇ ਵੀ ਚਲੇ ਜਾਂਦੇ ਨੇ, ਅਤੇ ਉਹਨਾਂ ਨੂੰ ਫਿਰ ਜਦੋਂ ਉਹ ਡੀਲ ਕਰਦੇ ਨੇ ਫਿਰ ਉਹਨਾਂ ਨੂੰ ਲੱਗਦਾ ਕਿ ਵੀ ਯਾਰ ਆ ਤਾਂ ਬਹੁਤ ਵਧੀਆ, ਮੇਰਾ ਇੱਥੇ ਐਂਟਰੀ ਹੋ ਗਈ। ਇੱਕ ਤਿੰਨ ਹੋਰ ਇੱਕ ਇਹਦੀ ਕਾਲੀ ਸੱਚਾਈ ਦੱਸਦਾ ਇਸ ਸਮੁੱਚੇ ਧੰਦੇ ਦੀ, ਇਹ ਖਾਸ ਕਰਕੇ ਕ੍ਰਾਈਮ ਦੇ ਜਿਹੜਾ ਕਹਿ ਲਓ ਕਿ ਵੀ ਦੁਨੀਆ ਹੈ ਨਾ ਉਹਦੇ ਨਾਲ ਅਤੇ ਇਸ ਦੁਨੀਆ ਨਾਲ ਮੇਲ ਖਾਂਦੀ ਹੈ। ਮੋਸਟਲੀ ਇਹਦੇ ਵਿੱਚ ਐਂਟਰੀ ਹੁੰਦੀ ਹੈ, ਐਗਜ਼ਿਟ ਨਹੀਂ ਹੁੰਦਾ। ਐਗਜ਼ਿਟ ਨਹੀਂ ਹੁੰਦਾ, ਕਿਉਂਕਿ ਜੇ ਤੁਸੀਂ ਕਿਸੇ ਦੇ ਬਹੁਤ ਨਜ਼ਦੀਕੀ ਪੈਰੋਕਾਰ ਬਣ ਜਾਂਦੇ ਹੋ ਨਾ, ਤਾਂ ਉਹ ਤੁਹਾਨੂੰ ਉੱਥੋਂ ਵਾਪਸ ਨਹੀਂ ਆਉਣ ਦਿੰਦੇ, ਕਿਉਂਕਿ ਤੁਸੀਂ ਉਹਨਾਂ ਦਾ ਬਹੁਤ ਸਾਰੇ ਰਾਜ਼ ਜਿਹੜੇ ਅੰਦਰਲੇ ਉਹ ਜਾਣ ਚੁੱਕੇ ਹੋ ਉੱਪਰ ਹੀ ਜਾਵਾਂਗੇ। ਬਿਲਕੁਲ, ਸੋ ਉਹ ਵੀ ਇੱਕ ਕਾਰਨ ਹੈ ਕਿ ਜਦੋਂ ਬੰਦੇ ਬਹੁਤ ਸਾਰੇ ਇਹਦੇ ਵਿੱਚ ਅੰਦਰ ਤੱਕ ਚਲੇ ਜਾਂਦੇ ਨੇ, ਨਜ਼ਦੀਕ ਤੱਕ ਚਲੇ ਜਾਂਦੇ ਨੇ, ਅਤੇ ਫਿਰ ਉਹਨਾਂ ਨੂੰ ਅਗਲੇ ਹੀ ਵਾਪਸ ਨਹੀਂ ਆਉਣ ਦਿੰਦੇ। ਸੋ ਇੱਕ ਧੰਦਾ ਹੈ, ਧੰਦੇ ਦੇ ਵਿੱਚ ਜਦੋਂ ਕਹਿ ਲਓ ਕਿ ਵੀ ਉਹਨਾਂ ਨੇ ਆਪਣਾ ਕਾਰੋਬਾਰ ਚਲਾਉਣਾ ਤਾਂ ਫਿਰ ਉਸ ਹਿਸਾਬ ਨਾਲ ਸਾਰਾ ਕੁਛ ਚੱਲੀ ਜਾਣਾ, ਇਹਨੂੰ ਆਪਾਂ ਰੋਕ ਨਹੀਂ ਸਕਦੇ। ਜੀ, ਹੁਣ ਗੁਰਪ੍ਰੀਤ ਜੀ ਦੇਖਿਆ ਜਾਵੇ ਸਾਡਾ ਪ੍ਰੋਗਰਾਮ ਜਿਹੜਾ ਸਮਾਪਤੀ ਦੇ ਮੂਡ ਤੇ ਹੈ। ਸਮਾਪਤੀ ਕਰ ਦਿਓ, ਮੈਂ ਤਾਂ ਕਹਿੰਦਾ ਆਪਾਂ ਕਿਹੜਾ ਵੀ ਇੱਥੇ ਕੋਈ ਬਾਬਾ ਸਾਧ ਕੇ ਸਮਾਪਤ ਕਰਾਉਣਾ। ਪਰ ਇੱਕ ਗੱਲ ਹੈ ਗੁਰਪ੍ਰੀਤ ਜੀ, ਜਿਸ ਹਿਸਾਬ ਨਾਲ ਅੱਜ ਅਸੀਂ ਗੱਲਾਂ ਕੀਤੀਆਂ ਨੇ, ਸਵਾਲ ਜਵਾਬ ਤਾਂ ਘੱਟ ਹੀ ਹੈ, ਗੱਲਾਂ ਹੀ ਆਪਾਂ ਕੀਤੀਆਂ ਨੇ, ਇਹਨਾਂ ਗੱਲਾਂ ਦੇ ਵਿੱਚੋਂ ਬਾਬੇ ਜਿਹੜੇ ਹਨ ਪੱਕਾ ਸਾਡੇ ਦੋਨਾਂ ਵਿੱਚ ਜ਼ਰੂਰ ਪੈਣਗੇ। ਮੈਂ ਤਾਂ ਕਹਿੰਦਾ ਪੈਣ, ਮੈਂ ਕਹਿੰਦਾ ਚਲੋ ਆਪਣੇ ਪਿੱਛੇ ਪੈ ਜਾਣ ਅਤੇ ਉਹ ਜਾਣੇ ਦੁਨੀਆ ਦਾ ਹੀ ਖੇੜਾ ਛੱਡ ਦੇਣ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਜਿਹੜਾ ਵੀ ਬਾਬਾ ਜਾਂ ਜੋ ਵੀ ਤੁਸੀਂ ਇਹ ਰੂਪ ਧਾਰਨਾ ਕੀਤੀ ਹੈ ਕਿਤੇ ਨਾ ਕਿਤੇ ਰੱਬ ਦਾ ਤਾਂ ਚਲੋ ਮੈਨੂੰ ਖੈਰ ਨਹੀਂ ਪਤਾ, ਪਰ ਜੇ ਜ਼ਮੀਰ ਜਾਗਦੀ ਹੈ ਨਾ ਤਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਿਓ, ਤੁਹਾਨੂੰ ਆਪਣੇ ਅੰਦਰੋਂ ਹੀ ਆਵਾਜ਼ ਆ ਜਾਣੀ ਵੀ ਕਿਹੜੇ ਕੰਮਾਂ 'ਚ ਆਪਾਂ ਪਏ ਹਾਂ। ਸੋ ਦੁਨੀਆ ਵਿਚਾਰੀ ਦੁਖੀ ਹੈ, ਅਤੇ ਜੇ ਆਪਾਂ ਦੁਖਿਆਰੇ ਲੋਕਾਂ ਦਾ ਇੱਦਾਂ ਲੁੱਟ ਸੁੱਟ, ਚਾਹੇ ਉਹ ਮਾਨਸਿਕ ਹੋਵੇ, ਚਾਹੇ ਆਰਥਿਕ ਹੋਵੇ, ਚਾਹੇ ਸਰੀਰਕ ਲੁੱਟ ਹੋਵੇ, ਜੇ ਆਪਾਂ ਉਹ ਕਰਦੇ ਹਾਂ ਤਾਂ ਜੇ ਰੱਬ ਹੈਗਾ, ਮੈਂ ਵੀ ਇਸ ਗੱਲ 'ਤੇ ਆ ਗਿਆ ਹੁਣ, ਜੇ ਰੱਬ ਹੈਗਾ ਤਾਂ ਜਿੱਦਣ ਉਹਨੇ ਸਜ਼ਾ ਦਿੱਤੀ ਫਿਰ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੋਣੀ, ਕਿਤੇ ਨਾ ਕਿਤੇ ਮਾਣ ਡੋਲ ਜਾਂਦਾ। ਚਲੋ ਫਿਲਹਾਲ ਸਮਾਪਤੀ, ਅੱਜ ਗੱਲਾਂ ਤੁਸੀਂ ਮੇਰੇ ਕੋਲੋਂ ਬਹੁਤ ਕਰਾ ਲਈਆਂ, ਆਪਾਂ ਹੁਣ ਸਮਾਪਤੀ ਵੀ ਕਰ ਦਿੰਦੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਬਾਬਿਆਂ ਦੇ ਬਾਰੇ, ਸੋ ਕਿਤੇ ਨਾ ਕਿਤੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਤੁਹਾਡਾ
ਵਿੱਚ ਜਾ ਕੇ ਉਹਨਾਂ ਦੀ ਮਹਿਫਿਲ ਦਾ ਹਿੱਸਾ ਬਣਨ ਦੇ ਲਈ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਰੋਕੋ, ਖੁਦ ਵੀ ਰੋਕੋ, ਜੇਕਰ ਅਸੀਂ ਖੁਦ ਇਹਨਾਂ ਚੀਜ਼ਾਂ ਤੋਂ ਪਿੱਛੇ ਹਟਾਂਗੇ ਤਾਂ ਸਾਡੇ ਬੱਚੇ ਵੀ ਇਹਨਾਂ ਕੰਮਾਂ ਵੱਲ ਨਹੀਂ ਜਾਣਗੇ। ਸੋ ਅੱਜ ਦੇ ਪ੍ਰਾਈਮ ਫੋਕਸ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰੀਤ ਅਤੇ ਸਾਡੇ ਖਾਸ ਮਹਿਮਾਨ ਨੇ, ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਸੀਨੀਅਰ ਜਿਹੜੇ ਸਾਹਿਬਾਨ ਨੇ, ਬਸ ਠੀਕ ਆ, ਮੇਰੇ ਨਾਲ ਪੀਪਾ ਬੰਦ ਕਰੋ, ਸੀਨੀਅਰ ਸੀਨੀਅਰ ਬਾਕੀ ਤਾਂ ਨਿਕਲ ਜਾਂਦੇ ਹੁੰਦੇ ਆ, ਬਾਅਦ ਪੀਪਾ ਹੀ ਫਸ ਜਾਂਦਾ ਲੱਗਦਾ ਕਿਤੇ। ਗੁਰਪ੍ਰੀਤ ਸੰਧਾਵਾਲੀਆ ਜੀ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।